ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਪ੍ਰੀਤ ਨਿਵਾਸ ਮੁਜੱਸਮਾ ਬਾਬੇ ਹਯਾਤ ਸਰਵਰੇ ਕਾਇਨਾਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਕੱਦਸ ਗੋਦ ਦੇ ਵਿੱਚ ਜੁੜ ਬੈਠੇ ਮੁਅੱਜ਼ਜ਼ ਹਾਜ਼ਰੀਂ, ਕੋਈ ਰਸਨਾ ਵਾਂਝੀ ਨਾ ਰਹੇ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ਾ ਇਤਿਹਾਸਕਾਰੀ ਹੋਣ ਕਰਕੇ ਥੋੜ੍ਹੀ ਜਿਹੀ ਸ਼ਬਦਾਵਲੀ ਦੇ ਉੱਪਰ ਨੁਕਤਾਚੀਨੀ ਕਰਨੀ ਤਕਰੀਬਨ ਸਾਡਾ ਇਤਿਹਾਸਕਾਰਾਂ ਦਾ ਸੁਭਾਅ ਜਿਹਾ ਹੀ ਬਣ ਜਾਂਦਾ ਹੈ। ਇਸ ਵਾਰੀ ਤਾਂ ਜੋ ਹੋ ਗਿਆ ਠੀਕ ਹੈ, ਇਸ ਪ੍ਰਬੰਧਕ ਕਮੇਟੀ ਦੇ ਵੀਰਾਂ ਨੂੰ ਅਗਲੀ ਵਾਰੀ ਤੋਂ ਮੇਰੀ ਬੇਨਤੀ ਕਿ ਜਿਹੜੀਆਂ ਸ਼ਹਾਦਤਾਂ ਹੁੰਦੀਆਂ ਨੇ ਉਹਨਾਂ ਦੇ ਪ੍ਰਤੀ ਜਦੋਂ ਅਸੀਂ ਦਿਹਾੜਾ ਮਨਾਉਂਦੇ ਹਾਂ ਤਾਂ ਬਰਸੀ ਸ਼ਬਦ ਉਹਨਾਂ ਦੇ ਵਾਸਤੇ ਵਰਤਿਆ ਜਾਂਦਾ ਹੈ ਜਿੱਥੇ ਮੌਤ ਦਾ ਕਾਰਨ ਕੁਦਰਤੀ ਮੌਤ ਹੋਵੇ। ਸੋ ਇੱਥੇ ਅਸੀਂ ਸ਼ਬਦ ਵਰਤਣਾ ਹੈ ਕੌਮ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦਾ ਸ਼ਹੀਦੀ ਦਿਹਾੜਾ। ਬਰਸੀ ਸ਼ਬਦ ਵਰਤਿਆ ਹੀ ਉੱਥੇ ਜਾਂਦਾ ਹੈ ਜਿੱਥੇ ਮੌਤ ਦਾ ਕਾਰਨ ਕੁਦਰਤੀ ਹੋਵੇ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਂਦੇ ਹਾਂ, ਜਾਂ ਪੰਜਾਬ ਦੇ ਵਿੱਚ ਬਥੇਰੇ ਸਾਧ ਡੇਰੇਦਾਰ ਨੇ ਜਿਨ੍ਹਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਨੇ। ਪਰ ਸ਼ਹਾਦਤ ਦਾ ਪੈਰਾਮੀਟਰ, ਸ਼ਹਾਦਤ ਦਾ ਮਾਪਦੰਡ ਬਹੁਤ ਉੱਚਾ ਹੈ। ਸੋ ਅੱਜ ਦਾ ਦਿਨ ਹਰੀ ਸਿੰਘ ਨਲੂਏ ਦਾ ਸ਼ਹਾਦਤ ਦਾ ਦਿਨ, ਸ਼ਹੀਦੀ ਦਿਹਾੜਾ, 30 ਅਪ੍ਰੈਲ 1837। 2037 ਦੇ ਵਿੱਚ ਇਸ ਸ਼ਹਾਦਤ ਨੂੰ 200 ਸਾਲ ਹੋ ਜਾਣਗੇ, 2 ਸਦੀਆਂ। ਅਫਸੋਸ ਦੀ ਗੱਲ ਕਿ ਸਾਡੀ ਕੌਮ ਨੇ ਅਜੇ ਤੱਕ ਉਸ ਜਰਨੈਲ ਦੇ ਜੀਵਨ ਦੇ ਸਾਰੇ ਪੱਖਾਂ ਉੱਪਰ ਨਾ ਅਜੇ ਤੱਕ ਖੋਜ ਕੀਤੀ ਹੈ ਅਤੇ ਨਾ ਉਸ ਜਰਨੈਲ ਦੇ ਸਾਰੇ ਪੱਖ ਅਸੀਂ ਅਜੇ ਤੱਕ ਦੁਨੀਆ ਦੇ ਸਾਹਮਣੇ ਰੱਖ ਸਕਦੇ ਹਾਂ। ਉਹਨਾਂ ਪੱਖਾਂ ਦੀ ਸ਼ੁਰੂਆਤ ਉਸਦੇ ਜਨਮ ਤੋਂ ਲੈ ਕੇ ਉਸਦੀ ਸ਼ਹਾਦਤ ਦੇ ਦਿਨ ਤੱਕ ਹੈ। ਔਰ ਇਹ ਉਹ ਸ਼ਹਾਦਤ ਹੈ ਜਿਸ ਸ਼ਹਾਦਤ ਦੀ ਖਬਰ ਜਦੋਂ ਸ਼ੇਰੇ ਪੰਜਾਬ ਹਰੀ ਸਿੰਘ ਨਲੂਏ ਨੂੰ ਲਾਹੌਰ ਦੇ ਵਿੱਚ ਮਿਲੀ ਸੀ ਤਾਂ ਉਹਨੇ ਅੱਖਾਂ ਦੇ ਵਿੱਚ ਹੰਝੂ ਵਹਾ ਕੇ ਇੱਕ ਗੱਲ ਕਹੀ ਸੀ ਕਿ ਅੱਜ ਮੇਰਾ ਅੱਧਾ ਰਾਜ ਚਲਾ ਜਾਂਦਾ, ਮੈਨੂੰ ਕੋਈ ਦੁੱਖ ਨਹੀਂ ਸੀ ਹੋਣਾ, ਮੇਰੇ ਕੋਲ ਹਰੀ ਸਿੰਘ ਨਲੂਆ ਜਿਉਂਦਾ ਹੁੰਦਾ ਤਾਂ ਮੈਂ ਉਸ ਅੱਧੇ ਰਾਜ ਨੂੰ ਇੱਕ ਦਿਨ ਵਿੱਚ ਲੈ ਸਕਦਾ ਸੀ, ਪਰ ਅੱਜ ਮੇਰੇ ਕੋਲ ਹਰੀ ਸਿੰਘ ਨਲੂਆ ਚਲਾ ਗਿਆ ਅਤੇ ਜਿਹੜੇ ਉਹਨੇ ਇਲਾਕੇ ਜਿੱਤੇ ਨੇ ਮੈਂ ਉਹਦੇ ਤੋਂ ਬਿਨਾਂ ਜਿੱਤ ਹੀ ਨਹੀਂ ਸੀ ਸਕਦਾ। ਇਹ ਸ਼ਬਦ ਉਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਹੇ ਸੀ। ਹੁਣ ਇਹਨਾਂ ਸ਼ਬਦਾਂ ਤੋਂ ਅੰਦਾਜ਼ਾ ਤੁਸੀਂ ਲਗਾ ਲਓ ਕਿ ਉਸ ਜਰਨੈਲ ਦੀ ਸਿੱਖ ਰਾਜ ਦੇ ਵਿੱਚ ਅਹਿਮੀਅਤ ਅਤੇ ਸਿੱਖ ਰਾਜ ਦੀਆਂ ਹੱਦਾਂ ਨੂੰ ਫੈਲਾਉਣ ਦੇ ਵਿੱਚ ਉਸ ਦਾ ਕਿੰਨਾ ਵੱਡਾ ਯੋਗਦਾਨ ਸੀ। ਉਸਦੇ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਮੈਂ ਵੀਰ ਜੀ ਹੁਣਾਂ ਦੇ ਨਾਲ ਗੱਲ ਕਰ ਰਿਹਾ ਸੀ, ਕਿਤਾਬਾਂ ਦੇ ਵਿੱਚ ਉਹਨਾਂ ਦੇ ਜਾਂ ਉਹਨਾਂ ਦੇ ਨਾਂ ਪਿਤਾ ਦੇ ਨਾਮ ਤੋਂ ਇਤਿਹਾਸ ਸ਼ੁਰੂ ਹੋ ਜਾਂਦਾ, ਪਰ ਉਹਨਾਂ ਦੇ ਵਡੇਰੇ ਸਰਦਾਰ ਨਰਾਇਣ ਸਿੰਘ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਖੰਡੇ ਬਾਟੇ ਦੀ ਪਾਹੁਲ ਲਈ ਹੈ। ਸਰਦਾਰ ਨਰਾਇਣ ਸਿੰਘ ਦਾ ਪੁੱਤਰ ਸਰਦਾਰ ਹਰਦਿੱਤ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਜੂਝਦਾ ਰਿਹਾ। ਅੱਗੋਂ ਉਸ ਦਾ ਪੁੱਤਰ ਸਰਦਾਰ ਗੁਰਦਿਆਲ ਸਿੰਘ ਕੁੰਮੇਦਾਨ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਜੂਝਦਾ ਰਿਹਾ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਉਮਰ ਹਰੀ ਸਿੰਘ ਨਲਵੇ ਤੋਂ 11 ਸਾਲ ਵੱਡੀ ਸੀ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 11 ਸਾਲ ਬਾਅਦ ਉਹਦੇ ਜਨਮ ਦੇ 11 ਸਾਲ ਬਾਅਦ ਸਰਦਾਰ ਗੁਰਦਿਆਲ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੋਂ ਇਸ ਜਰਨੈਲ ਦਾ ਜਨਮ 1791 ਦੇ ਵਿੱਚ ਹੋਇਆ। ਉਮਰ 7.5 ਸਾਲ ਦੀ ਸੀ। 1798-99 ਦੇ ਵਿੱਚ ਪਿਤਾ ਸਰਦਾਰ ਗੁਰਦਿਆਲ ਸਿੰਘ ਦੀ ਮੌਤ ਹੋ ਗਈ। ਮਾਤਾ ਧਰਮ ਕੌਰ ਨੇ ਪਾਲਣ ਪੋਸ਼ਣ ਕੀਤਾ, ਬੱਚੇ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਗਈ ਨਾਨਕਿਆਂ ਦੇ ਕੋਲ। ਨਾਨਕਿਆਂ ਦੇ ਕੋਲ 1814 ਤੱਕ ਕੌਮ ਦੇ ਇਸ ਜਰਨੈਲ ਨੇ ਕੇਵਲ ਅਤੇ ਕੇਵਲ ਸ਼ਸਤਰ ਵਿੱਦਿਆ ਹੀ ਗ੍ਰਹਿਣ ਨਹੀਂ ਕੀਤੀ, ਇਹਨਾਂ ਦਾ ਜਿਹੜਾ ਸ਼ਸਤਰ ਵਿੱਦਿਆ ਦਾ ਉਸਤਾਦ ਸੀ, ਜਦੋਂ ਮਾਂ ਲੈ ਕੇ ਗਈ ਕਿ ਮੇਰੇ ਬੱਚੇ ਨੂੰ ਗੱਤਕਾ ਬਾਜੀ ਔਰ ਸ਼ਸਤਰ ਵਿੱਦਿਆ ਦਾ ਅਧਿਐਨ ਕਰਾਉਣਾ ਹੈ, ਅਤੇ ਸ਼ਸਤਰ ਵਿੱਦਿਆ ਦੇ ਉਸ ਸਮੇਂ ਦੇ ਉਸਤਾਦ ਨੇ ਕਿਹਾ ਸੀ, ਮੈਂ ਤੇਰੇ ਬੱਚੇ ਨੂੰ ਸ਼ਸਤਰ ਵਿੱਦਿਆ ਦਾ ਗੁਣ ਤਾਂ ਦੇ ਸਕਦਾ ਹਾਂ, ਪਰ ਇੱਕ ਗੱਲ ਦਾ ਖਿਆਲ ਰੱਖੀ ਕਿ ਇਸ ਸ਼ਸਤਰ ਵਿੱਦਿਆ ਨੂੰ ਸਿੱਖਦਿਆਂ ਅੰਗ ਵੀ ਜਾ ਸਕਦਾ ਅਤੇ ਜਾਨ ਵੀ ਜਾ ਸਕਦੀ ਹੈ। ਇੰਨੀ ਔਖੀ ਸਿਖਲਾਈ ਉਹਨਾਂ ਨੇ ਆਪਣੇ ਬਚਪਨ ਦੇ ਵਿੱਚ ਸ਼ਸਤਰ ਵਿੱਦਿਆ ਦੀ ਲਈ, ਔਰ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਸ਼ਸਤਰ ਦੀ ਵਿੱਦਿਆ ਦੀ ਸਿਖਲਾਈ ਸੀ ਉਹ ਅੱਜ ਵਰਗੀ ਨਹੀਂ ਸੀ। ਜਿਹੜਾ ਤੁਸੀਂ ਗੱਤਕੇ ਦੇ ਅੱਜ ਸਟੰਟ ਵੇਖਦੇ ਹੋ, ਜਿਹੜੀ ਸ਼ਸਤਰ ਵਿੱਦਿਆ ਤੁਸੀਂ ਅੱਜ ਵੇਖਦੇ ਹੋ, ਇਹ ਸਾਡੇ ਉਸ ਮਾਰਸ਼ਲ ਆਰਟ ਦਾ ਹਿੱਸਾ ਨਹੀਂ ਹੈ ਕਿ ਸਿਰ ਦੇ ਉੱਪਰ ਅੱਗ ਲਾ ਲੈਣੀ, ਟਿਊਬਾਂ ਤੋੜ ਦੇਣੀਆਂ, ਉੱਪਰੋਂ ਦੀ ਮੋਟਰਸਾਈਕਲ ਲੰਘਾ ਦੇਣਾ, ਇਹ ਸਾਡੀ ਸ਼ਸਤਰ ਵਿੱਦਿਆ ਨਹੀਂ ਸੀ। ਇਹਦਾ ਸਾਡੀ ਸ਼ਸਤਰ ਵਿੱਦਿਆ ਦੇ ਨਾਲ, ਸਾਡੇ ਮਾਰਸ਼ਲ ਆਰਟ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈਗਾ। ਸੋ ਇਸ 14 ਸਾਲ ਦੀ ਉਮਰ ਤੱਕ ਕੌਮ ਦੇ ਇਸ ਜਰਨੈਲ ਨੇ ਸ਼ਸਤਰ ਵਿੱਦਿਆ ਦਾ ਅਧਿਐਨ ਕੀਤਾ, ਗੁਰਮੁਖੀ ਦਾ ਅਧਿਐਨ ਕੀਤਾ। ਇਤਿਹਾਸਕ ਸਰੋਤ ਦੱਸਦੇ ਨੇ ਕਿ 10 ਗ੍ਰੰਥੀ ਕੰਠ ਸੀ, ਔਰ ਇਹਦੇ ਤੋਂ ਇਲਾਵਾ ਫਾਰਸੀ ਔਰ ਪਸ਼ਤੋ ਦਾ ਅਧਿਐਨ ਕੀਤਾ। ਫਾਰਸੀ ਦਾ ਇਸ ਕਰਕੇ ਕਿ ਉਹਨਾਂ ਸਮਿਆਂ ਦੇ ਵਿੱਚ ਸਾਡੀ ਰਾਜ ਭਾਸ਼ਾ ਫਾਰਸੀ ਸੀ। ਪਸ਼ਤੋ ਦਾ ਅਧਿਐਨ ਇਸ ਕਰਕੇ ਕੀਤਾ ਕਿ ਜਿਸ ਇਲਾਕੇ ਦੇ ਵਿੱਚ ਜਨਮ ਹੋਇਆ, ਗੁਜਰਾਂਵਾਲੇ ਦੇ ਵਿੱਚ, ਉਹਦੇ ਤੋਂ ਜਿਹੜਾ ਪਾਰ ਦਾ ਇਲਾਕਾ ਸੀ ਪਠਾਣਾ ਦਾ, ਉਹ ਸਾਰਾ ਪਸ਼ਤੋ ਬੋਲਦਾ ਸੀ। ਕੁਦਰਤਨ ਇਹਨਾਂ ਭਾਸ਼ਾਵਾਂ ਦਾ ਅਧਿਐਨ ਕੀਤਾ, ਔਰ ਉਹਨਾਂ ਸਮਿਆਂ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਵਿਸਾਖੀ ਤੋਂ ਲੈ ਕੇ ਬਸੰਤ ਪੰਚਮੀ ਤੱਕ ਖਾਸ ਤਰ੍ਹਾਂ ਦੇ ਦੀਵਾਨ ਸਜਾਏ ਜਾਂਦੇ ਸੀ। ਉਹਨਾਂ ਦੀਵਾਨਾਂ ਦੇ ਵਿੱਚ ਅੱਜ ਵਰਗਾ ਜੋ ਕੁਛ ਹੁੰਦਾ ਹੈ ਨਾ, ਇਹ ਨਹੀਂ ਸੀ ਹੁੰਦਾ ਕਿ ਮਹਿਜ਼ ਇੱਕ ਮੇਲੇ ਦੇ ਵਾਂਗੂ ਅਸੀਂ ਖਾਧਾ ਪੀਤਾ ਅਤੇ ਘਰਾਂ ਨੂੰ ਵਾਪਸ ਆ ਗਏ। ਉਹਨਾਂ ਦੀਵਾਨਾਂ ਦੇ ਵਿੱਚ ਸ਼ਸਤਰ ਵਿੱਦਿਆ ਦੇ ਮੁਕਾਬਲੇ ਹੁੰਦੇ ਸੀ, ਅਤੇ ਜਿਹੜੇ ਸ਼ਸਤਰ ਵਿੱਦਿਆ ਦੇ ਸਿਖਲਾਈ ਪ੍ਰਾਪਤ ਚੰਗੇ ਨੌਜਵਾਨ ਹੁੰਦੇ ਸੀ, ਉਹਨਾਂ ਨੂੰ ਉਸ ਸਮੇਂ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਭਰਤੀ ਕੀਤਾ ਜਾਂਦਾ ਸੀ। 14 ਸਾਲ ਦੀ ਉਮਰ ਦੇ ਵਿੱਚ, 15ਵਾਂ ਸਾਲ ਅਜੇ ਲੱਗ ਰਿਹਾ ਹੈ, 1805 ਦੇ ਵਿੱਚ ਇਹ ਜਿਹੜਾ ਮੁੱਛ ਫੁੱਟ ਗੱਭਰੂ ਹੈ, ਅਜੇ ਨੌਜਵਾਨੀ ਦੀ ਦਹਲੀਜ਼ 'ਤੇ ਪੈਰ ਨਹੀਂ ਧਰਿਆ, ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਉਸ ਸ਼ਸਤਰ ਵਿੱਦਿਆ ਦੇ ਕਰਤੱਵ ਦਿਖਾਉਣ ਵਾਲੇ ਉਸ ਇਕੱਠ ਦੇ ਵਿੱਚ ਆਇਆ, ਸ਼ਸਤਰ ਵਿੱਦਿਆ ਦੇ ਕਰਤੱਵ ਦਿਖਾਏ। ਇੰਨੀ ਵਧੀਆ ਸ਼ਸਤਰ ਵਿੱਦਿਆ ਰਣਜੀਤ ਸਿੰਘ ਦੇ ਸਾਹਮਣੇ ਪੇਸ਼ ਕੀਤੀ ਕਿ ਰਣਜੀਤ ਸਿੰਘ ਨੇ ਪਹਿਲੀ ਵਾਰ ਹੀ ਇਸ ਦੀ ਸ਼ਸਤਰ ਵਿੱਦਿਆ ਵੇਖਣ ਤੋਂ ਬਾਅਦ ਇਸ ਨੂੰ ਆਪਣਾ ਨਿੱਜੀ ਅੰਗ ਰੱਖਿਅਕ ਨਿਯੁਕਤ ਕੀਤਾ, ਬਿਲਕੁਲ ਆਪਣੇ ਨਾਲ ਰੱਖਿਆ ਇਸ ਨੂੰ।
ਔਰ ਜਿਹੜੀ ਘਟਨਾ ਉਹਦੇ ਨਾਮ ਦੇ ਨਾਲ ਨਨੂਆ ਲੱਗਣ ਲਈ ਵਾਪਰੀ ਹੈ, ਇਹ ਵੀ ਉਸ ਅਗਲੇ ਸਾਲ ਦੇ ਵਿੱਚ ਵਾਪਰੀ ਹੈ, 1806 ਦੇ ਵਿੱਚ। 1806 ਦੇ ਵਿੱਚ ਹਰੀ ਸਿੰਘ ਨਨੂਏ ਦੀ ਉਮਰ ਕੇਵਲ ਅਤੇ ਕੇਵਲ 15.5 ਸਾਲ ਸੀ। 15.5 ਸਾਲ ਦੀ ਉਮਰ ਦੇ ਵਿੱਚ ਸਾਡੇ ਬੱਚਿਆਂ ਦੇ ਹਾਲਾਤ ਅੱਜ ਕੈਸੇ? ਅੱਜ ਸਾਡੇ 15.5 ਸਾਲ ਦੇ ਬੱਚੇ ਨੂੰ ਧਰਮ ਦੀ ਵਿਚਾਰਧਾਰਾ, ਧਰਮ ਦੇ ਅਸੂਲ, ਸ਼ਸਤਰ ਵਿੱਦਿਆ, ਰਾਜਨੀਤੀ ਦਾ ਕੋਈ ਗਿਆਨ ਨਹੀਂ। ਪਰ 15.5 ਸਾਲ ਦੀ ਉਮਰ ਦੇ ਵਿੱਚ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ਨੂੰ ਫਤਿਹ ਕੀਤਾ ਤਾਂ ਇਸ ਨੌਜਵਾਨ ਨੇ ਕਸੂਰ ਦੀ ਫਤਿਹ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਲਿਓ ਕਿ ਇਸ ਨੌਜਵਾਨ ਦੀ ਸ਼ਸਤਰ ਵਿੱਦਿਆ ਦੀ ਮਹਾਰਤ ਕਿਵੇਂ ਦੀ ਹੋਵੇਗੀ ਕਿ 15.5 ਸਾਲ ਦੀ ਉਮਰ ਦੇ ਵਿੱਚ ਸ਼ੇਰੇ ਪੰਜਾਬ ਕਸੂਰ ਫਤਿਹ ਕਰਦਾ ਹੈ ਅਤੇ ਉਸ ਫਤਿਹ ਦੇ ਵਿੱਚ ਇਹ ਜਰਨੈਲ ਇੰਨੀ ਵਧੀਆ ਭੂਮਿਕਾ ਨਿਭਾਉਂਦਾ ਹੈ 15.5 ਸਾਲ ਦੀ ਉਮਰ ਦੇ ਵਿੱਚ ਕਿ ਇਸ ਨੂੰ ਨਿੱਜੀ ਫੌਜ ਦਾ ਫੌਜਦਾਰ ਬਣਾ ਦਿੱਤਾ ਜਾਂਦਾ ਹੈ ਇੰਨੀ ਛੋਟੀ ਉਮਰ ਦੇ ਵਿੱਚ। ਔਰ ਜਿਹੜੀ ਸ਼ੇਰ ਨੂੰ ਮਾਰਨ ਦੀ ਘਟਨਾ ਹੈ ਉਹ 1806 ਤੋਂ ਲੈ ਕੇ 1808 ਦੇ ਦਰਮਿਆਨ ਇਹਨਾਂ 2 ਸਾਲਾਂ ਦੇ ਵਿੱਚ ਵਾਪਰੀ ਹੈ ਜਦੋਂ ਇਸ ਜਰਨੈਲ ਨੂੰ ਨਲੂਏ ਦਾ ਖਿਤਾਬ ਦਿੱਤਾ ਗਿਆ। ਇੱਕ ਅੰਗਰੇਜ਼ੀ ਦੀ ਕਿਤਾਬ ਹੈ ਦ ਲੇਜ਼ਨ ਆਫ ਪੰਜਾਬ, ਅੰਗਰੇਜ਼ ਵਿਦਵਾਨ ਦੀ ਲਿਖੀ ਹੋਈ, ਉਹਦੇ ਵਿੱਚ ਰਾਜੇ ਨਲ ਦੀਆਂ ਸਾਰੀਆਂ ਘਟਨਾਵਾਂ ਦਾ ਜ਼ਿਕਰ ਹੈ ਪਰ ਰਾਜੇ ਨਲ ਨੇ ਸ਼ੇਰ ਮਾਰਿਆ ਸੀ ਇਸ ਦਾ ਜ਼ਿਕਰ ਸਾਨੂੰ ਨਹੀਂ ਮਿਲਦਾ ਕਿਉਂਕਿ ਜਦੋਂ ਅਸੀਂ ਨਲੂਆ ਸ਼ਬਦ ਦੇ ਪਿਛੋਕੜ ਵਾਲੇ ਪਾਸੇ ਜਾਂਦੇ ਹਾਂ ਤਾਂ ਅਸੀਂ ਇਹੀ ਦੱਸਦੇ ਹਾਂ ਕਿ ਇੱਕ ਰਾਜਾ ਨਲ ਸੀ ਜਿਹੜਾ ਸ਼ੇਰ ਦਾ ਸ਼ਿਕਾਰ ਕਰਿਆ ਕਰਦਾ ਸੀ ਅਤੇ ਉਸ ਸ਼ੇਰ ਦਾ ਸ਼ਿਕਾਰ ਕਰਨ ਦੇ ਕਰਕੇ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਦੇ ਨਾਮ ਨਲ ਸ਼ਬਦ ਦੀ ਵਰਤੋਂ ਕੀਤੀ। ਪਰ ਨਲ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ, ਹੁਣ ਤਾਂ ਉਹ ਸਾਡੇ ਸੱਭਿਆਚਾਰਾਂ ਦੇ ਵਿੱਚੋਂ ਪੱਖ ਖਤਮ ਹੋ ਗਏ ਨੇ, ਰਾਜਸਥਾਨ ਦੀ ਇੱਕ ਲੋਕ ਗਾਥਾ ਢੋਲਾ ਗਾਈ ਜਾਂਦੀ ਸੀ ਜਿਹੜੀ ਬੀਰ ਰੱਸੀ ਕਵਿਤਾ ਹੁੰਦੀ ਸੀ, ਉਸ ਢੋਲਿਆਂ ਦੇ ਵਿੱਚ ਰਾਜੇ ਨਲ ਦੇ ਵੱਲੋਂ ਸ਼ੇਰ ਮਾਰਨ ਦਾ ਜ਼ਿਕਰ ਸੀ। ਜਦੋਂ ਸ਼ੇਰੇ ਪੰਜਾਬ ਉਹ ਵਾਰਾਂ ਸੁਣਦਾ ਸੀ ਤਾਂ ਉਸ ਸਮੇਂ ਸ਼ੇਰੇ ਪੰਜਾਬ ਦੇ ਮਨ ਦੇ ਵਿੱਚ ਜਿਹੜਾ ਨਲ ਹੈ ਉਹਦੀ ਬਹਾਦਰੀ ਦਾ ਇੱਕ ਅਕਸ ਜਿਹੜਾ ਉਹ ਉੱਭਰਿਆ ਹੋਇਆ ਸੀ। ਸ਼ੇਰੇ ਪੰਜਾਬ ਸ਼ਿਕਾਰ ਕਰਨ ਦੇ ਵਾਸਤੇ ਜੰਗਲ ਦੇ ਵਿੱਚ ਗਿਆ ਅਤੇ ਉਹਦੇ ਨਾਲ ਉਸਦਾ ਨਿੱਜੀ ਅੰਗ ਰੱਖਿਅਕ ਬਤੌਰ ਹਰੀ ਸਿੰਘ ਨਲੂਆ ਵੀ ਹੈ। ਸ਼ੇਰ ਨਿਕਲਿਆ, ਅਕਸਰ ਸ਼ੇਰ ਦਾ ਸ਼ਿਕਾਰ ਜਾਂ ਸਪੀਅਰ ਦੇ ਨਾਲ, ਨੇਜੇ ਦੇ ਨਾਲ ਜਾਂ ਫਿਰ ਬੰਦੂਕ ਦੇ ਨਾਲ ਕੀਤਾ ਜਾਂਦਾ। ਕੌਮ ਦੇ ਇਸ ਜਰਨੈਲ ਨੇ 17 ਸਾਲ ਦੀ ਉਮਰ ਦੇ ਵਿੱਚ ਆਪਣੀ ਗਾਤਰੇ ਦੀ ਕਿਰਪਾਨ ਦੇ ਨਾਲ ਸ਼ੇਰ ਦਾ ਸ਼ਿਕਾਰ ਕੀਤਾ ਅਤੇ ਉਸ ਵੇਲੇ ਹਰੀ ਸਿੰਘ ਨਲੂਏ ਨੇ ਇਸ ਨੂੰ ਗੱਲ ਦੇ ਨਾਲ ਲਾ ਕੇ ਕਿਹਾ ਸੀ ਕਿ ਤੂੰ ਤਾਂ ਮੇਰਾ ਰਾਜਾ ਨਲ ਹੈ, ਜਿੱਥੋਂ ਹਰੀ ਸਿੰਘ ਦੇ ਨਾਮ ਦੇ ਨਾਲ ਨਲੂਆ ਸ਼ਬਦ ਲੱਗ ਗਿਆ ਕਿਉਂਕਿ ਰਣਜੀਤ ਸਿੰਘ ਦੇ ਮਨ ਦੇ ਵਿੱਚ ਰਾਜੇ ਨਲ ਦਾ ਬੜਾ ਵਧੀਆ ਅਕਸ ਬਣਿਆ ਹੋਇਆ ਸੀ ਕਿ ਰਾਜੇ ਨਲ ਨੇ ਬਿਨਾਂ ਨੇਜੇ ਤੋਂ ਸ਼ੇਰ ਦਾ ਸ਼ਿਕਾਰ ਕੀਤਾ ਸੀ। ਉਸ ਨਾਮ ਤੋਂ ਹਰੀ ਸਿੰਘ ਨਲੂਏ ਦਾ ਨਾਮ ਹਰੀ ਸਿੰਘ ਨਲੂਆ ਪੈ ਗਿਆ। ਇਹਦੀ ਜਗੀਰ ਦੇ ਵਿੱਚ ਵਾਧਾ ਕੀਤਾ ਗਿਆ ਔਰ ਉਸ ਜਗੀਰ ਦੀ ਆਮਦਨ ਅਖੀਰ ਤੱਕ 9,99,000 ਰੁਪਇਆ ਸਾਲਾਨਾ ਸੀ। ਅਤੇ ਇਹ ਕੌਮ ਦਾ ਜਰਨੈਲ ਉਸ ਜਗੀਰ ਦਾ ਕਰਦਾ ਕੀ ਸੀ? ਅੱਧੀ ਜਗੀਰ ਦੀ ਜਿਹੜੀ ਰਕਮ ਹੈ ਉਹ ਗੁਰਧਾਮਾਂ ਦੀ ਸੇਵਾ ਦੇ ਉੱਪਰ ਖਰਚ ਕਰਿਆ ਕਰਦਾ ਸੀ। ਤਰਨ ਤਾਰਨ ਸਾਹਿਬ ਦੀ ਸੇਵਾ ਦੇ ਵਿੱਚ ਖਰਚ ਕੀਤੀ ਗਈ, ਅਕਾਲ ਤਖ਼ਤ ਸਾਹਿਬ ਦੇ ਉੱਪਰ ਜਿਹੜਾ ਸੋਨੇ ਦਾ ਗੁੰਬਦ ਸੀ ਉਹ ਬਣਾਇਆ ਗਿਆ, ਭਾਈ ਜੋਗਾ ਸਿੰਘ ਦਾ ਪੇਸ਼ਾਵਰ ਦੇ ਵਿੱਚ ਗੁਰਦੁਆਰਾ ਤਿਆਰ ਕੀਤਾ ਗਿਆ ਅਤੇ ਜਿੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਪੱਥਰ ਨੂੰ ਰੋਕ ਕੇ ਬਲੀ ਕੰਧਾਰੀ ਦਾ ਅਹੰਕਾਰ ਤੋੜਿਆ ਸੀ, ਜਿਹੜਾ ਗੁਰਦੁਆਰਾ ਪੰਜਾ ਸਾਹਿਬ ਤੁਸੀਂ ਅੱਜ ਵੇਖਦੇ ਹੋ ਉਹਦੀ ਤਾਮੀਰ ਵੀ ਹਰੀ ਸਿੰਘ ਨਲੂਏ ਨੇ ਕਰਵਾਈ।
ਉਹਦੇ ਤੋਂ ਇਲਾਵਾ ਬਾਕੀ ਉਹ ਨਿੱਜੀ ਤੌਰ 'ਤੇ ਆਪਣੇ ਉੱਪਰ ਜ਼ਗੀਰ ਦਾ ਪੈਸਾ ਖਰਚ ਨਹੀਂ ਸੀ ਕਰਦਾ, ਬਾਕੀ ਪੈਸਾ ਉਹ ਫੌਜ ਦੇ ਉੱਪਰ ਖਰਚ ਕਰਿਆ ਕਰਦਾ ਸੀ। ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹਰੀ ਸਿੰਘ ਨਲਵੇ ਦੀ ਜਿਹੜੀ ਪਲਟਨ ਹੈ, ਜਿਹੜੀ ਉਹਦੀ ਫੌਜ ਨਿੱਜੀ ਫੌਜ ਸੀ, ਉਸ ਨੂੰ ਬਾਕਾਇਦਾ ਬਾਜ਼ਾਬਤਾ ਇੱਕ ਸਭ ਤੋਂ ਬਹਾਦਰ ਫੌਜ ਗਿਣਿਆ ਜਾਂਦਾ ਸੀ। ਪਰ ਹਰ ਮੁਹਿੰਮ ਦੇ ਵਿੱਚ ਕਿਸੇ ਵੀ ਮੁਹਿੰਮ ਨੂੰ ਜਿੱਤਣ ਦਾ ਜਿਹੜਾ ਕਾਰਜ ਸੀ ਉਹ ਹਰੀ ਸਿੰਘ ਨਲਵੇ ਨੂੰ ਦਿੱਤਾ ਜਾਂਦਾ ਸੀ। ਬਾਕੀ ਜਰਨੈਲ ਵੀ ਨਾਲ ਸਨ, ਜਿਨ੍ਹਾਂ ਵਿੱਚ ਸ਼ਾਮ ਸਿੰਘ ਅਟਾਰੀ ਵਾਲੇ ਦਾ ਪਿਤਾ ਸਰਦਾਰ ਨਿਹਾਲ ਸਿੰਘ ਅਟਾਰੀ ਵਾਲਾ, ਸਰਦਾਰ ਫਤਿਹ ਸਿੰਘ, ਸਰਦਾਰ ਜੈ ਸਿੰਘ, ਸਰਦਾਰ ਨਿਧਾਨ ਸਿੰਘ ਪੰਜ ਹੱਥਾਂ, ਸਾਡੇ ਮਾਝੇ ਦਾ ਇੱਕ ਜਰਨੈਲ ਸਰਦਾਰ ਅਜੈਬ ਸਿੰਘ ਰੰਧਾਵਾ, ਸਰਦਾਰ ਅਮਰ ਸਿੰਘ ਮਜੀਠੀਆ, ਇਹਦੇ ਤੋਂ ਇਲਾਵਾ ਇੱਕ ਬਤਾਲੇ ਪਿੰਡ ਦਾ ਸਰਦਾਰ, ਇਹ ਐਸੇ ਸਰਦਾਰ ਸੀ ਜਿਹੜੇ ਹਰੀ ਸਿੰਘ ਨਲੂਏ ਦੇ ਨਾਲ ਹਰ ਮੁਹਿੰਮ ਦੇ ਵਿੱਚ ਸ਼ਾਮਿਲ ਰਹੇ ਨੇ। ਹਰੀ ਸਿੰਘ ਨਲੂਏ ਨੇ ਜਿਸ ਵੇਲੇ ਮੁਲਤਾਨ ਫਤਿਹ ਕੀਤਾ, ਉਹ ਸਮਾਂ ਹੈ ਜਿਸ ਮੁਹਿੰਮ ਦੇ ਵਿੱਚ ਹਰੀ ਸਿੰਘ ਨਲੂਆ ਇੰਨਾ ਜ਼ਖਮੀ ਹੋ ਗਿਆ ਕਿ ਇਸ ਦੇ ਬਚਣ ਦੀ ਕੋਈ ਆਸ ਨਹੀਂ ਸੀ। ਮੁਲਤਾਨ ਦੇ ਉੱਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 4 ਵਾਰੀ ਹਮਲਾ ਕੀਤਾ। 3 ਵਾਰੀ ਤਾਂ ਉੱਥੋਂ ਦੇ ਰਾਜੇ ਮੁਜ਼ੱਫਰ ਖਾਨ ਨੇ ਰਣਜੀਤ ਸਿੰਘ ਦੀ ਅਧੀਨਗੀ ਸਵੀਕਾਰ ਕਰਕੇ ਨਜ਼ਰਾਨੇ ਦੇ ਦਿੱਤੇ। ਅਖੀਰ ਉਸ ਨੂੰ ਆਲੇ ਦੁਆਲੇ ਦੇ ਮੁਸਲਮਾਨਾਂ ਨੇ ਚੁੱਕਿਆ ਕਿ ਸਿੱਖਾਂ ਦੇ ਰਾਜੇ ਦੇ ਅੱਗੇ ਅਸੀਂ ਵਾਰ ਵਾਰ ਅਧੀਨਗੀ ਕਿਉਂ ਸਵੀਕਾਰ ਕਰਦੇ ਹਾਂ, ਅਸੀਂ ਗੁਲਾਮੀ ਕਿਉਂ ਸਵੀਕਾਰ ਕਰਦੇ ਹਾਂ, ਅਸੀਂ ਜਹਾਦ ਦੇ ਨਾਮ ਦੇ ਉੱਪਰ ਮੁਕਾਬਲਾ ਕਰਨ ਨੂੰ ਤਿਆਰ ਹੈ, ਤੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮੁਕਾਬਲਾ ਤਾਂ ਕਰ। ਉਸ ਨੇ ਆਪਣੇ ਮੁਲਤਾਨ ਦੇ ਕਿਲ੍ਹੇ ਦੀ ਜਿਹੜੀ ਫਸੀਲ ਹੈ ਉਹ 18 ਫੁੱਟ ਦੇ ਕਰੀਬ ਹੈ, ਉਸ ਫਸੀਲ ਦੇ ਉੱਪਰ ਉਸਨੇ ਤੋਪਾਂ ਬੀੜ ਦਿੱਤੀਆਂ। ਉੱਧਰੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਖੜਕ ਸਿੰਘ, ਹਰੀ ਸਿੰਘ ਨਲੂਆ, ਨਿਹਾਲ ਸਿੰਘ ਅਟਾਰੀ, ਨਿਧਾਨ ਸਿੰਘ ਪੰਜ ਹੱਥਾਂ, ਅਮਰ ਸਿੰਘ ਅਤੇ ਸਰਦਾਰ ਅਜੈਬ ਸਿੰਘ ਨੂੰ ਫੌਜਾਂ ਦੇ ਕੇ ਭੇਜਿਆ। ਕਿਲ੍ਹੇ ਦੀ ਫਸੀਲ ਨਹੀਂ ਸੀ ਟੁੱਟ ਰਹੀ। ਅਖੀਰ ਮੈਂ ਇੱਕ ਸ਼ਬਦ ਤੁਹਾਡੇ ਸਾਹਮਣੇ ਵਰਤਣ ਲੱਗਾ, ਉਹ ਇੱਕ ਯੁੱਧ ਦਾ ਹਥਿਆਰ ਹੈ, ਉਸਨੂੰ ਅਗਨ ਹਾਂਡੀ ਕਿਹਾ ਜਾਂਦਾ। ਅਗਨ ਹਾਂਡੀਆਂ ਦੀ ਵਰਤੋਂ ਅਨੰਦਪੁਰ ਸਾਹਿਬ ਦੇ ਘੇਰੇ ਦੇ ਦੌਰਾਨ ਸਿੱਖ ਫੌਜਾਂ ਨੇ ਵੀ ਲੋਹਗੜ੍ਹ ਦੇ ਔਰ ਅਨੰਦਗੜ੍ਹ ਦੇ ਕਿਲ੍ਹੇ ਤੋਂ ਕੀਤੀ ਹੈ। ਇੱਕ ਜਿਸ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਛੋਟੀਆਂ ਛੋਟੀਆਂ ਮਟਕੀਆਂ ਹੁੰਦੀਆਂ ਨੇ ਮਿੱਟੀ ਦੀਆਂ ਬਣੀਆਂ, ਇਸ ਤਰ੍ਹਾਂ ਮਿੱਟੀ ਦਾ ਇੱਕ ਛੋਟਾ ਜਿਹਾ ਕੁੱਜਾ ਹੁੰਦਾ ਸੀ ਜਿਹਦੇ ਵਿੱਚ ਬਰੂਦ, ਲੋਹੇ ਦੀਆਂ ਕੈਂਕਰਾਂ ਅਤੇ ਉੱਪਰ ਵੜੇਵੇਂ ਅਤੇ ਤੇਲ ਪਾ ਕੇ ਅੱਗ ਲਾ ਕੇ ਉੱਪਰੋਂ ਥੱਲੇ ਸੁੱਟ ਦਿੱਤਾ ਜਾਂਦਾ ਸੀ। ਜਦੋਂ ਉਹ ਫਟਦਾ ਸੀ ਤਾਂ ਉਹਦੇ ਨਾਲ ਆਲੇ ਦੁਆਲੇ ਜਿਹੜੀ ਫੌਜ ਸੀ ਉਹ ਜ਼ਖਮੀ ਹੋ ਜਾਂਦੀ ਸੀ। ਜਿਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਜਰਨੈਲ ਹਰੀ ਸਿੰਘ ਨਲਵੇ ਨੂੰ ਪਤਾ ਲੱਗਾ ਕਿ ਮੁਲਤਾਨ ਦੇ ਕਿਲ੍ਹੇ ਦੀ ਫਸੀਲ ਨਹੀਂ ਟੁੱਟ ਰਹੀ, ਤਾਂ ਬਜਾਏ ਕਿ ਆਪਣੇ ਕਿਸੇ ਸਿਪਾਹੀ ਨੂੰ ਜਾਂ ਕਿਸੇ ਆਤਿਸ਼ਬਾਰ ਸਿੱਖ ਨੂੰ ਭੇਜਿਆ ਜਾਵੇ, ਹਰੀ ਸਿੰਘ ਨਲੂਆ ਅਤੇ ਸਰਦਾਰ ਨਿਧਾਨ ਸਿੰਘ ਪੰਜ ਹੱਥਾਂ ਖੁਦ ਗਏ ਨੇ ਔਰ ਕਿਲ੍ਹੇ ਦੀ ਫਸੀਲ ਦੇ ਥੱਲੇ ਬਰੂਦ ਲਾਉਣਾ ਸ਼ੁਰੂ ਕੀਤਾ ਕਿ ਕਿਲ੍ਹੇ ਦੀ ਕੰਧ ਦੇ ਥੱਲੇ ਬਰੂਦ ਲਾ ਕੇ ਉਸ ਨੂੰ ਉਡਾ ਦਿੱਤਾ ਜਾਵੇ। ਮੁਜ਼ੱਫਰ ਖਾਨ ਦੇ ਪੁੱਤਰ ਨੂੰ ਇਸ ਗੱਲ ਦਾ ਪਤਾ ਲੱਗਾ, ਅਫਜ਼ਲ ਖਾਨ ਨੂੰ, ਅਤੇ ਉਹਨੇ ਉੱਪਰੋਂ ਅਗਨ ਹਾਂਡੀਆਂ ਸਟਵਾ ਦਿੱਤੀਆਂ, ਇੱਕ ਤਰ੍ਹਾਂ ਦੇ ਉਹਨਾਂ ਸਮੇਂ ਤੁਸੀਂ ਪੈਟਰੋਲ ਬੰਬ ਕਹਿ ਸਕਦੇ ਹੋ। ਉਹ ਜਿਹੜੇ ਫਾਇਰ ਪਾਟ ਸੀ, ਜਿਹੜੇ ਅਗਨ ਹਾਂਡੀਆਂ ਸੀ, ਸੁੱਟੀਆਂ ਗਈਆਂ, ਫਟ ਗਈਆਂ, ਥੱਲੇ ਹਰੀ ਸਿੰਘ ਜੀ ਅਤੇ ਸਰਦਾਰ ਨਿਧਾਨ ਸਿੰਘ ਜੀ ਬਰੂਦੀ ਕੁੱਪੇ ਦੱਬ ਰਹੇ ਸੀ, ਉਹਦੇ ਫਟਣ ਦੇ ਨਾਲ ਇਹਨਾਂ ਦੇ ਆਪਣੇ ਕੁੱਪੇ ਜਿਹੜੇ ਸੀ ਅੱਗ ਲੱਗਣ ਨਾਲ ਉਹ ਵੀ ਫਟ ਗਏ ਅਤੇ ਹਰੀ ਸਿੰਘ ਨਲੂਆ ਜ਼ਖਮੀ ਹੋ ਗਿਆ। ਇੰਨਾ ਜ਼ਿਆਦਾ ਜ਼ਖਮੀ ਹੋਇਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਇੱਥੋਂ ਤੱਕ ਖਬਰ ਮਿਲ ਗਈ ਕਿ ਹੁਣ ਹਰੀ ਸਿੰਘ ਨਲੂਆ ਜਿਉਂਦਾ ਨਹੀਂ ਬਚ ਸਕਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪ ਫੌਜ ਲੈ ਕੇ ਉੱਥੇ ਗਿਆ, ਆਪ ਹਕੀਮ ਨੂੰ ਲੈ ਕੇ ਉੱਥੇ ਗਿਆ,
ਅਤੇ ਨਾਲ ਹੀ ਉਸਨੇ ਆਪਣੇ ਹਕੀਮ ਨੂੰ ਕਿਹਾ ਕਿ ਬੇਸ਼ੱਕ ਇਸ ਘੇਰੇ ਨੂੰ ਅੱਧ ਦੇ ਵਿੱਚੋਂ ਛੱਡ ਕੇ ਵਾਪਸ ਆਉਣਾ ਪਵੇ, ਪਰ ਹਰੀ ਸਿੰਘ ਨਲੂਏ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਬੇਸ਼ੱਕ ਮੁਜ਼ੱਫਰ ਖਾਨ ਨੇ ਰਣਜੀਤ ਸਿੰਘ ਦੀ ਫੌਜ ਤੋਂ ਡਰਦਿਆਂ ਫਿਰ ਅਧੀਨਗੀ ਸਵੀਕਾਰ ਕੀਤੀ ਔਰ ਉਸ ਇਲਾਕੇ ਦੇ ਉੱਪਰ ਫਿਰ ਸਿੱਖ ਫੌਜਾਂ ਦਾ ਕਬਜ਼ਾ ਹੋਇਆ। ਪਰ ਹਰੀ ਸਿੰਘ ਨਲੂਏ ਨੂੰ ਦੁਬਾਰਾ ਠੀਕ ਹੁੰਦਿਆਂ ਤਕਰੀਬਨ 6 ਮਹੀਨੇ ਦਾ ਵਕਤ ਲੱਗ ਗਿਆ। ਇੰਨਾ ਜ਼ਿਆਦਾ ਜ਼ਖਮੀ ਹੋ ਚੁੱਕਾ ਸੀ ਹਰੀ ਸਿੰਘ ਨਲੂਆ। ਹਰੀ ਸਿੰਘ ਨਲੂਏ ਨੇ ਉਸ ਤੋਂ ਬਾਅਦ ਫਰੰਟੀਅਰ ਦੇ ਇਲਾਕੇ ਦੇ ਵਿੱਚ ਕਬਜ਼ਾ ਕੀਤਾ ਔਰ ਜੰਮੂ ਕਸ਼ਮੀਰ ਦੇ ਇਲਾਕੇ ਦੇ ਵਿੱਚ ਕਬਜ਼ਾ ਕੀਤਾ। ਪੇਸ਼ਾਵਰ ਦੀ ਜੰਗ ਬੜੀ ਅਹਿਮ ਹੈ। ਪੇਸ਼ਾਵਰ ਦਾ ਇਲਾਕਾ ਜਿਤਨਾ ਇਸ ਕਰਕੇ ਅਹਿਮ ਹੈ ਕਿ ਅੱਜ ਤਾਂ ਹਿੰਦੂ ਧਰਮ ਦੇ ਪ੍ਰਧਾਨ ਦੇ ਅਧੀਨ ਸਾਡਾ ਸਾਰਾ ਇਤਿਹਾਸ ਖਤਮ ਕੀਤਾ ਜਾ ਰਿਹਾ, ਸਾਡਾ ਇਤਿਹਾਸ ਵਿਗਾੜਿਆ ਜਾ ਰਿਹਾ, ਸਾਡੇ ਇਤਿਹਾਸ ਨੂੰ ਹੌਲੀ ਹੌਲੀ ਸਾਡੇ ਬੱਚਿਆਂ ਦੀ ਮਾਨਸਿਕਤਾ ਦੇ ਵਿੱਚੋਂ ਖਤਮ ਕੀਤਾ ਜਾ ਰਿਹਾ। ਅੱਜ ਕਿਹੜੀ ਸਾਡੀ ਅਕੈਡਮਿਕ ਲੈਵਲ 'ਤੇ ਕਿਹੜੀ ਐਸੀ ਕਿਤਾਬ ਹੈ ਬੱਚਿਆਂ ਨੂੰ ਜਿਹੜੀ ਸਕੂਲਾਂ ਦੇ ਵਿੱਚ ਪੜ੍ਹਾਈ ਜਾਂਦੀ ਹੋਵੇ ਜਿਹਦੇ 'ਚ ਸਾਡਾ ਇੰਨਾ ਗੌਰਵਮਈ ਅਤੇ ਅਣਖੀਲਾ ਇਤਿਹਾਸ ਹੋਵੇ? ਕੋਈ ਇੱਕ ਵੀ ਕਿਤਾਬ ਨਹੀਂ। ਔਰ ਪੇਸ਼ਾਵਰ ਦਾ ਉਹ ਇਲਾਕਾ ਹੈ ਜਿਹੜਾ 850 ਸਾਲ ਮੁਗਲਾਂ ਦੇ ਅਧੀਨ ਰਿਹਾ ਹੈ ਅਤੇ ਰਾਜੇ ਜੈਪਾਲ ਤੋਂ ਬਾਅਦ ਜੇਕਰ ਪੇਸ਼ਾਵਰ ਨੂੰ ਫਤਿਹ ਕਿਸੇ ਕੌਮ ਨੇ ਕੀਤਾ ਤਾਂ ਕੇਵਲ ਸਿੱਖਾਂ ਨੇ। ਇਸ ਤੋਂ ਪਹਿਲਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲਾਂ ਤੋਂ ਪਹਿਲਾਂ ਪੇਸ਼ਾਵਰ ਦੇ ਇਲਾਕੇ ਨੂੰ ਕੋਈ ਜਰਨੈਲ ਹਿੰਦੁਸਤਾਨ ਦੇ ਵਿੱਚ ਐਸਾ ਨਹੀਂ ਜੰਮਿਆ ਜਿਹੜਾ ਹਿੰਦੁਸਤਾਨ ਦੇ ਵਿੱਚ ਪੰਜਾਬ ਦਾ ਹਿੱਸਾ ਬਣਾ ਸਕਿਆ ਹੋਵੇ। 850 ਸਾਲ ਬਾਅਦ ਉਸ ਇਲਾਕੇ ਦੇ ਉੱਪਰ ਕਬਜ਼ਾ ਕੀਤਾ ਗਿਆ। ਪੇਸ਼ਾਵਰ ਦੀ ਜਿਸ ਵੇਲੇ ਫਤਿਹ ਹੋਈ ਅਤੇ ਉੱਥੋਂ ਦਾ ਜਿਹੜਾ ਮੁਹੰਮਦ ਸੁਲਤਾਨ ਨਾਂ ਦਾ ਜਰਨੈਲ ਸੀ ਉਹ ਹਾਰ ਗਿਆ। ਜਦੋਂ ਇਸ ਗੱਲ ਦਾ ਪਤਾ ਕਾਬਲ ਦੇ ਵਿੱਚ ਬੈਠੇ ਦੋਸਤ ਮੁਹੰਮਦ ਖਾਨ ਨੂੰ ਪਤਾ ਲੱਗਾ ਅਤੇ ਦੋਸਤ ਮੁਹੰਮਦ ਖਾਨ ਨੇ ਇੱਕ ਚਿੱਠੀ ਲਿਖੀ ਹੈ ਹਰੀ ਸਿੰਘ ਨਲੂਏ ਨੂੰ, ਅਤੇ ਉਸ ਸਮੇਂ ਹਰੀ ਸਿੰਘ ਨਲੂਏ ਦੇ ਨਾਲ ਮੈਦਾਨੇ ਜੰਗ 'ਚ ਜਾਣ ਵਾਲਾ ਪਤਾ ਕੌਣ ਸੀ? ਆ ਕੁਝ ਦਿਨ ਹੀ ਹੋਏ ਨੇ, ਆ ਜਦੋਂ ਕਾਰ ਸੇਵਾ ਵਾਲੇ ਬਾਬਿਆਂ ਨੇ ਤਰਨ ਤਾਰਨ ਸਾਹਿਬ ਦੀ ਡੇੜੀ ਨੂੰ ਢਾਇਆ ਹੈ ਅਤੇ ਸਾਡੀ ਮਾਨਸਿਕਤਾ ਦੇ ਵਿੱਚ ਇੱਕਦਮ ਕੰਵਰ ਨੌ ਨਿਹਾਲ ਸਿੰਘ ਦਾ ਨਾਮ ਆਇਆ ਸੀ। ਕੰਵਰ ਨੌ ਨਿਹਾਲ ਸਿੰਘ ਦੀ ਉਸ ਸਮੇਂ 1834 'ਚ ਉਮਰ 14 ਸਾਲ ਸੀ ਜਦੋਂ ਉਹ ਹਰੀ ਸਿੰਘ ਨਲੂਏ ਦੇ ਨਾਲ ਪੇਸ਼ਾਵਰ ਨੂੰ ਫਤਿਹ ਕਰਨ ਵਾਸਤੇ ਗਿਆ। ਹੁਣ ਤੁਸੀਂ ਵੇਖ ਲਓ ਕਿ ਸਾਡੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਜਰਨੈਲ ਸੀ ਜਿਨ੍ਹਾਂ ਨੇ ਇੰਨੀਆਂ ਇੰਨੀਆਂ ਵੱਡੀਆਂ ਮੁਹਿੰਮਾਂ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਹੈ ਉਹਨਾਂ ਦੀ ਉਮਰ ਕੀ ਸੀ? 14 ਸਾਲ ਦੀ ਉਮਰ ਦੇ ਵਿੱਚ ਕੰਵਰ ਨੌ ਨਿਹਾਲ ਸਿੰਘ ਨੇ ਉਸ ਇਲਾਕੇ ਨੂੰ ਫਤਿਹ ਕੀਤਾ ਹਰੀ ਸਿੰਘ ਨਲੂਏ ਦੇ ਨਾਲ। ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਨੂੰ ਬਕਾਇਦਾ ਤਾਕੀਦ ਕੀਤੀ ਸੀ ਕਿ ਤੁਸੀਂ ਮੇਰੇ ਪੁੱਤਰੇ ਕੰਵਰ ਨੌ ਨਿਹਾਲ ਸਿੰਘ ਨੂੰ ਮੈਦਾਨੇ ਜੰਗ ਦੀ ਯੁੱਧ ਨੀਤੀ ਦੀ ਅਤੇ ਰਾਜਨੀਤੀ ਦੀ ਸਿਖਲਾਈ ਦਿਓ। ਕੰਵਰ ਨੌ ਨਿਹਾਲ ਸਿੰਘ ਨੇ ਉਸ ਇਲਾਕੇ 'ਚ ਜਿੰਨੀਆਂ ਵੀ ਜਿੱਤਾਂ ਪ੍ਰਾਪਤ ਕੀਤੀਆਂ ਨੇ, ਜਿੰਨੇ ਵੀ ਇਲਾਕੇ ਹੋਰ ਫਤਿਹ ਕੀਤੇ ਨੇ ਹਜ਼ਰੋਂ ਤੋਂ ਲੈ ਕੇ ਪੇਸ਼ਾਵਰ ਤੱਕ ਦੇ ਇਲਾਕੇ, ਸਾਰੇ ਹਰੀ ਸਿੰਘ ਨਲੂਏ ਦੇ ਨਾਲ ਫਤਿਹ ਕੀਤੇ ਨੇ। ਹਰੀ ਸਿੰਘ ਨਲੂਏ ਦੇ ਨਾਲ ਰਿਹਾ। ਹਰੀ ਸਿੰਘ ਨਲੂਏ ਨੇ ਪੇਸ਼ਾਵਰ 'ਤੇ ਕਬਜ਼ਾ ਕੀਤਾ। ਦੋਸਤ ਮੁਹੰਮਦ ਖਾਨ ਨੇ ਚਿੱਠੀ ਲਿਖੀ ਹੈ। ਉਸ ਚਿੱਠੀ ਲਿਖਣ ਦਾ ਕਾਰਨ ਕੀ ਸੀ? ਪੇਸ਼ਾਵਰ ਤੋਂ ਅੱਗੇ ਅਟਕ, ਅਟਕ ਤੋਂ ਅੱਗੇ ਜਮਰੌਦ, ਜਮਰੌਦ ਤੋਂ ਅੱਗੇ ਜਲਾਲਾਬਾਦ ਅਤੇ ਜਲਾਲਾਬਾਦ ਤੋਂ ਅੱਗੇ ਕਾਬਲ। ਉਸ ਵੇਲੇ ਦੋਸਤ ਮੁਹੰਮਦ ਖਾਨ ਸਮਝ ਗਿਆ ਕਿ ਜੇਕਰ ਸਿੱਖ ਫੌਜਾਂ ਨੇ ਅੱਜ ਪੇਸ਼ਾਵਰ 'ਤੇ ਕਬਜ਼ਾ ਕਰ ਲਿਆ, ਇਸ ਤੋਂ ਬਾਅਦ ਜਮਰੌਦ 'ਤੇ ਕਬਜ਼ਾ ਕਰਨਗੇ, ਜਮਰੌਦ ਤੋਂ ਬਾਅਦ ਜਲਾਲਾਬਾਦ 'ਤੇ ਕਬਜ਼ਾ ਕਰਨਗੇ ਅਤੇ ਕਾਬਲ ਤੋਂ ਹਮਲਾ ਕਰਨ ਤੋਂ ਫਿਰ ਸਿੱਖਾਂ ਨੂੰ ਕੋਈ ਨਹੀਂ ਬਚਾ ਸਕਦਾ। ਉਸਨੇ ਚਿੱਠੀ ਲਿਖੀ ਹੈ। ਉਸ ਚਿੱਠੀ ਦੇ ਵਿੱਚ ਉਸਨੇ ਲਿਖਿਆ, ਉਸਨੇ ਕਿਹਾ ਕਿ ਪੇਸ਼ਾਵਰ ਮੁਸਲਮਾਨਾਂ ਦਾ ਹੈ, ਪੇਸ਼ਾਵਰ ਪਠਾਣਾਂ ਦਾ ਹੈ,
ਤੁਸੀਂ ਆਪਣੀ ਫੌਜ ਨੂੰ ਇੱਥੋਂ ਲੈ ਕੇ ਵਾਪਸ ਚਲੇ ਜਾਓ। ਜੇ ਤੁਸੀਂ ਪਿਸ਼ਾਵਰ ਦਾ ਇਲਾਕਾ ਨਾ ਛੱਡਿਆ ਤਾਂ ਪਠਾਣਾ ਦਾ ਬੱਚਾ ਬੱਚਾ ਮਰਤਾ ਜਾਵੇਗਾ, ਪਰ ਪਿਸ਼ਾਵਰ ਦੇ ਉੱਪਰ ਤੁਹਾਡਾ ਕਬਜ਼ਾ ਨਹੀਂ ਰਹਿਣ ਦੇਵੇਗਾ। ਸਰਦਾਰ ਹਰੀ ਸਿੰਘ ਨਲੂਏ ਨੇ ਫਾਰਸੀ ਦੇ ਵਿੱਚ ਕੰਵਰ ਨੌ ਨਿਹਾਲ ਸਿੰਘ ਦੀ ਸਹਿਮਤੀ ਦੇ ਨਾਲ ਉਹਨੂੰ ਇੱਕ ਖੱਤ ਲਿਖਿਆ। ਉਸ ਖੱਤ ਦੇ ਵਿੱਚ ਉਸਨੇ ਲਿਖਿਆ ਹੈ, ਕੰਵਰ ਨੌ ਨਿਹਾਲ ਸਿੰਘ ਨੇ ਅਤੇ ਹਰੀ ਸਿੰਘ ਨਲੂਏ ਨੇ ਕਾਬਲ ਦੇ ਪਠਾਣ ਦੋਸਤ ਮੁਹੰਮਦ ਖਾਨ ਨੂੰ, ਕਹਿੰਦਾ, ਦੋਸਤ ਮੁਹੰਮਦ ਖਾਨ, ਇਹ ਇਲਾਕਾ 800 ਸਾਲ ਪਹਿਲਾਂ ਪੰਜਾਬ ਦਾ ਹਿੱਸਾ ਸੀ, ਤੁਸੀਂ ਕਬਜ਼ਾ ਕੀਤਾ ਸੀ, ਅੱਜ 825 ਸਾਲ ਬਾਅਦ ਦੁਬਾਰਾ ਫਿਰ ਅਸੀਂ ਪਿਸ਼ਾਵਰ ਦੇ ਇਲਾਕੇ ਨੂੰ ਪੰਜਾਬ ਦੇ ਵਿੱਚ ਮਿਲਾ ਲਿਆ ਹੈ। ਹੱਕ ਬਾ ਹੱਕਦਾਰ ਰਸੀਦ, ਉਸਦੇ ਆਖਰੀ ਸ਼ਬਦ ਨੇ, ਜਿਹਦਾ ਹੱਕ ਸੀ ਉਹਨੇ ਜ਼ੁਰਤ ਦੇ ਨਾਲ ਲੈ ਲਿਆ, ਹੁਣ ਜੇ ਤੂੰ ਜ਼ੁਰਤ ਦੇ ਨਾਲ ਸਾਡੇ ਕੋਲ ਪਿਸ਼ਾਵਰ ਲੈਣਾ ਚਾਹੁੰਦਾ ਤਾਂ ਮੈਦਾਨੇ ਜੰਗ ਦੇ ਵਿੱਚ ਆ ਜਾ, ਅਗਲੀ ਗੱਲ ਅਸੀਂ ਤੇਗ ਦੀ ਨੋਕ ਦੇ ਨਾਲ ਖੂਨ ਦੇ ਨਾਲ ਲਿਖਾਂਗੇ, ਇਸ ਤਰ੍ਹਾਂ ਤੈਨੂੰ ਅਸੀਂ ਨਹੀਂ ਦੇਵਾਂਗੇ। ਪਿਸ਼ਾਵਰ ਦੇ ਉੱਪਰ ਕਬਜ਼ਾ ਹੋਇਆ। ਉਸ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਦੀ ਇੱਕ ਅਹਿਮ ਘਟਨਾ ਹੈ, ਕਸ਼ਮੀਰ ਦਾ ਗਵਰਨਰ ਬਣਨਾ। ਕਸ਼ਮੀਰ ਦਾ ਗਵਰਨਰ ਬਣਨ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ਆਪਣੇ ਨਾਮ ਦਾ ਸਿੱਕਾ ਜਾਰੀ ਕਰਨ ਦਾ ਅਧਿਕਾਰ ਵੀ ਦਿੱਤਾ ਹੈ। ਪਰ ਇਹਦੇ ਪਿੱਛੇ ਸਾਡੀ ਜਿਹੜੀ ਇਤਿਹਾਸ ਦੀ ਪਰੰਪਰਾ ਉਹ ਬਹੁਤ ਵੱਡੀ ਹੈ। ਅਹਿਮਦ ਸ਼ਾਹ ਅਬਦਾਲੀ, ਤੁਸੀਂ ਸਾਰੇ ਜਾਣਦੇ ਹੋ ਹਿੰਦੁਸਤਾਨ ਦੇ ਉੱਪਰ ਕਿੰਨੇ ਹਮਲੇ ਕੀਤੇ। ਵੀਰ ਜੀ ਨੇ ਹੁਣੇ ਜ਼ਿਕਰ ਕੀਤਾ ਸੀ, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਦੇ ਸੂਬੇਦਾਰ ਨੂੰ ਪੁੱਛਿਆ ਸੀ ਨਾ ਕਿ ਮੈਂ ਮਰੱਟਿਆਂ ਦਾ ਇੱਕ ਵਾਰੀ ਲੱਕ ਤੋੜਿਆ ਪਾਣੀਪਤ ਦੇ ਮੈਦਾਨ ਦੇ ਵਿੱਚ, ਉਸ ਤੋਂ ਬਾਅਦ ਮਰੱਟੇ ਮੇਰੇ ਅੱਗੇ ਸਿਰ ਨਹੀਂ ਚੁੱਕ ਸਕੇ। ਉਸ ਤੋਂ ਬਾਅਦ ਮਰੱਟਿਆਂ ਨੇ ਅਬਦਾਲੀ ਦਾ ਸਾਹਮਣਾ ਨਹੀਂ ਕੀਤਾ, ਉਸਨੇ ਲਾਹੌਰ ਦੇ ਫੌਜਦਾਰ ਨੂੰ ਪੁੱਛਿਆ ਸੀ ਇਹ ਸਿੱਖ ਕੌਣ ਨੇ, ਮੈਂ ਦਿੱਲੀ ਤੋਂ ਦਿੱਲੀ ਦੀਆਂ ਔਰਤਾਂ, ਦਿੱਲੀ ਦੀਆਂ ਬੇਟੀਆਂ, ਦਿੱਲੀ ਦੀਆਂ ਲੜਕੀਆਂ, ਦਿੱਲੀ ਦੀ ਦੌਲਤ, ਦਿੱਲੀ ਦੇ ਘੋੜੇ, ਹਾਥੀ, ਊਠ ਲੁੱਟ ਕੇ ਲੈ ਕੇ ਆਉਣਾ। ਰਸਤੇ ਦੇ ਵਿੱਚ ਕਿਤੇ ਚੜ੍ਹਤ ਸਿੰਘ ਖੋਹ ਲੈਂਦਾ ਹੈ, ਕਿਤੇ ਬਘੇਲ ਸਿੰਘ ਖੋਹ ਲੈਂਦਾ ਹੈ, ਕਿਤੇ ਕਰਮ ਸਿੰਘ ਖੋਹ ਲੈਂਦਾ ਹੈ, ਕਿਤੇ ਹਰੀ ਸਿੰਘ ਖੋਹ ਲੈਂਦਾ ਹੈ, ਇਹ ਹੈ ਕੌਣ? ਉਸਨੇ ਕਿਹਾ ਸੀ ਸਿੱਖ ਨੇ। ਕਹਿੰਦਾ ਇਹਨਾਂ ਦਾ ਆਗੂ ਕੌਣ ਹੈ? ਕਹਿੰਦਾ ਸ਼ਹਿਨ ਸ਼ਾਹ ਖੁਦ ਹੀ ਕੋ ਭਾਖ ਤਕਾਨ ਨਾ ਕਾਹੂ ਕੀਏ ਰਾਖਤ। ਜਿਹੜਾ ਵੀ ਸਿੱਖ ਮੈਦਾਨੇ ਜੰਗ ਦੇ ਵਿੱਚ ਆਪਣੇ ਦਲ ਦੀ ਅਗਵਾਈ ਕਰਦਾ, ਜੰਗ ਦੇ ਵਿੱਚ ਜਾਂਦਾ, ਉਹ ਆਗੂ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ। ਅੱਜ ਤਾਂ ਸਾਡੀ ਕੌਮ ਦਾ ਆਗੂ ਆਗੂ ਬਣ ਕੇ ਵੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ। ਜਿੰਨਾ ਕੌਮ ਦੀ ਵਿਚਾਰਧਾਰਕ ਪੱਖ ਤੋਂ ਨੁਕਸਾਨ ਹੋਇਆ, ਦੁਰਗਤੀ ਹੋਈ ਹੈ, ਉਹ ਉਸ ਸਮੇਂ ਦੇ ਵਿੱਚ ਹੋਈ ਹੈ ਜਿਹਨੂੰ ਅਸੀਂ ਸਿੱਖ ਆਗੂਆਂ ਦੀ ਸਰਕਾਰ ਕਹਿੰਦੇ ਰਹੇ। ਪਰ ਉਹਨਾਂ ਸਮਿਆਂ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਲਾਹੌਰ ਦਾ ਸੂਬੇਦਾਰ ਕਹਿੰਦਾ, ਕਹਿੰਦਾ ਸ਼ਹਿਨ ਸ਼ਾਹ ਖੁਦ ਹੀ ਕੋ ਭਾਖਤ ਕਾਨ ਨਾ ਕਾਹੂੰ ਕੀ ਇਹ ਰਾਖਤ। ਕਹਿੰਦਾ ਫਿਰ ਇਹਨਾਂ ਦਾ ਗੁਰੂ ਕੌਣ ਹੈ? ਕਹਿੰਦਾ ਮੁਰਸ਼ਦ ਇਨਕਾ ਵਲੀ ਪਿਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਅੰਮ੍ਰਿਤ ਦੇ ਰੂਪ ਦੇ ਵਿੱਚ ਪਤਾ ਨਹੀਂ ਕਿਹੜੀ ਸ਼ਕਤੀ ਦੇ ਦਿੱਤੀ ਹੈ, ਅਸੀਂ ਮਾਰਦੇ ਮਾਰਦੇ ਖੱਪ ਗਏ ਹਾਂ ਪਰ ਇਹ ਸਾਡੇ ਕੋਲੋਂ ਖਤਮ ਨਹੀਂ ਹੋਏ। ਕਹਿੰਦਾ ਖਾਂਦੇ ਕੀ ਨੇ? ਰੋਟੀ ਪਾਣੀ ਜੇ ਜੰਗਲਾਂ 'ਚ ਰਹਿੰਦੇ ਨੇ ਖਾਂਦੇ ਕੀ ਨੇ? ਕਹਿੰਦਾ ਇਹ ਤਾਂ ਪਤਾ ਨਹੀਂ, ਇਹ ਘਾਹ ਬੂਟ ਖਾ ਕੇ, ਜੰਗਲਾਂ ਦੇ ਪੱਤੇ ਖਾ ਕੇ, ਰੁੱਖ ਖਾ ਕੇ, ਘਾਹ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਨੇ, ਪਰ ਖਾਂਦੇ ਕਿਵੇਂ ਨੇ ਮੈਂ ਤੈਨੂੰ ਇਹ ਦੱਸ ਸਕਦਾ? ਕਹਿੰਦਾ ਕਿਵੇਂ ਖਾਂਦੇ ਨੇ? ਕਹਿੰਦਾ ਲੰਗਰ ਤਿਆਰ ਕਰਦੇ ਨੇ, ਨਗਾਰਾ ਵਜਾਉਂਦੇ ਨੇ, ਅਤੇ ਫਿਰ ਉੱਚੀ ਆਵਾਜ਼ ਦੇ ਵਿੱਚ ਕਹਿੰਦੇ ਨੇ, ਭੁੱਖਾ ਦੇਤ ਆਵਾਜ਼ਾਂ ਕੋਈ, ਆਓ ਦੇਗ ਤਿਆਰ ਗੁਰ ਹੋਈ, ਕਿ ਸਾਡੇ ਗੁਰੂ ਦਾ ਲੰਗਰ ਤਿਆਰ ਹੈ, ਜੇ ਕੋਈ ਦੁਸ਼ਮਣ ਵੀ ਸਾਡੀ ਆਵਾਜ਼ ਸੁਣ ਰਿਹਾ ਤਾਂ ਆ ਕੇ ਛੱਕ ਜਾ ਸਕਦਾ। ਅਹਿਮਦ ਸ਼ਾਹ ਅਬਦਾਲੀ ਹੱਸਿਆ, ਇੰਨੇ ਕਮਲੇ ਨੇ, ਇੰਨੇ ਮੂਰਖ ਨੇ, ਲੰਗਰ ਆਪ ਤਿਆਰ ਕਰਦੇ ਨੇ ਅਤੇ ਬੁਲਾਉਂਦੇ ਦੁਸ਼ਮਣ ਨੂੰ ਨੇ ਕਿ ਆ ਕੇ ਛੱਕ ਜਾਓ, ਕਹਿੰਦਾ ਜੇ ਦੁਸ਼ਮਣ ਆ ਜਾਵੇ? ਕਹਿੰਦਾ ਆ ਜਾਵੇ। ਕਹਿੰਦਾ ਜੇ ਲੰਗਰ 'ਚ ਬੈਠ ਜਾਵੇ? ਕਹਿੰਦਾ ਕੁਝ ਨਹੀਂ ਕਹਿੰਦੇ, ਬੈਠ ਜਾਵੇ। ਕਹਿੰਦਾ ਜੇ ਲੰਗਰ ਛੱਕ ਜਾਵੇ?
ਕਹਿੰਦਾ ਛੱਕ ਜਾਵੇ। ਕਹਿੰਦਾ ਜੇ ਸਾਰਾ ਹੀ ਛੱਕ ਜਾਵੇ, ਇਹਨਾਂ ਦੇ ਛੱਕਣ ਦੇ ਵਾਸਤੇ ਕੁਝ ਬਚੇ ਹੀ ਨਾ, ਤੇ ਕਹਿੰਦਾ ਫਿਰ ਵੀ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਕੇ ਕਹਿੰਦੇ ਨੇ ਬੱਚੇ ਤੋਂ ਦਾਨਾ ਆਪ ਖਲੇ ਹੈ, ਨਹੀਂ ਤਾਂ ਲੰਗਰ ਮਸਤ ਬਤੇ ਹੈ। ਫਿਰ ਕਹਿੰਦੇ ਲੰਗਰ ਮਸਤਾਨਾ ਹੋ ਗਿਆ। ਫਿਰ ਉਹਨੇ ਇੱਕ ਗੱਲ ਕਹੀ ਸੀ, ਅਜ਼ੀਂ ਕੌਮ ਬੂ ਬਾਦਸ਼ਾਹੀਏ ਆਮਦ, ਜੇ ਇਸ ਕੌਮ ਦੇ ਵਿੱਚ ਇੰਨੇ ਵੱਡੇ ਗੁਣ ਨੇ ਨਾ, ਫਿਰ ਇਸ ਕੌਮ ਦੇ ਵਿੱਚੋਂ ਮੈਨੂੰ ਬਾਦਸ਼ਾਹ ਦੀ ਬੋ ਆਉਂਦੀ ਹੈ, ਕਦੀ ਰਾਜੇ ਜ਼ਰੂਰ ਬਣਨਗੇ। ਜੇ ਇਸ ਕੌਮ ਦੇ ਵਿੱਚ ਇੰਨੇ ਗੁਣ ਨੇ, ਅੱਜ ਉਹ ਗੁਣ ਹੀ ਤਾਂ ਖਤਮ ਹੋਏ ਨੇ, ਕੌਮ ਥੋੜ੍ਹਾ ਖਤਮ ਹੋਈ ਹੈ। ਦਸਤਾਰਾਂ ਵਾਲੇ ਅਸੀਂ ਹਾਂ, ਅੰਮ੍ਰਿਤਧਾਰੀ ਅਸੀਂ ਹਾਂ, ਰਾਜਨੀਤਿਕ ਪਾਰਟੀ ਸਾਡੀ ਹੈ, ਪਰ ਉਹ ਗੁਣ ਖਤਮ ਹੋ ਗਏ ਸਾਡੇ ਵਿੱਚੋਂ, ਜਿਨ੍ਹਾਂ ਗੁਣਾਂ ਦਾ ਅਬਦਾਲੀ ਨੂੰ ਵੀ ਪਤਾ ਸੀ ਅਤੇ ਅਬਦਾਲੀ ਨੇ ਉਹਨਾਂ ਗੁਣਾਂ ਨੂੰ ਸੁਣ ਕੇ ਕਹਿ ਦਿੱਤਾ ਸੀ ਅਜ਼ੀਂ ਕੌਮ ਬੂ ਬਾਦਸ਼ਾਹੀਏ ਆਮਦ, ਕਿ ਇਸ ਕੌਮ ਦੇ ਵਿੱਚੋਂ ਮੈਨੂੰ ਹੁਣ ਬਾਦਸ਼ਾਹਤ ਦੀ ਬੋ ਆਉਂਦੀ ਹੈ, ਇਹ ਕਦੀ ਨਾ ਕਦੀ ਰਾਜੇ ਜ਼ਰੂਰ ਬਣਨਗੇ। ਅਹਿਮਦ ਸ਼ਾਹ ਅਬਦਾਲੀ ਦੀ ਕਾਬਲ ਮੌਤ ਹੋਈ, ਉਹਦੇ ਪੁੱਤਰਾਂ ਦੇ ਵਿੱਚ ਤਖ਼ਤ ਤੋਂ ਲੈ ਕੇ ਲੜਾਈ ਛਿੜ ਪਈ। ਉਹ ਲੜਾਈ ਐਸੀ ਛਿੜੀ ਕਿ ਉਹਦੇ ਪੁੱਤਰਾਂ ਨੇ ਆਪਸ ਦੇ ਵਿੱਚ ਖਾਨਾ ਜੰਗੀ ਸ਼ੁਰੂ ਕਰ ਲਈ। ਅਖੀਰ ਫਤਿਹ ਖਾਨ ਕਾਬਲ ਦਾ ਹਾਕਮ ਬਣ ਗਿਆ, ਅਤੇ ਜਿਹੜਾ ਆਪਣੇ ਆਪ ਨੂੰ ਅਹਿਮਦ ਸ਼ਾਹ ਅਬਦਾਲੀ ਦਾ ਅਧਿਕਾਰੀ ਸਮਝਦਾ ਸੀ ਸ਼ਾਹ ਸੁਜਾ, ਉਸ ਨੂੰ ਕੈਦ ਕਰ ਲਿਆ ਗਿਆ। ਜਿਹੜਾ ਕੋਹੇਨੂਰ ਹੀਰਾ ਹੈ ਇਹ ਸ਼ਾਹ ਸੁਜਾ ਦੇ ਕੋਲ ਸੀ, ਅਬਦਾਲੀ ਦੇ ਸ਼ਾਹ ਸੁਜਾ ਨੂੰ ਦੇ ਦਿੱਤਾ ਸੀ। ਜੇ ਇਸ ਨੂੰ ਪਿੱਛੇ ਇਤਿਹਾਸ ਦੇ ਵਿੱਚ ਵੇਖਣਾ ਤਾਂ ਇਹ ਹੀਰਾ ਗੋਲਕੰਡੇ ਦੀਆਂ ਪਠਾਣਾਂ ਜਿਹੜੀਆਂ ਖਾਣਾਂ ਨੇ ਉਹਦੇ ਵਿੱਚੋਂ ਨਿਕਲਿਆ ਸੀ। ਇਸ ਨੂੰ ਸਭ ਤੋਂ ਪਹਿਲਾਂ ਸ਼ਾਹਜਹਾਨ ਨੂੰ ਦਿੱਤਾ ਗਿਆ ਸੀ। ਸ਼ਾਹਜਹਾਨ ਤੋਂ ਚੱਲਦਾ ਚੱਲਦਾ ਇਹ ਜਿਹੜਾ ਹੀਰਾ ਸੀਗਾ ਇਹ ਆ ਗਿਆ ਸੀ ਔਰੰਗਜ਼ੇਬ ਦੇ ਕੋਲ। ਆਹ ਤੁਸੀਂ ਹੁਣ ਦਾ ਇਤਿਹਾਸ ਪੜ੍ਹ ਕੇ ਵੇਖੋ, ਮੈਂ ਪਿੱਛੇ ਜਿਹੇ ਅੰਗਰੇਜ਼ੀ ਦੀ ਇੱਕ ਕਿਤਾਬ ਕੀਤੀ ਦਾ ਹਿਸਟਰੀ ਆਫ ਕੋਹੇਨੂਰ, ਅਤੇ ਪਤਾ ਉਹਦੇ 'ਚ ਕੀ ਲਿਖਿਆ ਸੀ ਜੀ, ਇਹ ਕੋਹੇਨੂਰ ਹੀਰਾ ਤਾਂ ਸਾਡੇ ਕੌਰਵਾਂ ਪਾਂਡਵਾਂ ਦਾ ਸੀ। ਕਿਤਾਬ ਛਪੀ ਹੈ, ਪੜ੍ਹਾਈ ਜਾ ਰਹੀ, ਵਿਕ ਰਹੀ ਹੈ, ਅੰਗਰੇਜ਼ੀ ਦੀ ਕਿਤਾਬ ਦਾ ਹਿਸਟਰੀ ਆਫ ਕੋਹੇਨੂਰ ਲਿਖਿਆ ਹੈ, ਅਤੇ ਕੌਰਵਾਂ ਪਾਂਡਵਾਂ ਦਾ ਹੀਰਾ ਸੀ। ਵੀ ਹੋਰ ਕਿਤੇ ਤੁਹਾਡੀ ਮਹਾਂਭਾਰਤ ਜ਼ਿਕਰ ਨਹੀਂ ਆਉਂਦਾ ਕਿ ਕਿਹਨਾਂ ਦਾ ਸੀ ਇਤਿਹਾਸ, ਉਹਦਾ ਸਾਡੇ ਸਾਰੇ ਸਾਹਮਣੇ ਹੈ। ਤੁਸੀਂ ਹੀਰੇ ਨੂੰ ਕੌਰਵਾਂ ਪਾਂਡਵਾਂ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਜੇ ਕੌਰਵਾਂ ਪਾਂਡਵਾਂ ਦਾ ਹੁੰਦਾ ਤਾਂ ਲੜਾਈ ਦਰੋਪਦੀ ਤਾਂ ਨਾ ਹੁੰਦੀ, ਹੀਰੇ ਤੋਂ ਹੁੰਦੀ, ਕਿਉਂਕਿ ਉਸ ਸਮੇਂ ਦੀ ਸਭ ਤੋਂ ਵੱਡੀ ਕੀਮਤੀ ਚੀਜ਼ ਇਹ ਸੀ। ਸੋ ਖੈਰ, ਉਸ ਸਮੇਂ ਇਹ ਹੀਰਾ ਸ਼ਾਹਜਹਾਨ ਤੋਂ ਔਰੰਗਜ਼ੇਬ ਤੱਕ ਆਇਆ, ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹਦੇ ਪਰਿਵਾਰ ਦੇ ਕੋਲ ਆਇਆ, ਅਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਤੋਂ ਪਹਿਲਾਂ ਨਾਦਰ ਸ਼ਾਹ ਨੇ ਦਿੱਲੀ 'ਤੇ ਕਬਜ਼ਾ ਕੀਤਾ ਅਤੇ ਉਹ ਹੀਰਾ ਨਾਦਰ ਸ਼ਾਹ ਨੇ ਖੋਲਿਆ, ਨਾਦਰ ਸ਼ਾਹ ਦੇ ਕੋਲ ਉਹ ਹੀਰਾ ਅਹਿਮਦ ਸ਼ਾਹ ਅਬਦਾਲੀ ਨੇ ਖੋਇਆ, ਅਤੇ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਉਹ ਹੀਰਾ ਸ਼ਾਹ ਸੁਜਾ ਦੇ ਕੋਲ ਆ ਗਿਆ। ਸ਼ਾਹ ਸੁਜਾ ਨੂੰ ਕੈਦ ਕਰ ਲਿਆ ਗਿਆ, ਪਰ ਉਸਨੇ ਉਹ ਹੀਰਾ ਜਿਹੜਾ ਸੀ ਉਹ ਲੁਕਾ ਲਿਆ ਕਿਤੇ। ਉਸ ਤੋਂ ਬਾਅਦ ਸ਼ਾਹ ਸੁਜਾ ਜਲਾਵਤਨ ਹੋ ਕੇ ਸ਼੍ਰੀਨਗਰ ਪਹੁੰਚ ਗਿਆ, ਅਤੇ ਸ਼੍ਰੀਨਗਰ ਦੇ ਰਾਜੇ ਜਬਾਰ ਖਾਨ ਨੂੰ ਜਦੋਂ ਪਤਾ ਲੱਗਾ ਨਾ ਕਿ ਦੁਨੀਆ ਦਾ ਕੀਮਤੀ ਹੀਰਾ ਇਹਦੇ ਕੋਲ ਹੈ, ਉਹਨੇ ਉਸਨੂੰ ਸ਼ੇਰਗੜੀ ਦੇ ਵਿੱਚ ਕੈਦ ਕਰ ਲਿਆ। ਇਹ ਘਟਨਾ 1817 ਦੀ ਹੈ। ਉੱਧਰੋਂ ਜਦੋਂ ਸ਼ਾਹ ਸੁਜਾ ਦੀ ਘਰ ਵਾਲੀ ਵਫਾ ਬੇਗਮ, ਜਦੋਂ ਉਹਨੇ ਵੇਖਿਆ ਕਿ ਜੇਕਰ ਇਸ ਏਸ਼ੀਆ ਦੇ ਖਿੱਤੇ ਦੇ ਵਿੱਚ ਮੇਰੇ ਘਰ ਵਾਲੇ ਦੀ ਕੋਈ ਜਾਨ ਬਚਾ ਸਕਦਾ ਹੈ ਤਾਂ ਉਹ ਸ਼ੇਰੇ ਪੰਜਾਬ ਰਣਜੀਤ ਸਿੰਘ ਹੈ, ਉਹ ਸਿੱਧੀ ਲਾਹੌਰ ਆਈ। ਲਾਹੌਰ ਆ ਕੇ ਫਕੀਰ ਅਜੀਜ਼ੂਦੀਨ ਨੂੰ ਮਿਲੀ। ਫਕੀਰ ਅਜੀਜ਼ੂਦੀਨ ਨੂੰ ਮਿਲ ਕੇ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਫਰਿਆਦੀ ਹੋਈ ਕਿ ਮੇਰੇ ਪਤੀ ਨੂੰ ਸ਼ੇਰਗੜੀ ਕਿਲ੍ਹੇ ਦੇ ਵਿੱਚ, ਜਿਹੜਾ ਸ਼੍ਰੀਨਗਰ ਦੇ ਵਿੱਚ ਹੈ, ਉੱਥੇ ਕੈਦ ਕੀਤਾ ਹੋਇਆ ਹੈ, ਜੇ ਕਿਤੇ ਤੁਸੀਂ ਮੇਰੇ ਪਤੀ ਨੂੰ ਉਸ ਕੈਦ ਦੇ ਵਿੱਚੋਂ ਮੁਕਤ ਕਰਾ ਦਿਓ ਤਾਂ ਮੈਂ ਤੁਹਾਨੂੰ ਕੋਹੇਨੂਰ ਹੀਰਾ ਦੇ ਦੇਵਾਂਗਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਦੋ ਵਾਰੀ ਸ਼੍ਰੀਨਗਰ 'ਤੇ ਹਮਲਾ ਕੀਤਾ, ਇੱਕ ਵਾਰੀ ਬਰਫ਼ ਪੈ ਗਈ ਅਤੇ ਪੀਰ ਪੰਜਾਬ ਦੇ ਲਾਗੇ ਤੋਂ ਵਾਪਸ ਆਉਣਾ ਪੈ ਗਿਆ। ਦੂਜੀ ਵਾਰੀ ਫਿਰ ਗਰਮੀਆਂ 'ਚ ਹਮਲਾ ਕੀਤਾ, ਉਹਦੇ ਵਿੱਚ ਸਰਦਾਰ ਖੜਕ ਸਿੰਘ, ਉਹਦੇ ਵਿੱਚ ਹਰੀ ਸਿੰਘ ਨਲੂਆ, ਦੀਵਾਨ ਮੋਹਕਮ ਚੰਦ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪ। ਫੌਜ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ,
ਇੱਕ ਪੀਰ ਪੰਜਾਲ ਦਾ ਇਲਾਕਾ, ਤੁਸੀਂ ਕਾਰਗਿਲ ਦਾ ਨਾਮ ਸੁਣਿਆ ਹੋਵੇਗਾ, ਉਹਦੇ ਨੇੜੇ ਦਾ ਇਲਾਕਾ, ਇੱਕ ਉਸ ਰਸਤੇ ਤੋਂ ਅਤੇ ਇੱਕ ਭਿੰਬਰ ਦੇ ਇਲਾਕੇ ਤੋਂ ਸ਼੍ਰੀਨਗਰ ਨੂੰ ਘੇਰ ਲਿਆ ਗਿਆ। ਇਸ ਘੇਰੇ ਦੇ ਵਿੱਚ ਉਸ ਸ਼ੇਰਗੜੀ ਦੇ ਉੱਪਰ ਹਮਲਾ ਕੀਤਾ ਗਿਆ। ਸ਼ੇਰਗੜੀ ਨੂੰ ਫਤਿਹ ਕਰਦਿਆਂ 350 ਸਿੱਖ ਸ਼ਹੀਦ ਹੋਏ, ਜਿਨ੍ਹਾਂ ਦਾ ਸ਼੍ਰੀਨਗਰ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਉਸ ਜਗ੍ਹਾ ਦੇ ਉੱਪਰ ਅੱਜ ਸ਼੍ਰੀਨਗਰ 'ਚ ਗੁਰਦੁਆਰਾ ਸ਼ਹੀਦਗੰਜ ਬਣਿਆ ਹੋਇਆ। ਸ਼ਾਹ ਸੁਜਾਨ ਨੂੰ ਉੱਥੋਂ ਮੁਕਤ ਕਰਾ ਕੇ ਲਾਹੌਰ ਲਿਆਂਦਾ ਗਿਆ ਅਤੇ ਲਾਹੌਰ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਆਪਣੇ ਇਕਰਾਰ ਦੇ ਮੁਤਾਬਕ ਉਹ ਕੋਹੇ ਨੂਰ ਹੀਰਾ ਸਾਨੂੰ ਦੇ ਦਿਓ। ਇੰਨਾ ਕੀਮਤੀ ਹੀਰਾ ਸੀ, ਉਹ ਹੀਰਾ ਦੇਣ ਤੋਂ ਫਿਰ ਮੁੱਕਰ ਗਿਆ। ਹੁਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਹੌਸਲਾ ਵੇਖੋ, ਕਹਿੰਦਾ ਕਿ ਤੂੰ ਮੇਰੀ ਕੈਦ ਦੇ ਵਿੱਚ ਹੈ, ਜੇ ਮੈਂ ਚਾਹਵਾਂ ਤੈਨੂੰ ਅਤੇ ਤੇਰੀ ਪਤਨੀ ਨੂੰ ਕੈਦ ਕਰਕੇ, ਤਸੀਹੇ ਦੇ ਕੇ, ਤਸ਼ੱਦਦ ਕਰਕੇ ਵੀ ਉਸ ਹੀਰੇ ਨੂੰ ਲੈ ਸਕਦਾ, ਪਰ ਮੈਂ ਇਹ ਕੁਛ ਨਹੀਂ ਕਰੂੰਗਾ। ਮੈਂ ਗੁਰੂ ਦਾ ਸਿੱਖ, ਮੈਂ ਤੁਹਾਡੀ ਮਜਬੂਰੀ ਦੇ ਵਿੱਚ ਤੁਹਾਨੂੰ ਕੈਦ ਕਰਕੇ ਉਹ ਹੀਰਾ ਨਹੀਂ ਲਊਂਗਾ। ਤੁਸੀਂ ਇਹ ਦੱਸੋ ਕਿ ਉਹ ਹੀਰਾ ਵੇਚਣਾ ਕਿੰਨੇ ਦਾ? 2 ਲੱਖ ਮੋਹਰਾਂ ਉਸ ਹੀਰੇ ਦਾ ਮੁੱਲ ਪਿਆ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸਜਾਦ ਦੇ ਪਰਿਵਾਰ ਨੂੰ 2 ਲੱਖ ਰੁਪਇਆ ਦੇ ਕੇ ਉਹ ਹੀਰਾ ਖਰੀਦਿਆ, ਜਿਹੜਾ ਹੀਰਾ ਦਲੀਪ ਸਿੰਘ ਤੋਂ ਬਾਅਦ ਅੰਗਰੇਜ਼ ਲੈ ਗਏ। ਅੱਜ ਉਸ ਹੀਰੇ ਦੇ 6 ਟੁਕੜੇ ਕਰ ਦਿੱਤੇ ਗਏ ਨੇ ਅਤੇ ਇੰਗਲੈਂਡ ਦੀ ਮਹਾਰਾਣੀ ਦੇ ਤਾਜ ਦੇ ਵਿੱਚ ਹੈ। ਕਦੀ ਅਸੀਂ ਉਸ ਹੀਰੇ ਦੇ ਵਾਰਸ ਸੀ। ਪਰ ਮੈਂ ਕਈ ਵਾਰੀ ਸੋਚਦਾ, ਅੱਜ ਤੋਂ 10 ਸਾਲ ਜਦੋਂ ਪਹਿਲਾਂ ਪੜ੍ਹਿਆ ਕਰਦਾ ਸੀ, ਜਾਂ ਜਦੋਂ ਮੈਂ ਇੰਗਲੈਂਡ ਜਾ ਕੇ ਵੇਖਦਾ ਸੀ ਕਿ ਹੀਰਾ ਸਾਡੀ ਜਾਇਦਾਦ ਹੈ, ਅਤੇ ਮੈਂ ਸੋਚਦਾ ਸੀ ਕਿ ਇਹ ਤਾਂ ਸਿੱਖਾਂ ਦੇ ਕੋਲ ਹੋਣਾ ਚਾਹੀਦਾ। ਪਰ ਜੋ ਹੁਣ ਆਪਣੀ ਕੌਮ ਦੇ ਹਾਲਾਤ ਵੇਖਦਾ, ਮੈਂ ਕਹਿੰਦਾ ਉੱਥੇ ਪਿਆ ਤਾਂ ਫਿਰ ਵੀ ਮਹਿਫੂਜ਼ ਹੈ, ਜੇਕਰ ਇੱਥੇ ਹੁੰਦਾ ਤਾਂ ਹੁਣ ਨੂੰ ਇਹਨਾਂ ਨੇ ਕੌਰਵਾਂ ਪਾਂਡਵਾਂ ਦਾ ਕਹਿ ਕੇ ਦਿੱਲੀ 'ਚ ਰੱਖਿਆ ਹੋਣਾ ਸੀ, ਹੁਣ ਨੂੰ ਇਹਨਾਂ ਨੇ ਉਹ ਵੀ ਸਾਡੇ ਕੋਲ ਖੋ ਲਿਆ ਹੋਣਾ ਸੀ। ਜੇ ਪੰਜਾਬ ਦਾ ਪਾਣੀ ਨਹੀਂ ਛੱਡਿਆ, ਪੰਜਾਬ ਦੇ ਹੱਕ ਨਹੀਂ ਛੱਡੇ, ਪੰਜਾਬ ਦੀ ਨੌਜਵਾਨੀ ਨਹੀਂ ਛੱਡੀ, ਤਾਂ ਉਹ ਇਹਨਾਂ ਨੇ ਹੀਰਾ ਸਾਡੇ ਕੋਲ ਕਿੱਥੋਂ ਛੱਡਣਾ ਸੀ, ਜਿਨ੍ਹਾਂ ਨੇ ਹੁਣ ਤੋਂ ਇਤਿਹਾਸ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਹੀਰਾ ਅਤੇ ਕੌਰਵਾਂ ਪਾਂਡਵਾਂ ਦਾ ਸੀ। ਖੈਰ, ਉਸ ਵੇਲੇ ਜਦੋਂ ਸ਼੍ਰੀਨਗਰ ਦੇ ਉੱਪਰ ਕਬਜ਼ਾ ਕੀਤਾ ਗਿਆ ਅਤੇ ਹਰੀ ਸਿੰਘ ਨਲੂਵੇ ਨੂੰ ਉੱਥੋਂ ਦਾ ਗਵਰਨਰ ਬਣਾਇਆ ਗਿਆ, ਹਰੀ ਸਿੰਘ ਨਲੂਵੇ ਨੇ ਆਪਣੇ ਨਾਮ ਦਾ ਸਿੱਕਾ ਜਾਰੀ ਕੀਤਾ ਸ਼੍ਰੀਨਗਰ ਦੇ ਵਿੱਚ। ਔਰ ਇੱਕ ਬੜੀ ਅਹਿਮ ਘਟਨਾ ਦੱਸਣੀ ਜ਼ਰੂਰੀ ਹੈ, ਉੱਥੇ 2 ਤਰ੍ਹਾਂ ਦੇ ਪਠਾਣ ਸੀ ਜਿਹੜੇ ਸਭ ਤੋਂ ਵੱਧ ਹਿੰਦੂਆਂ ਨੂੰ ਤੰਗ ਕਰਦੇ ਸੀ। ਇੱਕ ਪਠਾਣਾਂ ਨੂੰ ਕਹਿੰਦੇ ਅਸੀਂ ਬੱਬੇ ਪਠਾਣ, ਇੱਕ ਨੂੰ ਕਹਿੰਦੇ ਖੱਖੇ ਪਠਾਣ। ਤੁਸੀਂ ਜਿੰਨੀਆਂ ਵੀ ਇਤਿਹਾਸ ਦੀਆਂ ਕਿਤਾਬਾਂ ਪੜ੍ਹੋਗੇ, ਉਹਦੇ 'ਚ ਉਸ ਬੋਈ ਦੇ ਇਲਾਕੇ ਦੇ ਪਠਾਣ, ਜਿਹੜੇ ਮੁਜ਼ੱਫਰਾਬਾਦ ਤੋਂ ਸ਼੍ਰੀਨਗਰ ਟੰਗਾਮੂਲਾ ਤੱਕ ਦਾ ਇਲਾਕਾ, ਉਹਦੇ ਵਿੱਚ ਤੁਹਾਨੂੰ 2 ਤਰ੍ਹਾਂ ਦੇ ਪਠਾਣਾਂ ਦਾ ਜ਼ਿਕਰ ਮਿਲੇਗਾ, ਇੱਕ ਬੱਬੇ ਪਠਾਣ ਅਤੇ ਇੱਕ ਖੱਖੇ ਪਠਾਣ। ਅਤੇ ਜੇ ਇਹਨਾਂ ਦਾ ਪਿਛੋਕੜ ਵੇਖੀਏ 7 ਸਦੀਆਂ ਤੋਂ ਪਹਿਲਾਂ 7ਵੀਂ 8ਵੀਂ ਪੀੜ੍ਹੀ ਦੇ ਵਿੱਚ, ਅਤੇ ਬੱਬੇ ਪਠਾਣ ਉਹ ਨੇ ਜਿਹੜੇ ਬ੍ਰਾਹਮਣਾਂ ਤੋਂ ਮੁਸਲਮਾਨ ਬਣੇ, ਅਤੇ ਖੱਖੇ ਪਠਾਣ ਉਹ ਨੇ ਜਿਹੜੇ ਖੱਤਰੀਆਂ ਤੋਂ ਮੁਸਲਮਾਨ ਬਣੇ। ਸੋ ਇਹ ਬੱਬੇ ਅਤੇ ਖੱਖੇ, ਬ੍ਰਾਹਮਣਾਂ ਅਤੇ ਖੱਤਰੀਆਂ ਤੋਂ ਜਿਹੜੇ ਮੁਸਲਮਾਨ ਧਰਮ ਦੇ ਵਿੱਚ ਆਏ, ਉਹਨਾਂ ਨੂੰ ਬੱਬੇ ਅਤੇ ਖੱਖੇ ਪਠਾਣ ਕਿਹਾ ਜਾਂਦਾ। ਵਡੇਰੇ ਇਹਨਾਂ ਦੇ ਵੀ ਬ੍ਰਾਹਮਣ ਸੀ ਅਤੇ ਬ੍ਰਾਹਮਣਾਂ ਦੇ ਉੱਪਰ ਹੀ ਜ਼ੁਲਮ ਕਰ ਰਹੇ ਸੀ, ਜਿਨ੍ਹਾਂ ਨੂੰ ਹਰੀ ਸਿੰਘ ਨਲੂਵੇ ਨੇ ਉਸ ਸਮੇਂ ਸਜ਼ਾ ਦਿੱਤੀ। ਅਤੇ ਉਸ ਇਲਾਕੇ ਦੇ ਵਿੱਚ ਮੁਜ਼ੱਫਰਾਬਾਦ ਦੇ ਕੋਲ ਇੱਕ ਸ਼ਹਿਰ ਵਸਾਇਆ ਜਿਸ ਦਾ ਨਾਮ ਰੱਖਿਆ ਹਰੀ ਸਿੰਘਪੁਰਾ। ਇਤਿਹਾਸ ਦੇ ਉੱਪਰ ਮੈਂ ਖੋਜ ਕਰਦਾ, ਉਸ ਇਲਾਕੇ ਦੇ ਵਿੱਚ ਖੋਜ ਕਰਨ ਗਿਆ ਅਤੇ ਮੈਂ ਉੱਥੋਂ ਦੇ ਮੁਸਲਮਾਨਾਂ ਨੂੰ ਪੁੱਛਿਆ ਜੀ ਹਰੀ ਸਿੰਘਪੁਰਾ ਕਿੱਥੇ ਹੈ? ਕਹਿੰਦੇ ਜੀ ਹਰੀ ਸਿੰਘ ਦਾ ਅਸੀਂ ਨਾਮ ਨਹੀਂ ਲੈਂਦੇ। ਹੁਣ ਉਸ ਸ਼ਹਿਰ ਦਾ ਨਾਮ ਰੱਖਿਆ ਤ੍ਰਠ ਸਿੰਘਪੁਰਾ। ਵੈਸੇ ਹਰੀ ਸਿੰਘ ਹੈ ਕਾਗਜ਼ਾਂ ਦੇ ਵਿੱਚ ਨਾਮ, ਪਰ ਮੁਸਲਮਾਨ ਹਰੀ ਸਿੰਘਪੁਰਾ ਨਹੀਂ ਕਹਿੰਦੇ, ਅਜੇ ਵੀ ਹਰੀ ਸਿੰਘ ਤੋਂ ਡਰਦੇ ਨੇ, ਉਹ ਤ੍ਰਠ ਸਿੰਘਪੁਰਾ ਕਹਿੰਦੇ ਨੇ। ਅਤੇ ਕਸ਼ਮੀਰੀ ਭਾਸ਼ਾ ਦੇ ਵਿੱਚ ਤ੍ਰਠ ਦਾ ਮਤਲਬ ਹੁੰਦਾ ਅਸਮਾਨੀ ਬਿਜਲੀ, ਉਹ ਹਰੀ ਸਿੰਘ ਨਲੂਵੇ ਨੂੰ ਅਸਮਾਨੀ ਬਿਜਲੀ ਵਾਂਗੂ ਗਿਣਦੇ ਨੇ। ਕਹਿੰਦੇ ਉਹ ਤਾਂ ਅਸਮਾਨੀ ਬਿਜਲੀ ਵਾਂਗੂ ਆ ਕੇ ਡਿੱਗਦਾ ਸੀ, ਅਸੀਂ ਉਹਦਾ ਨਾਮ ਨਹੀਂ ਲੈਣਾ, ਅਜੇ ਵੀ ਡਰਦੇ। ਹਰੀ ਸਿੰਘਪੁਰਾ ਨਹੀਂ ਕਹਿੰਦੇ, ਉਹ ਤ੍ਰਠ ਸਿੰਘਪੁਰਾ ਕਹਿੰਦੇ। ਤੁਸੀਂ ਵੇਖ ਲਓ ਕਿ ਹੁਣ ਉਹ ਜਰਨੈਲ ਕਿੰਨਾ ਬਹਾਦਰ ਹੋਵੇਗਾ।
ਉਸ ਇਲਾਕੇ ਦੇ ਬੱਬੇ ਔਰ ਖੱਖੇ ਪਠਾਣਾਂ ਨੂੰ ਹਰੀ ਸਿੰਘ ਨਲੂਏ ਨੇ ਸੋਧਿਆ, ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਆਪਣੇ ਰਾਜ ਦੇ ਦਾਇਰੇ ਦੇ ਵਿੱਚ ਲਿਆਂਦਾ। ਔਰ ਉਸ ਸਮੇਂ ਫਿਰ ਉਸਨੇ ਇੱਕ ਐਲਾਨ ਕੀਤਾ, ਮੈਂ ਕਹਿੰਦਾ ਅੱਜ ਜਿਹੜੇ ਹਿੰਦੁਸਤਾਨ ਦੇ ਹੁਕਮਰਾਨ ਬਣੇ ਫਿਰਦੇ ਨੇ, ਜੇ ਕਿਤੇ ਆਪਣੇ ਇਤਿਹਾਸ ਨੂੰ ਪੜ੍ਹਨ ਤਾਂ ਇੱਕ ਫਾਰੂਕ ਅਬਦੁੱਲਾ ਦੀ ਲਿਖੀ ਹੋਈ ਕਿਤਾਬ ਹੈ ਉਰਦੂ ਦੇ ਵਿੱਚ ਆਤਿਸ਼ੇ ਚਨਾਰ, ਆਤਿਸ਼ੇ ਚਨਾਰ ਦਾ ਹੁਣ ਅੰਗਰੇਜ਼ੀ ਅਨੁਵਾਦ ਵੀ ਮਿਲਦਾ ਹੈ, ਕਿਤੇ ਪੜ੍ਹ ਕੇ ਵੇਖਿਓ। ਉਹਦੇ ਵਿੱਚ ਇੱਕ ਹੀ ਪਰਿਵਾਰ ਹੈ, ਰਾਜ ਕੌਲ ਅਤੇ ਰਘੂ ਰਾਮ ਕੌਲ, ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਜਿਹੜਾ ਸੀਗਾ ਸੈਯਦ ਇਬਰਾਹੀਮ ਦੇ ਰਾਹੀਂ ਮੁਸਲਮਾਨ ਬਣ ਗਿਆ ਅਤੇ ਇੱਕ ਹਿੰਦੂ ਬਣਿਆ ਰਿਹਾ। ਜਿਹੜਾ ਹਿੰਦੂ ਬਣਿਆ ਰਿਹਾ ਉਹਦੇ ਪਰਿਵਾਰ ਦੇ ਵਿੱਚੋਂ ਜਵਾਹਰ ਲਾਲ ਨਹਿਰੂ ਹੈ, ਅਤੇ ਜਿਹੜਾ ਮੁਸਲਮਾਨ ਰਿਹਾ ਉਹਦੇ ਵਿੱਚੋਂ ਫਾਰੂਕ ਅਬਦੁੱਲੇ ਦਾ ਖਾਨਦਾਨ ਹੈ। ਇਹ ਫਾਰੂਕ ਅਬਦੁੱਲਾ ਆਪਣੀ ਕਿਤਾਬ 'ਚ ਆਪ ਗਿਣਦਾ, ਇਹ ਇਹਨਾਂ ਲੋਕਾਂ ਦਾ ਇਤਿਹਾਸ ਹੈ, ਇਹ ਇਤਿਹਾਸ ਹੈ ਇਹਨਾਂ ਦਾ ਕਿ ਉਸ ਸਮੇਂ ਦੇ ਦੌਰਾਨ ਇਹਨਾਂ ਦੇ ਵਡੇਰੇ ਇੱਕ ਪਰਿਵਾਰ ਮੁਸਲਮਾਨ ਬਣ ਗਿਆ, ਇੱਕ ਪਰਿਵਾਰ ਇਸਲਾਮ ਧਰਮ ਦਾ ਧਾਰਨੀ ਬਣ ਕੇ ਉੱਧਰ ਚਲਾ ਗਿਆ ਅਤੇ ਇੱਕ ਪਰਿਵਾਰ ਹਿੰਦੂ ਰਿਹਾ। ਇਸੇ ਕਰਕੇ ਤੁਸੀਂ ਜਿਹੜੀ ਆਟੋਬਾਇਓਗ੍ਰਾਫੀ ਪੰਡਿਤ ਨਹਿਰੂ ਦੀ ਪੜ੍ਹੋ ਅਤੇ ਉਹ ਖੁਦ ਉਹਦੇ ਵਿੱਚ ਮੰਨਦਾ ਹੈ ਕਿ ਸਾਡੇ ਵੱਡੇ ਵਡੇਰੇ ਕਸ਼ਮੀਰ ਦੇ ਰਹਿਣ ਵਾਲੇ ਰਾਜ ਕੌਲ ਦੇ ਖਾਨਦਾਨ ਦੇ ਵਿੱਚੋਂ ਸੀ, ਅਤੇ ਡਾਕਟਰ ਸੰਗਤ ਸਿੰਘ ਹੁਣਾਂ ਨੇ ਅਤੇ ਕੁਝ ਹੋਰ ਵਿਦਵਾਨਾਂ ਨੇ, ਸਭ ਤੋਂ ਪਹਿਲਾਂ ਹਿੰਮਤ ਸਿੰਘ ਬੇਦੀ ਨੇ ਇਹ ਰਿਸਰਚ ਕੀਤੀ ਸੀ ਕਿ ਜਿਹੜਾ ਰਾਜ ਕੌਲ ਹੈ ਉਹ ਗੰਗੂ ਬ੍ਰਾਹਮਣ ਦਾ ਬੇਟਾ ਸੀ। ਗੰਗੂ ਬ੍ਰਾਹਮਣ ਉਹੀ ਹੈ ਜਿਸਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਧੋਖੇ ਦੇ ਨਾਲ ਗ੍ਰਿਫਤਾਰ ਕਰਾਇਆ ਸੀ। ਸੋ ਗੰਗੂ ਦਾ ਪੁੱਤਰ ਰਾਜ ਕੌਲ ਹੈ ਅਤੇ ਰਾਜ ਕੌਲ ਦੇ ਖਾਨਦਾਨ ਦੇ ਅੱਗੋਂ ਨਹਿਰੂ ਪਰਿਵਾਰ ਚੱਲਦਾ ਹੈ। ਨਹਿਰੂ ਹਿੰਦੂ ਧਰਮ ਦੀ ਕੋਈ ਸਬ ਕਾਸਟ ਨਹੀਂ ਹੈ, ਕੋਈ ਗੋਤ ਨਹੀਂ ਹੈ। ਜਿਸ ਵੇਲੇ ਰਾਜ ਕੌਲ ਫਾਰੂਕਸੀਅਰ ਦੇ ਦਰਬਾਰ ਦੇ ਵਿੱਚ ਆਇਆ ਅਤੇ ਉਹਨੇ ਆ ਕੇ ਦੱਸਿਆ ਕਿ ਸਾਡੇ ਵਡੇਰਿਆਂ ਨੇ ਸਿੱਖਾਂ ਦੇ ਗੁਰੂ ਦੇ ਬੱਚਿਆਂ ਨੂੰ ਗ੍ਰਿਫਤਾਰ ਕਰਾਇਆ ਸੀ ਅਤੇ ਉਸ ਸਮੇਂ ਇਲਾਹਾਬਾਦ ਨਹਿਰ ਦੇ ਕੰਢੇ ਇਹਨਾਂ ਨੂੰ 700 ਏਕੜ ਜ਼ਮੀਨ ਦਿੱਤੀ ਗਈ ਜਿੱਥੋਂ ਇਹਨਾਂ ਦੇ ਪਰਿਵਾਰ ਦੇ ਨਾਲ ਨਹਿਰੂ ਸ਼ਬਦ ਲੱਗਾ। ਅਦਰਵਾਈਜ਼ ਨਹਿਰੂ ਹਿੰਦੂ ਧਰਮ ਦੇ ਵਿੱਚ ਕੋਈ ਸਬ ਕਾਸਟ ਨਹੀਂ ਹੈ, ਇਸ ਦੇ ਬਾਰੇ ਇਤਿਹਾਸਕ ਸਰੋਤ ਨੇ, ਤੁਸੀਂ ਪੜ੍ਹ ਸਕਦੇ ਹੋ। ਖੈਰ, ਉਸ ਸਮੇਂ ਹਰੀ ਸਿੰਘ ਨਲੂਏ ਨੇ ਉਸ ਇਲਾਕੇ ਦੇ ਵਿੱਚ ਜਿਹੜਾ ਪ੍ਰਬੰਧ ਕੀਤਾ, ਹਰੀ ਸਿੰਘ ਨਲੂਏ ਨੇ ਸਭ ਤੋਂ ਪਹਿਲਾਂ ਇਹ ਐਲਾਨ ਕੀਤਾ ਕਿ ਜਿਹੜੇ ਹਿੰਦੂ ਮੁਸਲਮਾਨਾਂ ਤੋਂ ਡਰਦੇ ਇਸਲਾਮ ਧਰਮ 'ਚ ਚਲੇ ਗਏ ਨੇ ਉਹ ਦੁਬਾਰਾ ਹਿੰਦੂ ਧਰਮ 'ਚ ਆ ਸਕਦੇ ਨੇ ਜੇ ਆਉਣਾ ਚਾਹੁਣ ਤਾਂ। ਇੱਕ ਮਹੀਨੇ ਦੇ ਵਿੱਚ 40,000 ਹਿੰਦੂ ਦੁਬਾਰਾ ਮੁਸਲਮਾਨ ਧਰਮ ਨੂੰ ਛੱਡ ਕੇ ਫਿਰ ਆਪਣੇ ਧਰਮ ਦੇ ਵਿੱਚ ਆਇਆ। ਇਹ ਉਹ ਸੰਕਲਪ ਸੀ ਜਿਹੜਾ ਸਾਡੇ ਗੁਰਦੇਵ ਪਾਤਸ਼ਾਹ ਨੇ ਬਖਸ਼ਿਆ ਸੀ ਕਿ ਜੇ ਕੋਈ ਸੱਚਾ ਹਿੰਦੂ ਹੈ ਤਾਂ ਸੱਚਾ ਹਿੰਦੂ ਬਣ ਕੇ ਵਿਖਾਵੇ, ਜੇ ਕੋਈ ਮੁਸਲਮਾਨ ਹੈ ਤਾਂ ਸੱਚਾ ਮੁਸਲਮਾਨ ਬਣ ਕੇ ਰਵੇ। ਕਿਸੇ ਨੂੰ ਵੀ ਜਬਰੀ ਤੌਰ 'ਤੇ ਨਾ ਸਾਡੇ ਸਿੱਖ ਧਰਮ ਦੇ ਵਿੱਚ ਧਰਮ ਤਬਦੀਲ ਕੀਤਾ ਗਿਆ ਅਤੇ ਜ਼ਬਰੀ ਤੌਰ 'ਤੇ ਨਾ ਹੀ ਕਿਸੇ ਨੂੰ ਧਰਮ ਤਬਦੀਲੀ ਦੀ ਇਜਾਜ਼ਤ ਦਿੱਤੀ ਗਈ ਹੈ। ਸੋ ਹਰੀ ਸਿੰਘ ਨਲੂਏ ਨੇ ਉੱਥੇ ਬਹੁਤ ਵੱਡਾ ਰਾਜ ਜਿਹੜਾ ਸੀ ਉਹ ਸਥਾਪਿਤ ਕੀਤਾ। ਉਹਨਾਂ ਸਮਿਆਂ ਦੇ ਵਿੱਚ ਸ਼੍ਰੀਨਗਰ ਦਾ ਇੰਨਾ ਵਿਕਾਸ ਹੋਇਆ ਕਿ ਪਸ਼ਮੀਨੇ ਦੇ ਸ਼ਾਲ ਅਤੇ ਪਸ਼ਮੀਨੇ ਦੇ ਗਲੀਚੇ, ਜਿਹੜਾ ਵੀ ਉੱਥੋਂ ਦਾ ਵਪਾਰ ਸੀ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਹੋਇਆ। 2 ਸਾਲ ਲਗਾਤਾਰ ਹਰੀ ਸਿੰਘ ਨਲੂਆ ਉਸ ਇਲਾਕੇ ਦਾ ਗਵਰਨਰ ਰਿਹਾ। ਉਸ ਤੋਂ ਬਾਅਦ ਫਿਰ ਹਰੀ ਸਿੰਘ ਨਲੂਏ ਨੇ ਹਜਰੋਂ ਦੇ ਇਲਾਕੇ ਦੇ ਵਿੱਚ ਆ ਕੇ ਹੋਰ ਕਿਲ੍ਹੇ ਸਥਾਪਿਤ ਕੀਤੇ, ਹੋਰ ਕਈ ਇਲਾਕੇ ਫਤਿਹ ਕੀਤੇ। ਅਖੀਰ ਫਿਰ ਹਰੀ ਸਿੰਘ ਨਲੂਏ ਨੇ ਆਪਣਾ ਅਗਲਾ ਨਿਸ਼ਾਨਾ ਜਿਹੜਾ ਸੀ ਉਹ ਜਮਰੌਦ ਨੂੰ ਚੁਣਿਆ। ਹਰੀ ਸਿੰਘ ਨਲੂਏ ਨੇ ਅਟਕ ਨੂੰ ਫਤਿਹ ਕੀਤਾ, ਅਟਕ ਦੇ ਕੰਢੇ ਦੇ ਉੱਪਰ ਕਿਲ੍ਹਾ ਤਿਆਰ ਕੀਤਾ। ਇਹ ਕਿਲ੍ਹਾ ਪਹਿਲਾਂ ਵੀ ਸੀ, ਪੁਰਾਣਾ ਕਿਲ੍ਹਾ ਸੀ, ਉਸ ਕਿਲ੍ਹੇ ਨੂੰ ਦੁਬਾਰਾ ਤਾਮੀਰ ਕੀਤਾ ਗਿਆ ਔਰ ਉੱਥੇ ਜਿਹੜੀਆਂ ਸਿੱਖ ਫੌਜਾਂ ਸੀ ਉਹਨਾਂ ਨੂੰ ਉੱਥੇ ਰੱਖਿਆ ਗਿਆ। ਉਸ ਤੋਂ ਬਾਅਦ ਹਰੀ ਸਿੰਘ ਨਲੂਏ ਨੇ ਹਜ਼ਰੇ ਦਾ, ਜਿਸ ਨੂੰ ਫਰੰਟੀਅਰ ਦਾ ਇਲਾਕਾ ਕਿਹਾ ਜਾਂਦਾ ਸੀ, ਇਹਨੂੰ ਫਤਿਹ ਕੀਤਾ। ਅੱਜ ਜਿੰਨਾ ਵੀ ਤੁਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹੋ ਕਿ ਉੱਥੇ ਪਠਾਣਾਂ ਦੀਆਂ 2 ਕਿਸਮਾਂ ਨੇ, ਹੈ ਸਾਰੇ ਫਰੰਟੀਅਰ ਦੇ ਇਲਾਕੇ ਦੇ ਵਿੱਚ ਪਠਾਣ। ਇੱਕ ਪਠਾਣ ਉਹਨੇ ਜਿਨ੍ਹਾਂ ਦੇ ਪਿੱਛੇ ਖੇਲ ਸ਼ਬਦ ਲੱਗਦਾ ਹੈ
ਇੱਕ ਦੇ ਪਿੱਛੇ ਜਈ ਸ਼ਬਦ ਲੱਗਦਾ ਹੈ, ਯੂਸਫ ਜਈ, ਅਲੀ ਜਈ, ਬਰਕ ਜਈ, ਗਿਲ ਜਈ, ਇਹ ਉੱਥੇ 27 ਉਹਨਾਂ ਦੀਆਂ ਮੁਖੀਆਂ ਨੇ ਪਠਾਣਾਂ ਦੀਆਂ। 14-15 ਦੇ ਪਿੱਛੇ ਜਈ ਸ਼ਬਦ ਲੱਗਦਾ ਹੈ ਅਤੇ ਕੁਛ ਦੇ ਪਿੱਛੇ ਅੱਲਾ ਖੇਲ, ਈਸਾ ਖੇਲ, ਮੂਸਾ ਖੇਲ, ਇਬਰਾ ਖੇਲ, ਜਿਹੜੇ ਪਠਾਣ ਪਿੰਡਾਂ ਦੇ ਵਿੱਚ ਇੱਕ ਖਾਸ ਜਾਤੀ ਨਾਲ ਸੰਬੰਧਿਤ ਨੇ ਉਹਨਾਂ ਦੇ ਪਿੱਛੇ ਖੇਲ ਸ਼ਬਦ ਲੱਗਦਾ ਹੈ, ਅਤੇ ਜਿਹੜੇ ਇੱਕ ਖਾਸ ਜੱਦ ਦੇ ਵਿੱਚੋਂ ਨੇ, ਖਾਸ ਪਰਿਵਾਰ ਦੇ ਵਿੱਚੋਂ ਨੇ, ਉਹਨਾਂ ਦੇ ਪਿੱਛੇ ਜਈ ਸ਼ਬਦ ਲੱਗਦਾ ਹੈ। ਸੋ ਇਹ ਯੂਸਫ ਜਈ ਤੋਂ ਲੈ ਕੇ ਗਿਲ ਜਈ ਅਤੇ ਉਹ ਤੋਂ ਲੈ ਕੇ ਈਸਾ ਖੇਲ ਤੱਕ ਇਹ 27 ਪਠਾਣਾਂ ਦੇ ਕਬੀਲੇ ਸੀ ਜਿਹੜੇ ਸਾਰੇ ਹੀ ਸਿੱਖਾਂ ਦੇ ਖਿਲਾਫ਼ ਸੀ। ਹਰੀ ਸਿੰਘ ਨਲੂਏ ਨੇ ਉਸ ਇਲਾਕੇ ਨੂੰ ਫਤਿਹ ਕੀਤਾ ਔਰ ਉਹ ਇਲਾਕਾ ਫਤਿਹ ਕਰਨਾ ਹੀ ਸਭ ਤੋਂ ਔਖਾ ਸੀ। ਅਟਕ ਦੇ ਕਿਲੇ ਨੂੰ ਫਤਿਹ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅਗਲਾ ਕਿਲਾ ਤਿਆਰ ਕੀਤਾ ਮਿਚਨੀ ਦਾ। ਬੀਬੀ ਹਰਸ਼ਰਨ ਕੌਰ ਦਾ ਨਾਮ ਤੁਸੀਂ ਸੁਣਿਆ ਹੋਵੇਗਾ। ਜਿਹੜੀ ਬੀਬੀ ਹਰਸ਼ਰਨ ਕੌਰ ਦੀ ਘਟਨਾ ਹੈ ਉਹ ਉਦੋਂ ਵਾਪਰੀ ਹੈ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮਿਚਨੀ ਦਾ ਇਲਾਕਾ ਫਤਿਹ ਕੀਤਾ। ਮਿਚਨੀ ਦਾ ਇਲਾਕਾ ਫਤਿਹ ਕੀਤਾ, ਉੱਥੇ ਕਿਲਾ ਤਿਆਰ ਕੀਤਾ। ਕਿਲਾ ਤਿਆਰ ਕਰਨ ਤੋਂ ਬਾਅਦ ਜਿਸ ਵੇਲੇ ਹਰੀ ਸਿੰਘ ਨਲੂਆ ਦਰਬਾਰ ਲਾ ਕੇ ਬੈਠਾ ਅਤੇ ਇੱਕ ਪੰਡਿਤ ਆਇਆ ਦਰਬਾਰ ਦੇ ਵਿੱਚ, ਆ ਕੇ ਉਸਨੇ ਬੇਨਤੀ ਕੀਤੀ ਕਿ ਅਸੀਂ ਆਪਣੇ ਬੇਟੇ ਨੂੰ ਵਿਆਹ ਕੇ ਲੈ ਕੇ ਆ ਰਹੇ ਸੀ ਅਤੇ ਰਸਤੇ ਦੇ ਵਿੱਚ ਪਠਾਣਾਂ ਨੇ ਸਾਡਾ ਡੋਲਾ ਲੁੱਟ ਲਿਆ। ਮਿਚਨੀ ਦੇ ਪਠਾਣ ਸਾਡੀ ਬੱਚੀ ਨੂੰ ਚੁੱਕ ਕੇ ਲੈ ਗਏ ਨੇ ਅਤੇ ਉਹਨਾਂ ਨੇ ਮਿਚਨੀ ਦੇ ਖਾਨ ਦੇ ਹਵਾਲੇ ਕਰ ਦਿੱਤਾ ਜਿਹੜਾ ਉੱਥੋਂ ਦਾ ਫੌਜਦਾਰ ਹੈ। ਅਤੇ ਸਾਨੂੰ ਇਹ ਪਤਾ ਹੈ ਕਿ ਉਹ ਫੌਜਦਾਰ ਜਦੋਂ ਕਿਸੇ ਬੱਚੀ ਨੂੰ ਚੁੱਕ ਕੇ ਲੈ ਜਾਂਦਾ ਹੈ ਅਤੇ ਉਹਦੀ ਇੱਜ਼ਤ ਲੁੱਟਣ ਤੋਂ ਬਾਅਦ ਉਸਨੂੰ ਕਤਲ ਕਰ ਦਿੰਦਾ ਹੈ, ਕਦੀ ਬੱਚੀ ਵਾਪਸ ਨਹੀਂ ਆਈ। ਹਰੀ ਸਿੰਘ ਨਲੂਏ ਨੇ ਇੱਕ ਸਵਾਲ ਕੀਤਾ, ਕਹਿੰਦਾ ਕਿੰਨੇ ਪਠਾਣਾਂ ਨੇ ਤੁਹਾਨੂੰ ਲੁੱਟਿਆ? ਕਹਿੰਦਾ 5 ਪਠਾਣ ਆਏ ਸੀ ਬੜੇ ਸ਼ਸਤਰਧਾਰੀ ਹੋ ਕੇ। ਕਹਿੰਦਾ ਤੁਹਾਡੀ ਬਰਾਤ ਦੇ ਵਿੱਚ ਕਿੰਨੇ ਵਿਅਕਤੀ ਸੀ? ਕਹਿੰਦਾ ਜੀ 30-40। ਹਰੀ ਸਿੰਘ ਨਲੂਆ ਮੁਸਕਰਾ ਕੇ ਕਹਿੰਦਾ ਫਿਰ ਤੁਹਾਡਾ ਇਹੀ ਹਾਲ ਹੀ ਹੋਣਾ ਹੈ। ਜੇਕਰ 30-40 ਤੁਸੀਂ ਵਿਅਕਤੀ ਔਰ ਤੁਹਾਡੇ ਕੋਲੋਂ 5 ਪਠਾਣ ਤੁਹਾਡੇ ਘਰ ਦੀ ਇੱਜ਼ਤ ਨੂੰ ਖੋ ਕੇ ਲੈ ਗਏ, ਫਿਰ ਤੁਹਾਡਾ ਇਹੀ ਹਾਲ ਹੋਣਾ। ਉਸੇ ਵੇਲੇ ਹਰੀ ਸਿੰਘ ਨਲੂਏ ਨੇ ਮਿਚਨੀ ਦੇ ਉਸ ਖਾਨ ਦੇ ਇਲਾਕੇ ਦੇ ਉੱਪਰ ਕਬਜ਼ਾ ਕੀਤਾ, ਉਸ ਬੱਚੀ ਨੂੰ ਛਡਾਇਆ ਗਿਆ। ਜਦੋਂ ਉਹ ਬੱਚੀ ਹਰੀ ਸਿੰਘ ਨਲੂਏ ਦੇ ਦਰਬਾਰ ਦੇ ਵਿੱਚ ਆਈ ਤਾਂ ਹਰੀ ਸਿੰਘ ਨਲੂਏ ਨੇ ਪਰਿਵਾਰ ਦੇ ਲੋਕਾਂ ਨੂੰ ਕਿਹਾ ਕਿ ਤੁਹਾਡੀ ਬੱਚੀ ਨੂੰ ਸਹੀ ਸਲਾਮਤ ਲੈ ਆਉਂਦਾ ਹੈ, ਹੁਣ ਤੁਸੀਂ ਆਪਣੇ ਘਰ ਲਿਜਾ ਸਕਦੇ ਹੋ। ਅਤੇ ਉਹ ਜਿਹੜੇ ਬ੍ਰਾਹਮਣ ਸੀ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ, ਇੱਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਨੇ। ਅਤੇ ਹਰੀ ਸਿੰਘ ਨਲੂਆ ਪੁੱਛਦਾ ਕੀ ਗੱਲ, ਤੁਸੀਂ ਆ ਕੇ ਸ਼ਿਕਾਇਤ ਕੀਤੀ ਸੀ ਕਿ ਮਿਚਨੀ ਦਾ ਪਠਾਣ ਬੱਚੀ ਨੂੰ ਚੁੱਕ ਕੇ ਲੈ ਗਿਆ, ਮੈਂ ਉੱਥੇ ਹਮਲਾ ਕੀਤਾ, ਤੁਹਾਡੀ ਬੱਚੀ ਨੂੰ ਤੁਹਾਡੇ ਸਾਹਮਣੇ ਵਾਲੇ ਵਾਪਸ ਲਿਆ ਕਰਕੇ ਲਿਆ ਦਿੱਤਾ, ਖੜ੍ਹਾ ਕਰ ਦਿੱਤਾ, ਹੁਣ ਤੁਸੀਂ ਇੱਕ ਦੂਜੇ ਦੇ ਮੂੰਹ ਵੇਖ ਰਹੇ ਹੋ। ਅਤੇ ਜਵਾਬ ਪਤਾ ਕੀ ਸੀ, ਪਠਾਣ ਦੇ ਘਰ ਇੱਕ ਦਿਨ ਰਹਿ ਆਈ ਹੈ, ਧਰਮ ਭ੍ਰਿਸ਼ਟ ਹੋ ਗਿਆ, ਪਿੱਟੀ ਗਈ ਹੈ, ਹੁਣ ਇਹ ਸਾਡੇ ਘਰ ਨਹੀਂ ਜਾ ਸਕਦੀ। ਅਤੇ ਉਸੇ ਵੇਲੇ ਉਸ ਬੱਚੀ ਨੇ ਕਿਹਾ, ਕਹਿੰਦੀ ਸਿੱਖਾਂ ਦੇ ਜਰਨੈਲਾ, ਇਹਨਾਂ ਨੂੰ ਬੋਲਣ ਦੀ ਲੋੜ ਹੀ ਨਹੀਂ, ਮੈਂ ਆਪਣਾ ਫੈਸਲਾ ਤੈਨੂੰ ਸੁਣਾਉਂਦੀ ਹਾਂ ਕਿ ਮੈਂ ਤੇਰੀ ਸ਼ਰਨ ਦੇ ਵਿੱਚ ਆਈ ਹਾਂ, ਮੈਂ ਇਹਨਾਂ ਦੇ ਨਾਲ ਜਾਣਾ ਵੀ ਨਹੀਂ ਚਾਹੁੰਦੀ ਜਿਹੜੇ ਮੇਰੀ ਇੱਜ਼ਤ ਦੀ ਰੱਖਿਆ ਨਹੀਂ ਕਰ ਸਕਦੇ, ਮੈਂ ਹੁਣ ਇਹਨਾਂ ਦੇ ਘਰ ਦੇ ਵਿੱਚ ਜਾਣਾ ਵੀ ਨਹੀਂ ਚਾਹੁੰਦੀ, ਚਾਹੇ ਇੱਕ ਪਾਸੇ ਮੇਰਾ ਸਹੁਰਾ ਪਰਿਵਾਰ ਹੈ, ਇੱਕ ਪਾਸੇ ਮੇਰਾ ਪੇਕਾ ਪਰਿਵਾਰ ਹੈ, ਪਰ ਜਿਹੜੇ ਆਪਣੀ ਬੱਚੀ ਦੀ ਇੱਜ਼ਤ ਦੀ ਰੱਖਿਆ ਨਹੀਂ ਕਰ ਸਕੇ, ਮੈਂ ਇਹਨਾਂ ਦੇ ਨਾਲ ਜਾਣਾ ਵੀ ਨਹੀਂ ਚਾਹੁੰਦੀ। ਜੇ ਅਸੀਂ ਇਤਿਹਾਸ ਦੇ ਵਿੱਚ ਥੋੜ੍ਹਾ ਪਿੱਛੇ ਚਲੇ ਜਾਈਏ ਨਾ, ਅਕਸਰ ਇਹ ਘਟਨਾਵਾਂ ਵਾਪਰਦੀਆਂ ਰਹੀਆਂ ਨੇ, ਔਰ ਉਹਨਾਂ ਘਟਨਾਵਾਂ ਦੇ ਜਿਹੜੇ ਹੀਣੇ ਪੱਖ ਸੀ ਨਾ, ਉਹ ਅੱਜ ਸਾਡੀਆਂ ਮਰਿਆਦਾ ਦੇ ਹਿੱਸੇ ਬਣ ਗਏ ਨੇ, ਔਰ ਸਾਡੇ ਵਾਸਤੇ ਉਹ ਸ਼ਰਮਨਾਕ ਗੱਲਾਂ ਨੇ। ਅਸੀਂ ਕਦੀ ਵੀ ਉਸ ਚੀਜ਼ ਦਾ ਅਧਿਐਨ ਨਹੀਂ ਕੀਤਾ ਕਿ ਅੰਗਰੇਜ਼ੀ ਦਾ ਅਸੂਲ ਹੈ, ਡੀਕੰਸਟ੍ਰਕਟ ਦਾ ਵਰਡ, ਯੂ ਵਿਲ ਫਾਈਂਡ ਦਾ ਪਾਸਟ ਸਟਰਕਚਰ। ਜਦੋਂ ਤੁਹਾਡੇ ਸਾਹਮਣੇ ਕੋਈ ਸ਼ਬਦ ਆਉਂਦਾ ਹੈ ਨਾ, ਉਸਨੂੰ ਤੋੜ ਕੇ ਵੇਖੋ ਕਿ ਇਹਦਾ ਪਿਛੋਕੜ ਕੀ ਹੈ। ਵਿਆਹ ਸ਼ਾਦੀਆਂ ਹੁੰਦੀਆਂ ਜੀ,
ਜਦੋਂ ਲਾੜਾ ਤਿਆਰ ਹੁੰਦਾ ਨਾ ਅਤੇ ਉਹਦੇ ਨਾਲ ਬੱਚੇ ਨੂੰ ਬਿਲਕੁਲ ਲਾੜੇ ਵਰਗੇ ਕੱਪੜੇ ਪਾ ਦਿੱਤੇ ਜਾਂਦੇ ਅਤੇ ਉਹਨੂੰ ਕੀ ਕਹਿੰਦੇ ਸੀ ਜੀ? ਇੱਕ ਬੱਚਾ ਲਾੜੇ ਦੇ ਨਾਲ ਤਿਆਰ ਕੀਤਾ ਜਾਂਦਾ ਹੈ, ਪਰਿਵਾਰ ਦੇ ਵਿੱਚੋਂ ਅਸੀਂ ਕੀ ਕਹਿੰਦੇ ਹਾਂ? ਸਰਬਾਲਾ। ਹੁਣ ਥੋੜ੍ਹਾ ਪਿੱਛੇ ਆ ਜਾਈਏ, ਜਿਨ੍ਹਾਂ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਬਰਾਤਾਂ ਲੁੱਟ ਲਈਆਂ ਜਾਂਦੀਆਂ ਸੀ, ਉਦੋਂ ਸਿਆਣੇ ਜਿਹੜੇ ਹਿੰਦੂ ਵਿਦਵਾਨ ਸੀ ਉਹਨਾਂ ਨੇ ਇੱਕ ਢੰਗ ਲੱਭਿਆ। ਵਿਆਹ ਵਾਲੇ ਲੜਕੇ ਨੂੰ ਕਿਹਾ ਜਾਂਦਾ ਵਰ, ਲੜਕੀ ਨੂੰ ਕਿਹਾ ਜਾਂਦਾ ਬਾਲਾ, ਵਰ ਬਾਲਾ। ਕਈ ਵਾਰੀ ਇੰਝ ਹੁੰਦਾ ਸੀ ਕਿ ਜਦੋਂ ਬਰਾਤ ਜਾ ਰਹੀ ਹੁੰਦੀ ਸੀ ਅਤੇ ਉਸ ਬਰਾਤ ਦੇ ਗਹਿਣੇ ਗੱਟੇ ਮਾਇਆ ਅਤੇ ਕੀਮਤੀ ਔਸਾਫ ਲੁੱਟਣ ਦੇ ਵਾਸਤੇ ਪਠਾਣ ਹਮਲੇ ਕਰਦੇ ਸੀ ਅਤੇ ਵਿਆਹ ਵਾਲਾ ਲੜਕਾ ਮਾਰਿਆ ਜਾਂਦਾ ਸੀ। ਲੜਕੀ ਉਹਨਾਂ ਸਮਿਆਂ ਦੇ ਵਿੱਚ ਕੋਈ ਵੇਖ ਵਿਖਾਵਾ ਤਾਂ ਹੁੰਦਾ ਨਹੀਂ ਸੀ, ਘਰ ਬੈਠੀ ਹੀ ਵਿਧਵਾ ਹੋ ਜਾਂਦੀ ਸੀ। ਉਦੋਂ ਸਿਆਣੇ ਲੋਕਾਂ ਨੇ ਸੋਚਿਆ ਕਿ ਕਿਉਂ ਨਾ ਐਜ ਏ ਸਬਸਟੀਚਿਊਟ ਲੜਕੀ ਦਾ ਲੜਕੇ ਦਾ ਮਾਮੇ ਦਾ ਮਾਸੇ ਦਾ ਚਾਚੇ ਦਾ ਹਮ ਉਮਰ ਲੜਕਾ ਬਿਲਕੁਲ ਲਾੜੇ ਵਾਂਗੂ ਤਿਆਰ ਕਰਕੇ ਬਰਾਤ ਦੇ ਪਿੱਛੇ ਰੱਖਿਆ ਜਾਵੇ, ਜੇ ਲਾੜੇ ਦੀ ਮੌਤ ਹੋ ਜਾਵੇ ਤਾਂ ਉਸ ਲੜਕੀ ਦਾ ਵਿਆਹ ਉਸ ਦੇ ਨਾਲ ਕੀਤਾ ਜਾਵੇ। ਉਹ ਵਰ ਅਤੇ ਬਾਲਾ ਦੇ ਉੱਪਰ ਇੱਕ ਸਬਸਟੀਚਿਊਟ ਬਣਾਇਆ ਗਿਆ, ਸਰਬਾਲਾ। ਬੜੀ ਘਟੀਆ ਪੱਧਰ 'ਤੇ ਇੱਕ ਰਸਮ ਪੈਦਾ ਹੋਈ ਸੀ, ਅੱਜ ਸਾਡੇ ਸਿੱਖਾਂ ਦੇ ਵਿੱਚ ਇੰਨੀ ਜ਼ਿਆਦਾ ਪ੍ਰਚਲਿਤ ਹੋ ਗਈ ਕਿ ਮੇਰੇ ਖਿਆਲ ਦੇ ਨਾਲ ਕੋਈ ਸਾਡਾ ਐਸਾ ਵਿਆਹ ਨਹੀਂ ਹੁੰਦਾ ਜਿਸ 'ਚ ਸਰਬਾਲਾ ਨਾ ਬਣਾਇਆ ਜਾਵੇ। ਵੀ ਸ਼ੁਰੂਆਤ ਇਹਦੀ ਕਿੱਥੋਂ ਹੋਈ? ਅਸੀਂ ਕਦੀ ਇਸ ਪਿਛੋਕੜ ਨੂੰ ਨਹੀਂ ਵੇਖਦੇ ਵੀ ਸਾਡੇ ਧਰਮ ਦੇ ਵਿੱਚ ਕਿੱਥੋਂ ਆ ਗਈ, ਸਾਡੀ ਮਰਿਆਦਾ 'ਚ ਇਹਦਾ ਜ਼ਿਕਰ ਨਹੀਂ, ਸਾਡੇ ਸਰੋਤਾਂ 'ਚ ਇਹਦਾ ਜ਼ਿਕਰ ਨਹੀਂ, ਅਸੀਂ ਇਸ ਰਸਮ ਨੂੰ ਕਿੱਥੋਂ ਲੈ ਆਉਂਦਾ? ਅਸੀਂ ਉਸ ਬ੍ਰਾਹਮਣਵਾਦ ਦੀ ਕਮਜ਼ੋਰੀ ਦੇ ਵਿੱਚੋਂ ਲੈ ਕੇ ਆਉਂਦਾ, ਜਿਹੜਾ ਉਹਨਾਂ ਸਮਿਆਂ ਦੇ 'ਚ ਉਹਨਾਂ ਨੇ ਤਾਂ ਇੱਕ ਹੱਲ ਕੱਢਿਆ, ਅਸੀਂ ਵੀ ਉਹ ਹੱਲ ਜਿਹੜਾ ਸੀ ਉਸਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ। ਖੈਰ, ਉਸ ਬੱਚੀ ਨੇ ਕਿਹਾ, ਕਹਿੰਦੀ ਇਹ ਜਿਹੜੇ ਲੋਕ ਮੇਰੀ ਇੱਜ਼ਤ ਦੀ ਰੱਖਿਆ ਨਹੀਂ ਕਰ ਸਕਦੇ, ਮੈਂ ਹੁਣ ਤੁਹਾਡੀ ਸ਼ਰਨ ਦੇ ਵਿੱਚ ਹਾਂ, ਮੈਂ ਹੁਣ ਉਹਨਾਂ ਦੇ ਕੋਲ ਜਾਣਾ ਵੀ ਨਹੀਂ ਚਾਹੁੰਦੀ। ਅਤੇ ਉਸ ਵੇਲੇ ਉਸ ਬੱਚੀ ਨੇ ਖੰਡੇ ਬਾਟੀ ਦਾ ਪਾਹੁਲ ਲਈ ਅਤੇ ਸ਼ਰਨ ਦੇ ਵਿੱਚ ਆਉਣ ਕਰਕੇ ਉਸ ਬੱਚੀ ਦਾ ਨਾਮ ਸ਼ਰਨ ਕੌਰ ਰੱਖਿਆ ਗਿਆ। ਇਤਿਹਾਸ ਦੇ ਵਿੱਚ ਉਸਦੇ ਦੋ ਨਾਮ ਮਿਲਦੇ ਨੇ, ਸ਼ਰਨਾਗਤ ਕੌਰ ਅਤੇ ਹਰਸ਼ਰਨ ਕੌਰ। ਇੱਕ ਸਰੋਤ ਅੰਗਰੇਜ਼ਾਂ ਦਾ ਹੈ ਜਿਹੜਾ ਉਸਦਾ ਨਾਮ ਸ਼ਰਨਾਗਤ ਕੌਰ ਦੱਸਦਾ ਹੈ, ਬਾਕੀ ਜਿੰਨੇ ਵੀ ਸਾਡੇ ਪੰਜਾਬੀ ਔਰ ਗੁਰਮੁਖੀ ਦੇ ਸਰੋਤ ਨੇ ਉਸ ਬੱਚੀ ਦਾ ਨਾਮ ਹਰਸ਼ਰਨ ਕੌਰ ਦੱਸਦੇ ਨੇ। ਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਇਸ ਜਰਨੈਲ ਨੇ ਮਿਚਨੀ ਦਾ ਇਲਾਕਾ ਫਤਿਹ ਕੀਤਾ। ਮਿਚਨੀ ਦਾ ਇਲਾਕਾ ਫਤਿਹ ਕਰਨ ਤੋਂ ਬਾਅਦ ਅਟਕ ਦਾ ਇਲਾਕਾ ਫਤਿਹ ਕੀਤਾ। ਉੱਥੇ ਕਿਲ੍ਹਾ ਬਣਾਉਣ ਤੋਂ ਬਾਅਦ ਇਸ ਜਰਨੈਲ ਨੇ ਜਮਰੌਦ ਦਾ ਕਿਲ੍ਹਾ ਫਤਿਹ ਕੀਤਾ। ਜਮਰੌਦ ਦਾ ਕਿਲ੍ਹਾ ਫਤਿਹ ਕਰਨਾ ਕੋਈ ਛੋਟੀ ਗੱਲ ਨਹੀਂ ਸੀ। ਜੇਕਰ ਤੁਸੀਂ 710 ਤੋਂ ਸ਼ੁਰੂ ਹੋ ਜਾਓ ਨਾ ਮੁਹੰਮਦ ਬਿਨ ਕਾਸਿਮ ਤੋਂ, ਅਤੇ ਮੁਹੰਮਦ ਬਿਨ ਕਾਸਿਮ ਤੋਂ ਲੈ ਕੇ ਅਹਿਮਦ ਸ਼ਾਹ ਅਬਦਾਲੀ ਤੱਕ ਇੱਕ ਹਮਲਾ ਕੇਵਲ ਕਾਠੀਆਵਾੜ ਗੁਜਰਾਤ ਦੇ ਰਸਤੇ ਹੋਇਆ ਹੈ। ਜਿੰਨੇ ਵੀ ਹਮਲੇ ਹਿੰਦੁਸਤਾਨ ਦੇ ਉੱਪਰ ਹੋਏ ਨੇ ਸਾਰੇ ਇਸ ਰਸਤੇ ਹੋਏ ਨੇ। ਇਸਨੂੰ ਦਰਾਏ ਖੈਬਰ ਦਾ ਇਲਾਕਾ ਕਿਹਾ ਜਾਂਦਾ ਸੀ। ਇਹ ਪੰਜ ਦਰੇ ਨੇ, ਦਰਾਏ ਨੂਰ ਤੋਂ ਲੈ ਕੇ ਦਰਾਏ ਕਾਫ ਅਤੇ ਦਰਾਏ ਖੈਬਰ ਤੱਕ। ਇਹਨਾਂ ਦਰਿਆਂ ਦੇ ਵਿੱਚੋਂ ਹਮੇਸ਼ਾ ਹਿੰਦੁਸਤਾਨ ਦੇ ਉੱਪਰ ਹਮਲਾ ਹੁੰਦਾ ਰਿਹਾ। ਅਤੇ ਜਿਸ ਜਰਨੈਲ ਦਾ ਸ਼ਹੀਦੀ ਦਿਹਾੜਾ ਤੁਸੀਂ ਮਨਾ ਰਹੇ ਹੋ, ਮਾਣ ਹੈ ਉਸ ਜਰਨੈਲ ਦੀ ਬਹਾਦਰੀ ਔਰ ਜ਼ੁਰਤ ਦੇ ਉੱਪਰ ਕਿ ਜਦੋਂ ਉਸ ਨੇ ਜਮਰੌਦ ਨੂੰ ਫਤਿਹ ਕਰ ਲਿਆ, ਉਸ ਤੋਂ ਬਾਅਦ ਇੱਕ ਵੀ ਹਮਲਾ ਹਿੰਦੁਸਤਾਨ ਦੇ ਉੱਪਰ ਉਸ ਰਸਤਿਓਂ ਨਹੀਂ ਹੋਇਆ। ਉਸ ਤੋਂ ਪਹਿਲਾਂ ਸਾਰੇ ਰਸਤੇ ਇਸ ਇਲਾਕੇ ਹੋਏ। ਅੰਗਰੇਜ਼ਾਂ ਨੇ ਇਸ ਇਲਾਕੇ ਨੂੰ ਗੇਟਵੇ ਆਫ ਇੰਡੀਆ ਕਿਹਾ ਕਿ ਇੰਡੀਆ ਦਾ ਦਰਵਾਜ਼ਾ। ਇਸ ਦਰਵਾਜ਼ੇ ਨੂੰ ਜੇਕਰ ਬੰਦ ਕੀਤਾ ਤਾਂ ਹਰੀ ਸਿੰਘ ਨਲੂਏ ਨੇ ਬੰਦ ਕੀਤਾ। ਵੀਰ ਜੀ ਗੱਲ ਕਰ ਰਹੇ ਸੀਗੇ ਕਿ ਆਸਟ੍ਰੇਲੀਆ ਦੀਆਂ ਅਖਬਾਰਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੋਈ। ਇਹ 2012 ਦੀ ਗੱਲ ਹੈ, ਪਰ ਇਹਦੇ ਤੋਂ ਪਹਿਲਾਂ 1892 ਦੇ ਵਿੱਚ ਅੰਗਰੇਜ਼ੀ ਅਖਬਾਰ ਸੀ ਟਿਟਬਿਟਸ, ਉਹਦੇ ਐਡੀਟਰ ਨੇ ਇੱਕ ਐਡੀਟੋਰੀਅਲ ਲਿਖਿਆ ਸੀ, ਕਹਿੰਦਾ ਮੈਂ ਦੁਨੀਆ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਦੁਨੀਆ ਦਾ ਵੱਡਾ ਜਰਨੈਲ ਕਿਹੜਾ, ਮੈਂ ਦੁਨੀਆ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ। ਦੁਨੀਆ ਦੇ ਵਿੱਚੋਂ ਉਹਨਾਂ ਸਮਿਆਂ 'ਚ ਜਿਹੜੇ ਜਿਹੜੇ, ਕਿਉਂਕਿ ਆਮ ਲੋਕਾਂ ਤੱਕ ਤਾਂ ਅਖਬਾਰਾਂ ਆਉਂਦੀਆਂ ਨਹੀਂ ਸੀ, ਤਕਰੀਬਨ 125 ਸਾਲ ਪਹਿਲਾਂ ਦੀ ਗੱਲ ਹੈ,
ਜਿੰਨੇ ਕੁ ਉਹਨਾਂ ਸਮਿਆਂ ਦੇ ਵਿੱਚ ਅਮੀਰ ਪਰਿਵਾਰ ਸੀ, ਰਾਇਲ ਫੈਮਿਲੀ ਸੀ, ਜਿਨ੍ਹਾਂ ਦੇ ਘਰਾਂ 'ਚੋਂ ਅੰਗਰੇਜ਼ੀ ਅਖ਼ਬਾਰ ਆਉਂਦੀ ਸੀ, ਉਹਨਾਂ ਨੇ ਚਿੱਠੀਆਂ ਲਿਖੀਆਂ। ਕਿਸੇ ਨੇ ਕਿਹਾ ਚੰਗੇਜ਼ ਖਾਨ ਦੁਨੀਆ ਦਾ ਵੱਡਾ ਜਰਨੈਲ ਹੈ, ਕਿਸੇ ਨੇ ਕਿਹਾ ਨੈਪੋਲੀਅਨ ਵੱਡਾ ਜਰਨੈਲ ਹੈ, ਕਿਸੇ ਨੇ ਤੈਮੂਰ ਦੀ ਗੱਲ ਕੀਤੀ, ਕਿਸੇ ਨੇ ਬਾਬਰ ਦੀ ਗੱਲ ਕੀਤੀ, ਕਿਸੇ ਨੇ ਡਿਊਕ ਆਫ ਵਿਲਿੰਗਟਨ ਦੀ ਗੱਲ ਕੀਤੀ। ਉਸ ਨੇ ਸਾਰੀਆਂ ਚਿੱਠੀਆਂ ਪੜ੍ਹਨ ਤੋਂ ਬਾਅਦ ਜਿਹੜਾ ਇੱਕ ਮਹੀਨੇ ਬਾਅਦ ਐਡੀਟੋਰੀਅਲ ਲਿਖਿਆ ਨਾ, ਉਹਦੇ ਸ਼ਬਦ ਬੜੇ ਅਹਿਮ ਨੇ, ਤੁਹਾਡੇ ਕੋਲ ਸਮਾਰਟਫੋਨ ਨੇ, ਇੰਟਰਨੈਟ ਦੇ ਉੱਪਰ ਵੇਖ ਸਕਦੇ ਹੋ। ਉਹਨੇ ਸ਼ਬਦ ਪਤਾ ਕੀ ਲਿਖੇ ਸੀ? ਕਹਿੰਦਾ, ਬੇਸ਼ੱਕ ਹਰ ਵਿਅਕਤੀ ਨੇ ਜਿਹੜੀ ਆਪਣੀ ਆਪਣੀ ਰਾਏ ਦੱਸੀ ਹੈ, ਮੈਂ ਉਸਨੂੰ ਤਸਲੀਮ ਕਰਦਾ। ਮੈਂ ਮੰਨਦਾ ਕਿ ਕਿਸੇ ਦੇ ਵਾਸਤੇ ਨੈਪੋਲੀਅਨ ਵੱਡਾ ਹੋਵੇਗਾ, ਕਿਸੇ ਦੇ ਵਾਸਤੇ ਡਿਊਕ ਆਫ ਵਿਲਿੰਗਟਨ ਵੱਡਾ ਹੋਵੇਗਾ, ਕਿਸੇ ਦੇ ਵਾਸਤੇ ਸਿਕੰਦਰ ਵੱਡਾ ਹੋਵੇਗਾ, ਕਿਸੇ ਦੇ ਵਾਸਤੇ ਚੰਗੇਜ਼ ਖਾਨ ਵੱਡਾ ਹੋਵੇਗਾ। ਪਰ ਕਹਿੰਦਾ, ਜੇ ਨਿਰਪੱਖਤਾ ਦੇ ਨਾਲ ਅਧਿਐਨ ਕੀਤਾ ਜਾਵੇ ਨਾ, ਤਾਂ ਇਹ ਜਿੰਨੇ ਵੀ ਜਰਨੈਲ ਨੇ ਸਿਕੰਦਰ ਤੋਂ ਲੈ ਕੇ ਚੰਗੇਜ਼ ਖਾਨ ਤੱਕ, ਇਹ ਸਾਰੇ ਦਰਾਏ ਖੈਬਰ ਦੇ ਉੱਪਰ ਆ ਕੇ ਹਾਰਦੇ ਰਹੇ ਨੇ। ਕਹਿੰਦਾ, ਜੇ ਮੈਨੂੰ ਪੁੱਛਿਆ ਜਾਵੇ ਤਾਂ ਮੈਂ ਕਹੂੰਗਾ ਕਿ ਦੁਨੀਆ ਦਾ ਸਭ ਤੋਂ ਵੱਡਾ ਜਰਨੈਲ ਹਰੀ ਸਿੰਘ ਨਲੂਆ, ਜਿਹਨੇ 40 ਸਾਲ ਦੀ ਉਮਰ 'ਚ ਜਮਰੌਦ ਨੂੰ ਫਤਿਹ ਕਰ ਦਿੱਤਾ। ਕਹਿੰਦਾ, ਮੇਰੀ ਨਜ਼ਰ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਜਰਨੈਲ ਹਰੀ ਸਿੰਘ ਨਲੂਆ ਹੈ, ਜਿਹਨੇ ਉਸ ਇਲਾਕੇ ਨੂੰ ਫਤਿਹ ਕੀਤਾ ਜਿਹਨੂੰ ਅੱਜ ਤੱਕ, ਪੁਰਾਣੀ ਗੱਲ 'ਤੇ ਛੱਡ ਦਿਓ, ਅੱਜ ਤੱਕ ਵੀ ਅਫਗਾਨਿਸਤਾਨ ਦੇ ਇਸ ਇਲਾਕੇ ਦੇ ਉੱਪਰ ਅਮਰੀਕਾ ਪੂਰੀ ਤਰ੍ਹਾਂ ਦੇ ਨਾਲ ਕਾਬਜ਼ ਨਹੀਂ ਹੋ ਸਕਿਆ। ਜਿਹੜੇ ਪਾਇਲਟਲੈਸ ਪਲੇਨ ਹੁੰਦੇ ਨੇ, ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ, ਅਮਰੀਕਾ ਦੀ ਫੌਜ ਨੇ ਇੱਥੇ ਅੱਗੇ ਵਧਣ ਤੋਂ ਨਾ ਕਰ ਦਿੱਤੀ ਸੀ। ਬੇਸ਼ੱਕ ਅਮਰੀਕਾ ਨੂੰ $1,300 ਮਿਲੀਅਨ ਦਾ ਨੁਕਸਾਨ ਕਰਾ ਕੇ ਜੰਗ ਦੇ ਵਿੱਚ ਵਾਪਸ ਜਾਣਾ ਪਿਆ, ਪਰ ਦਰਾਏ ਕੈਫ ਤੋਂ ਲੈ ਕੇ ਦਰਾਏ ਖੈਬਰ ਤੱਕ ਦਾ ਜਿਹੜਾ ਇਲਾਕਾ ਅਜੇ ਤੱਕ ਅਮਰੀਕਾ ਵੀ ਨਹੀਂ ਫਤਿਹ ਕਰ ਸਕਿਆ। ਜੇ ਉਸ ਇਲਾਕੇ ਨੂੰ ਦੁਨੀਆ ਦੇ ਕਿਸੇ ਜਰਨੈਲ ਨੇ ਫਤਿਹ ਕੀਤਾ ਤਾਂ ਉਹ ਜਰਨੈਲ ਹੈ ਜਿਸ ਦਾ ਤੁਸੀਂ ਆ ਸ਼ਹੀਦੀ ਦਿਹਾੜਾ ਮਨਾ ਰਹੇ ਹੋ। ਇਸ ਤੋਂ ਪਹਿਲਾਂ ਕੋਈ ਉਸ ਇਲਾਕੇ ਨੂੰ ਫਤਿਹ ਨਹੀਂ ਕਰ ਸਕਿਆ। ਸੋ ਹਰੀ ਸਿੰਘ ਨਲੂਏ ਨੇ ਉੱਥੇ ਇੱਕ ਪੁਰਾਣਾ ਕਿਲ੍ਹਾ ਸੀ, ਪਹਿਲਾਂ ਉਸ ਨੂੰ ਤਾਮੀਰ ਕੀਤਾ। ਉਸ ਨੂੰ ਤਾਮੀਰ ਕਰਨ ਤੋਂ ਬਾਅਦ ਹਰੀ ਸਿੰਘ ਨਲੂਏ ਨੇ ਉੱਥੇ ਇੱਕ ਨਵਾਂ ਕਿਲ੍ਹਾ ਬਣਾਉਣਾ ਸ਼ੁਰੂ ਕੀਤਾ। ਜਦੋਂ ਨਵਾਂ ਕਿਲ੍ਹਾ ਬਣਾ ਰਿਹਾ ਸੀ, ਉਸ ਸਮੇਂ ਅਜ਼ਮਲ ਖਾਨ ਨੇ ਹਮਲਾ ਕਰ ਦਿੱਤਾ, ਉਸ ਕਿਲ੍ਹੇ ਦੇ ਕੰਮ ਨੂੰ ਥੋੜ੍ਹਾ ਜਿਹਾ ਵਿੱਚ ਛੱਡਣਾ ਪਿਆ, ਪਰ ਜਿਹੜਾ ਪੁਰਾਣਾ ਕਿਲ੍ਹਾ ਸੀ ਉਸਦੀ ਤਾਮੀਰ ਕਰਕੇ ਉਹਦੇ ਅੰਦਰ ਇੱਕ ਖੂਹ ਪਟਵਾਇਆ ਗਿਆ। ਖੂਹ ਇਸ ਕਰਕੇ ਪਟਵਾਇਆ ਗਿਆ ਕਿ ਉਸ ਕਿਲ੍ਹੇ ਨੂੰ ਜਿਹੜਾ ਪਾਣੀ ਆਉਂਦਾ ਸੀ, ਉਹ ਕਾਬਲ ਤੋਂ ਆਉਂਦੇ ਦਰਿਆ ਦੇ ਵਿੱਚੋਂ ਇੱਕ 12 ਨਾਮ ਦਾ ਖਾਲ ਕੱਢਿਆ ਗਿਆ ਸੀ, ਉਸ ਖਾਲ ਦੇ ਰਾਹੀਂ ਕਿਲ੍ਹੇ ਨੂੰ ਪਾਣੀ ਆਉਂਦਾ ਸੀ। ਅਤੇ ਪਹਿਲਾਂ ਤਾਂ ਹਰੀ ਸਿੰਘ ਨਲੂਏ ਨੇ ਦਰਾਏ ਖੈਬਰ ਦੇ ਪਠਾਣਾਂ ਦੇ ਨਾਲ ਇੱਕ ਸੰਧੀ ਕੀਤੀ ਕਿ ਮੈਂ ਤੁਹਾਨੂੰ 1200 ਮੋਹਰਾਂ ਦੀ ਜਗੀਰ ਦਿੰਦਾ, ਤੁਸੀਂ ਇਸ ਪਾਣੀ ਨੂੰ ਨਹੀਂ ਰੋਕਣਾ। ਕੁਝ ਚਿਰ ਤੱਕ ਤਾਂ ਉਹ ਸੰਧੀ ਦੇ ਉੱਪਰ ਉਹ ਕਾਇਮ ਰਹੇ, ਪਰ ਹਰੀ ਸਿੰਘ ਨਲੂਆ ਬੜਾ ਨੀਤੀਵਾਨ ਜਰਨੈਲ ਸੀ, ਉਸਨੇ ਸੋਚਿਆ ਕਿ ਜੇ ਕਿਤੇ ਇਹਨਾਂ ਦੇ ਉੱਪਰ ਕੋਈ ਬਾਹਰੀ ਦਬਾਅ ਪਿਆ ਅਤੇ ਇਹਨਾਂ ਨੇ ਕਿਲ੍ਹੇ ਦਾ ਪਾਣੀ ਰੋਕ ਦਿੱਤਾ ਨਾ, ਅਤੇ ਫਿਰ ਅੰਦਰ ਸਿੱਖ ਫੌਜਾਂ ਦੇ ਵਾਸਤੇ ਪਾਣੀ ਦੀ ਕਿੱਲਤ ਹੋਵੇਗੀ, ਲੜਨਾ ਬਹੁਤ ਔਖਾ ਹੋਵੇਗਾ, ਰੇਤਲਾ ਇਲਾਕਾ, ਗਰਮੀ ਉੱਥੇ ਬਹੁਤ ਹੁੰਦੀ ਹੈ। ਉਸ ਕਰਕੇ ਉਸਨੇ ਕਿਲ੍ਹੇ ਦੇ ਅੰਦਰ ਦੇ ਵਿੱਚ ਇੱਕ ਬਹੁਤ ਡੂੰਘਾ ਖੂਹ ਪਟਵਾਇਆ ਕਿ ਜੇ ਬਾਹਰੋਂ ਪਾਣੀ ਨਾ ਆ ਸਕੇ ਅਤੇ ਅੰਦਰੋਂ ਪਾਣੀ ਦੀ ਜਿਹੜੀ ਕਮੀ ਉਸ ਨੂੰ ਪੂਰਾ ਕੀਤਾ ਜਾ ਸਕੇ। ਹਰੀ ਸਿੰਘ ਨਲੂਏ ਨੇ ਜਦੋਂ ਉਸ ਇਲਾਕੇ ਦੇ ਉੱਪਰ ਕਬਜ਼ਾ ਕੀਤਾ ਅਤੇ ਸ਼ਮਸ਼ੂਦੀਨ ਉਸ ਇਲਾਕੇ ਦਾ ਹਾਕਮ ਸੀ, ਉਸ ਦਾ ਨਾਇਬ ਜਿਹੜਾ ਸੀ ਨਾਸਰ ਖਾਨ ਸੀ। ਤੁਸੀਂ ਆਮ ਗੱਲ ਸੁਣੀ ਹੋਵੇਗੀ, ਇਹ ਕਿਸੇ ਪੰਜਾਬੀ ਸਰੋਤ ਨੇ ਨਹੀਂ ਲਿਖੀ, ਸਭ ਤੋਂ ਪਹਿਲਾਂ ਇੱਕ ਅੰਗਰੇਜ਼ੀ ਵਿਦਵਾਨ ਨੇ ਇਹ ਗੱਲ ਲਿਖੀ ਹੈ। ਉਸਨੇ ਕਵਿਤਾ ਦੇ ਵਿੱਚ ਲਿਖੀ ਸੀ, ਉਹ ਰਹਿਣ ਵਾਲਾ ਫਰਾਂਸ ਦਾ ਸੀ, ਉਹ ਜਿਹੜਾ ਲਿਖਾਰੀ ਹੈ, ਉਸ ਫਰਾਂਸ ਦੇ ਲਿਖਾਰੀ ਨੇ ਸਭ ਤੋਂ ਪਹਿਲਾਂ ਇਹ ਗੱਲ ਲਿਖੀ ਸੀ ਕਿ ਜਦੋਂ ਮੈਂ ਫਰੰਟੀਅਰ ਦੇ ਉਸ ਇਲਾਕੇ ਦੇ ਵਿੱਚ ਗਿਆ ਨਾ, ਅਤੇ ਹਰੀ ਸਿੰਘ ਨਲੂਏ ਦੀ ਮੌਤ ਹੋਇਆ, ਕਹਿੰਦਾ 40 ਸਾਲ ਹੋ ਚੁੱਕੇ ਸੀ, ਪਰ ਅਜੇ ਵੀ ਘਰ ਦੇ ਵਿੱਚ ਕੋਈ ਬੱਚਾ ਰੋਂਦਾ ਸੀ ਨਾ, ਅਤੇ ਪਠਾਣੀਆਂ ਕਹਿੰਦੀਆਂ ਸੀ ਚੁੱਪ ਛਾ ਹਰੀਆ ਰਾਂਗਲੇ, ਪੁੱਤ ਚੁੱਪ ਕਰ ਜਾ, ਹਰੀ ਸਿੰਘ ਨਲੂਆ ਆ ਜਾਏਗਾ। ਕਹਿੰਦਾ ਉਹਦੀ ਮੌਤ ਤੋਂ 40 ਸਾਲ ਬਾਅਦ ਵੀ ਪਠਾਣੀਆਂ ਆਪਣੇ ਬੱਚਿਆਂ ਨੂੰ ਹਰੀ ਸਿੰਘ ਨਲੂਏ ਦੇ ਨਾਂ ਤੋਂ ਡਰਾਉਂਦੀਆਂ ਸੀ। ਇਹ ਫਰਾਂਸ ਦੇ ਲਿਖਾਰੀ ਨੇ ਗੱਲ ਲਿਖੀ ਹੈ, ਕਿਸੇ ਸਿੱਖ ਸਰੋਤ ਦੇ ਵਿੱਚ ਇਸਦਾ ਦਰਜ ਨਹੀਂ ਹੈਗਾ। ਸੋ ਜਦੋਂ ਉੱਥੋਂ ਦੇ ਪਠਾਣਾਂ ਨੂੰ ਪਤਾ ਲੱਗਾ
ਕਿ ਹਰੀ ਸਿੰਘ ਨਲੂਏ ਨੇ ਇਸ ਇਲਾਕੇ 'ਤੇ ਕਬਜ਼ਾ ਕਰਕੇ ਕਿਲ੍ਹੇ ਦੀ ਤਾਮੀਰ ਕਰਨੀ ਸ਼ੁਰੂ ਕਰ ਦਿੱਤੀ ਹੈ। ਦੋ ਘਟਨਾਵਾਂ ਬੜੀਆਂ ਅਹਿਮ ਹੋਈਆਂ ਨੇ। ਸਰਦਾਰ ਪ੍ਰੇਮ ਸਿੰਘ ਹੋਤੀ ਮਰਦਾਨ ਹੋਣਾ ਨੇ ਬੜਾ ਪਿਆਰਾ ਜ਼ਿਕਰ ਕੀਤਾ ਇਸ ਦਾ। ਅੱਜ ਕੱਲ੍ਹ ਤਾਂ ਅਸੀਂ ਟੁੱਥ ਬ੍ਰੱਸ਼ ਕਰਦੇ ਹਾਂ, ਉਹਨਾਂ ਸਮੇਂ ਵਿੱਚ ਦਾਤਣੀ ਕੀਤੀ ਜਾਂਦੀ ਸੀ ਅਤੇ ਫਲਾਹ ਦੀ ਜਾਂ ਟਾਹਲੀ ਦੀ ਜਾਂ ਨਿੰਮ ਦੀ ਦਾਤਣ ਕੀਤੀ ਜਾਂਦੀ ਸੀ। ਉਸ ਇਲਾਕੇ ਦੇ ਵਿੱਚ ਨਿੰਮ ਔਰ ਟਾਹਲੀਆਂ ਨਹੀਂ ਹੈ, ਫਲਾਹ ਹੈ ਉੱਥੇ। ਉਹ ਲਿਖਦੇ ਨੇ ਕਿ ਸਵੇਰੇ ਸਵੇਰੇ ਹਰੀ ਸਿੰਘ ਨਲੂਆ ਆਮ ਕੱਪੜਿਆਂ ਦੇ ਵਿੱਚ ਫਲਾਹ ਦੀ ਦਾਤਣ ਕਰ ਰਿਹਾ ਸੀ ਅਤੇ ਕੋਲੋਂ ਦੀ ਇੱਕ ਪਠਾਨ ਲੰਘਿਆ, ਪਠਾਨ ਜਰਨੈਲ। ਉਹ ਕਹਿੰਦਾ ਉਸਦੇ ਕੋਲ ਰੁਕਿਆ, ਕਹਿੰਦਾ ਉਹ ਸਿੱਖਾ, ਕਹਿੰਦਾ ਤੈਨੂੰ ਡਰ ਨਹੀਂ ਆਉਂਦਾ? ਤੂੰ ਮੂੰਹ ਦੇ ਵਿੱਚ ਦਾਤਣ ਪਾ ਕੇ ਬਿਨਾਂ ਹਥਿਆਰਾਂ ਤੋਂ ਪਠਾਣਾਂ ਦੇ ਇਲਾਕੇ 'ਚ ਤੁਰਿਆ ਫਿਰ ਰਿਹਾ, ਤੈਨੂੰ ਡਰ ਨਹੀਂ ਆਉਂਦਾ? ਕਹਿੰਦਾ ਨਹੀਂ, ਗੁਰੂ ਗੋਬਿੰਦ ਸਿੰਘ ਮੇਰੇ ਨਾਲ ਹੈ, ਮੈਨੂੰ ਬਿਲਕੁਲ ਡਰ ਨਹੀਂ ਆਉਂਦਾ। ਕਹਿੰਦਾ ਜੇ ਕਿਤੇ ਇੰਨਾ ਹੀ ਬਹਾਦਰ ਹੈ ਤਾਂ ਆ ਮੇਰੇ ਪਿੰਡ ਦੇ ਵਿੱਚ ਮੇਰੇ ਨਾਲ ਸ਼ਮਸ਼ੀਰਬਾਜ਼ੀ ਕਰਕੇ ਵੇਖ, ਮੇਰੇ ਨਾਲ ਤਲਵਾਰਬਾਜ਼ੀ ਕਰਕੇ ਵੇਖ, ਮੈਂ ਇਕਰਾਰ ਕਰਦਾ ਕਿ ਮੇਰੇ ਪਿੰਡ ਵਿੱਚ ਤੇਰੇ 'ਤੇ ਹਮਲਾ ਨਹੀਂ ਕੀਤਾ ਜਾਊਗਾ। ਉਸ ਨੂੰ ਪਤਾ ਹੀ ਨਹੀਂ ਸੀ ਕਿ ਹਰੀ ਸਿੰਘ ਨਲੂਆ ਹੈ, ਉਹਨੇ ਸੋਚਿਆ ਆਮ ਸਿੱਖ ਹੈ, ਉਸ ਨੂੰ ਆਪਣੇ ਪਿੰਡ ਲੈ ਗਿਆ ਅਤੇ ਹਰੀ ਸਿੰਘ ਨਲੂਆ ਵੀ ਚਲਾ ਗਿਆ। ਉਹ ਆਪਣੇ ਘਰੋਂ ਦੋ ਸ਼ਮਸ਼ੀਰਾਂ ਲੈ ਕੇ ਆਇਆ, ਦੋ ਢਾਲਾਂ ਲੈ ਕੇ ਆਇਆ, ਇੱਕ ਹਰੀ ਸਿੰਘ ਨੂੰ ਫੜਾ ਦਿੱਤੀ, ਇੱਕ ਉਸਨੇ ਆਪ ਫੜ ਲਈ, ਕਹਿੰਦਾ ਮੇਰੇ ਨਾਲ ਮੁਕਾਬਲਾ ਕਰ। ਹਰੀ ਸਿੰਘ ਨਲੂਏ ਨੇ ਕਿਹਾ, ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ ਅਤੇ ਸਾਡੇ ਗੁਰੂ ਨੇ ਇੱਕ ਅਸੂਲ ਸਾਨੂੰ ਬਖਸ਼ਿਆ ਕਿ ਅਸੀਂ ਪਹਿਲਾਂ ਦੁਸ਼ਮਣ 'ਤੇ ਵਾਰ ਨਹੀਂ ਕਰਦੇ, ਤੂੰ ਵਾਰ ਕਰ। ਉਸਨੇ ਤਿੰਨ ਵਾਰ ਕੀਤੇ, ਹਰੀ ਸਿੰਘ ਨਲੂਏ ਨੇ ਡੱਕ ਲਿਆ। ਜਦੋਂ ਹਰੀ ਸਿੰਘ ਨਲੂਏ ਨੇ ਚੌਥਾ ਵਾਰ ਕੀਤਾ ਅਤੇ ਉਹਦੀ ਸੰਜੋਅ ਨੂੰ ਚੀਰਦਾ ਹੋਇਆ ਛਾਤੀ 'ਚ ਵੱਜਾ ਅਤੇ ਪਠਾਨ ਜ਼ਮੀਨ 'ਤੇ ਡਿੱਗ ਪਿਆ। ਜਦੋਂ ਜ਼ਮੀਨ 'ਤੇ ਡਿੱਗ ਪਿਆ ਫਿਰ ਹਰੀ ਸਿੰਘ ਨੇ ਕੀ ਕੀਤਾ? ਉਸੇ ਵੇਲੇ ਆਪਣੇ ਸਿਰ ਦੀ ਦਸਤਾਰ ਉਟਾਈ ਅਤੇ ਉਸਦਾ ਫੱਟ ਬੰਨਣਾ ਸ਼ੁਰੂ ਕਰ ਦਿੱਤਾ। ਕਹਿੰਦਾ ਜਿੰਨਾ ਚਿਰ ਤੂੰ ਤਲਵਾਰਬਾਜ਼ ਸੀ ਨਾ, ਉਨਾ ਚਿਰ ਮੇਰਾ ਦੁਸ਼ਮਣ ਸੀ, ਹੁਣ ਤੂੰ ਜ਼ਮੀਨ 'ਤੇ ਡਿੱਗਿਆ ਪਿਆ ਅਤੇ ਇਨਸਾਨੀਅਤ ਦੇ ਨਾਤੇ ਤੇਰਾ ਇਲਾਜ ਕਰਨਾ ਮੇਰਾ ਫਰਜ਼ ਹੈ। ਉਸ ਨੂੰ ਠੀਕ ਕਰਕੇ ਜਦੋਂ ਹਰੀ ਸਿੰਘ ਨਲੂਆ ਮੁੜਨ ਲੱਗਾ, ਉਹ ਪਠਾਨ ਵੀ ਬੜਾ ਬਹਾਦਰ ਸੀ, ਉਸਨੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਕਿਹਾ ਕਿ ਜਾਓ ਇਸ ਨੂੰ ਵਾਪਸ ਛੱਡ ਕੇ ਆਓ ਕਿਲ੍ਹੇ ਦੇ ਵਿੱਚ। ਅਤੇ ਜਦੋਂ ਕਿਲ੍ਹੇ ਦੇ ਵਿੱਚ ਉਹ ਛੱਡਣ ਆਏ ਅਤੇ ਜਦੋਂ ਸਾਰੀਆਂ ਸਿੱਖ ਫੌਜਾਂ ਨੇ ਹਰੀ ਸਿੰਘ ਨੂੰ ਆਉਂਦਿਆਂ ਵੇਖਿਆ ਅਤੇ ਜਰਨੈਲ ਕਹਿ ਕੇ ਫਤਿਹ ਬੁਲਾਈ ਅਤੇ ਪਠਾਨ ਹੈਰਾਨ ਹੋ ਗਏ ਕਿ ਸਿੱਖਾਂ ਦਾ ਜਰਨੈਲ ਅਤੇ ਹਰੀ ਸਿੰਘ ਨਲੂਆ ਸੀ। ਅਸੀਂ ਤਾਂ ਆਮ ਸਿੱਖ ਸਮਝ ਕੇ ਇਸ ਨੂੰ ਪਿੰਡ ਦੇ ਵਿੱਚ ਲੈ ਗਏ ਸੀ। ਪ੍ਰੇਮ ਸਿੰਘ ਕਹਿੰਦੇ ਨੇ, ਕਹਿੰਦੇ ਉਹ ਪਠਾਨ ਪਛਤਾਏ ਵੀ ਕਿ ਇਸ ਨੂੰ ਜਿੰਦਾ ਕਿਉਂ ਛੱਡਿਆ, ਇਸ ਨੂੰ ਤਾਂ ਉੱਥੇ ਕਤਲ ਕਰ ਦੇਣਾ ਚਾਹੀਦਾ ਸੀ, ਸਾਡੇ ਹੱਥ ਤਾਂ ਹਰੀ ਸਿੰਘ ਆਇਆ ਸੀ। ਪਰ ਕਹਿੰਦਾ ਹਰੀ ਸਿੰਘ ਦੀ ਦਲੇਰੀ ਵੇਖੋ ਕਿ ਦਾਤਣ ਕਰਦਾ ਹੀ ਦੁਸ਼ਮਣ ਦੇ ਪਿੰਡ ਦੇ ਵਿੱਚ ਚਲਾ ਗਿਆ। ਅਗਲੀ ਘਟਨਾ, ਸ਼ਮਸ਼ੂਦੀਨ ਦਾ ਫੌਜਦਾਰ ਨਾਸਰ ਖਾਨ, ਜਦੋਂ ਪਤਾ ਲੱਗਾ ਕਿ ਦਰਾਏ ਖੈਬਰ 'ਤੇ ਹਰੀ ਸਿੰਘ ਨਲੂਏ ਨੇ ਕਬਜ਼ਾ ਕਰ ਲਿਆ ਅਤੇ ਆਪਣੇ ਬੇਟੇ ਨਾਸਰ ਖਾਨ ਨੂੰ ਕਹਿੰਦਾ, ਬੇਟਾ ਜਲਦੀ ਸਮਾਨ ਚੁੱਕ, ਅਸੀਂ ਇਸ ਇਲਾਕੇ ਨੂੰ ਛੱਡ ਕੇ ਜਲਾਲਾਬਾਦ ਚਲੇ ਜਾਈਏ, ਮਤਾ ਹਰੀ ਸਿੰਘ ਨਲੂਆ ਕਿਤੇ ਸਾਡਾ ਨੁਕਸਾਨ ਨਾ ਕਰ ਦੇਵੇ। ਜਿਹੜਾ ਨਾਸਰ ਖਾਨ ਨੇ ਆਪਣੇ ਪੁੱਤਰ ਗੁਲਫਾਮ ਨੂੰ ਇਹ ਗੱਲ ਕਹੀ ਅਤੇ ਗੁਲਫਾਮ ਆਪਣੀ ਮੰਗੇਤਰ ਬਾਨੋ ਦੇ ਘਰ ਗਿਆ ਜਿਸ ਦੇ ਨਾਲ ਉਸਦਾ ਨਿਕਾਹ ਹੋਣਾ ਸੀ। ਕਹਿੰਦਾ ਬਾਨੋ ਚੱਲ ਛੇਤੀ ਇਸ ਸ਼ਹਿਰ ਨੂੰ ਛੱਡ ਕੇ ਚਲੇ ਜਾਈਏ, ਕਿਉਂਕਿ ਪਤਾ ਲੱਗਾ ਮੇਰੇ ਅੱਬੂ ਜਾਨ ਨੇ ਦੱਸਿਆ ਕਿ ਹਰੀ ਸਿੰਘ ਨਲੂਆ ਇਸ ਇਲਾਕੇ 'ਤੇ ਕਾਬਜ਼ ਹੋ ਗਿਆ ਅਤੇ ਹੁਣ ਅਸੀਂ ਉਸ ਦੇ ਅੱਗੇ ਮੈਦਾਨੇ ਜੰਗ 'ਚ ਮੁਕਾਬਲਾ ਨਹੀਂ ਕਰ ਸਕਦੇ, ਸਾਨੂੰ ਇਲਾਕਾ ਛੱਡਣਾ ਪਵੇਗਾ। ਅਤੇ ਬਾਨੋ ਪਤਾ ਕੀ ਕਹਿੰਦੀ ਹੈ? ਕਹਿੰਦੀ ਗੁਲਫਾਮ ਤੂੰ ਤਾਂ ਕਹਿੰਦਾ ਸੀ ਮੇਰੇ ਬਰਸ਼ੇ ਦੇ ਅੱਗੇ ਕੋਹ ਕਾਫ ਵਰਗੇ ਪਹਾੜ ਵੀ ਡਿੱਗ ਪੈਂਦੇ ਨੇ, ਤੂੰ ਤਾਂ ਕਹਿੰਦਾ ਸੀ ਕਿ ਜਦੋਂ ਮੈਂ ਆਪਣੇ ਕਮਾਨ ਦੇ ਵਿੱਚ ਤੀਰ ਨੂੰ ਖਿੱਚਦਾ ਮੇਰੇ ਅੱਗੇ ਕੋਈ ਦੁਸ਼ਮਣ ਖੜਾ ਨਹੀਂ ਹੋ ਸਕਦਾ, ਅਜੇ ਤਾਂ ਹਰੀ ਸਿੰਘ ਆਇਆ ਹੀ ਨਹੀਂ, ਤੂੰ ਨਾਮ ਹੀ ਸੁਣਿਆ ਅਤੇ ਤੂੰ ਕਹਿ ਰਿਹਾ ਸ਼ਹਿਰ ਛੱਡ ਕੇ ਚਲਾ ਜਾਈਏ, ਕਿੱਥੇ ਗਈ ਤੇਰੀ ਦਲੇਰੀ, ਕਿੱਥੇ ਗਈ ਤੇਰੀ ਬਹਾਦਰੀ? ਮੈਂ ਤੇ ਤੇਰੇ ਨਾਲ ਨਿਕਾਹ ਕਰਾਉਣ ਦੇ ਵਾਸਤੇ ਹਾਂ ਹੀ ਇਸ ਕਰਕੇ ਕੀਤੀ ਸੀ ਕਿ ਮੈਨੂੰ ਦੱਸਿਆ ਗਿਆ ਸੀ ਕਿ ਤੂੰ ਦਰਾ ਖੈਬਰ ਦੇ ਸਾਰੇ ਪਠਾਣਾਂ 'ਚੋਂ ਬਹਾਦਰ ਜਰਨੈਲ ਹੈ, ਇੰਨਾ ਡਰਪੋਕ ਹੈ? ਕਹਿੰਦਾ ਨਹੀਂ ਬਾਨੋ, ਗੱਲ ਕਰਨ ਦਾ ਵਕਤ ਨਹੀਂ ਹੈ, ਚੱਲ ਛੇਤੀ ਜਾ ਕੇ ਕਿਤੇ ਲੁਕ ਜਾਈਏ। ਇੱਕ ਪਹਾੜ ਦੀ ਕੰਧਰ ਦੇ ਵਿੱਚ, ਉਸ ਇਲਾਕੇ ਦੇ ਵਿੱਚ ਪਹਾੜੀ ਗੁਫਾ ਬਹੁਤ ਨੇ, ਅਜੇ ਵੀ ਪਠਾਨ ਉਹਨਾਂ ਗੁਫਾ ਦੇ ਵਿੱਚ ਬਹੁਤ ਰਹਿੰਦੇ ਨੇ।
ਜਿੰਨਾ ਵੀ ਉਹਨਾਂ ਨੇ ਉੱਥੇ ਹੁਣ ਵੀ ਅਮਰੀਕੀ ਫੌਜ ਦਾ ਮੁਕਾਬਲਾ ਕੀਤਾ ਉਹਨਾਂ ਪਹਾੜੀ ਕੰਧਰਾਂ ਦੇ ਵਿੱਚੋਂ ਕੀਤਾ। ਇੱਕ ਕੰਧਰ ਦੇ ਵਿੱਚ ਲੁਕੇ ਬੈਠੇ ਨੇ ਅਤੇ ਬਾਨੋ ਆਪਣੇ ਮੰਗੇਤਰ ਗੁਲਫਾਮ ਨੂੰ ਸਵਾਲ ਕਰਦੀ ਹੈ, ਕਹਿੰਦੀ ਹੈ ਕਿ ਇਹ ਕਿਹੜਾ ਜਰਨੈਲ ਹੈ ਜਿਸ ਤੋਂ ਤੁਸੀਂ ਇੰਨੇ ਡਰਦੇ ਹੋ? ਕਹਿੰਦਾ ਸਿੱਖਾਂ ਦਾ ਜਰਨੈਲ ਹਰੀ ਸਿੰਘ ਨਲੂਆ ਹੈ। ਕਹਿੰਦੀ ਮੈਂ ਵੇਖਣਾ ਚਾਹੁੰਦੀ ਹਾਂ ਕਿ ਜਰਨੈਲ ਹੈ ਕਿਹੜਾ। ਕਹਿੰਦਾ ਬਾਨੋ ਪਰਾਈ ਕੌਮ ਦਾ ਸਰਦਾਰ ਹੈ, ਤੂੰ ਉਸ ਨੂੰ ਵੇਖਣ ਵਾਸਤੇ ਨਾ ਜਾ। ਜਿਸ ਤਰ੍ਹਾਂ ਦਾ ਮਨੁੱਖ ਆਪ ਹੁੰਦਾ ਹੈ ਨਾ, ਦੂਸਰੇ ਦੇ ਬਾਰੇ ਉਹਦੀ ਪ੍ਰੈਡਿਕਸ਼ਨ ਬਿਲਕੁਲ ਉਸੇ ਤਰ੍ਹਾਂ ਦੀ ਹੁੰਦੀ ਹੈ। ਕਹਿੰਦਾ ਦੁਸ਼ਮਣ ਹੈ, ਤੈਨੂੰ ਘੇਰ ਲਵੇਗਾ, ਤੇਰੀ ਇੱਜ਼ਤ ਲੁੱਟ ਲਵੇਗਾ, ਤੂੰ ਉੱਥੇ ਨਾ ਜਾ। ਅਤੇ ਬਾਨੋ ਨੇ ਜਵਾਬ ਪਤਾ ਕੀ ਦਿੱਤਾ? ਕਹਿੰਦੀ ਚਾਹੇ ਜਾਵੇ ਇੱਜ਼ਤ ਅਤੇ ਚਾਹੇ ਜਾਵੇ ਜਾਨ, ਪਰ ਮੈਂ ਉਹ ਜਰਨੈਲ ਜ਼ਰੂਰ ਵੇਖਣਾ ਜਿਸ ਤੋਂ ਤੁਸੀਂ ਡਰਦੇ। ਤੁਸੀਂ ਆਪਣੇ ਆਪ ਨੂੰ ਬੜੇ ਬਹਾਦਰ ਸਮਝਦੇ ਹੋ ਨਾ, ਮੈਂ ਉਹ ਜਰਨੈਲ ਜ਼ਰੂਰ ਵੇਖਣਾ ਜਿਸ ਤੋਂ ਤੁਸੀਂ ਡਰਦੇ ਹੋ। ਚਲੀ ਗਈ ਆਪਣੇ ਮੰਗੇਤਰ ਦਾ ਹੱਥ ਛਡਾ ਕੇ, ਜਿੱਥੇ ਹਰੀ ਸਿੰਘ ਨਲੂਆ ਕਿਲ੍ਹਾ ਤਿਆਰ ਕਰ ਰਿਹਾ ਸੀ। ਕਿਲ੍ਹੇ ਦੇ ਬਾਹਰ ਸ਼ਮਿਆਨਾ ਲੱਗਾ ਹੋਇਆ ਸੀ, ਸ਼ਾਮ ਦਾ ਸਮਾਂ ਕਿਲ੍ਹੇ ਦੇ ਉਸ ਸ਼ਮਿਆਨੇ ਦੇ ਬਾਹਰ, ਸ਼ਮਿਆਨੇ 'ਚ ਛੋਟੇ ਜਿਹੇ ਟੈਂਟ ਦੇ ਅੰਦਰ ਦਾਖਲ ਹੋਈ। ਅੰਦਰ ਵੇਖਿਆ ਕਿ ਕੌਮ ਦਾ ਜਰਨੈਲ ਹਰੀ ਸਿੰਘ ਨਲੂਆ 42 ਸਾਲ ਦੀ ਉਮਰ, 86 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋ ਗਏ ਸੀ। 42 ਸਾਲ ਦੀ ਉਮਰ ਜਦੋਂ ਉਹਨਾਂ ਨੇ ਉਹ ਇਲਾਕਾ ਪਹਿਲੀ ਵਾਰ ਫਤਿਹ ਕੀਤਾ, ਜਾ ਕੇ ਖੜੀ ਹੋ ਗਈ। ਹਰੀ ਸਿੰਘ ਨਲੂਏ ਨੇ ਆਪਣਾ ਰਹਿਰਾਸ ਸਾਹਿਬ ਦੇ ਪਾਠ ਦੀ ਸਮਾਪਤੀ ਤੋਂ ਬਾਅਦ ਨੇਤਰ ਖੋਲ੍ਹੇ ਅਤੇ ਨੇਤਰ ਖੋਲ੍ਹ ਕੇ ਪੁੱਛਿਆ, ਆ ਬੇਟਾ ਕਿਸ ਕੰਮ ਆਈ ਹੈ? ਕਹਿੰਦੀ ਮੇਰਾ ਇੱਕ ਸਵਾਲ ਹੈ, ਤੁਸੀਂ ਕੌਣ ਹੋ? ਹਰੀ ਸਿੰਘ ਨਲੂਆ ਕਹਿੰਦਾ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਉਸ ਪਠਾਣ ਦੀ ਬੱਚੀ ਨੇ ਦੂਜਾ ਸਵਾਲ ਕੀਤਾ, ਕਹਿੰਦੀ ਤੁਸੀਂ ਸਾਡੇ ਇਲਾਕੇ 'ਤੇ ਕਬਜ਼ਾ ਕਿਉਂ ਕੀਤਾ? ਹਰੀ ਸਿੰਘ ਨਲੂਏ ਨੇ ਜਵਾਬ ਦਿੱਤਾ, ਬੇਟਾ ਅਸੀਂ ਕਿਸੇ ਦੇ ਇਲਾਕੇ 'ਤੇ ਕਬਜ਼ਾ ਨਹੀਂ ਕੀਤਾ, ਅਸੀਂ ਤਾਂ ਆਪਣੇ ਘਰ ਦੀ ਰੱਖਿਆ ਕੀਤੀ ਹੈ। ਉਸ ਜਵਾਬ ਤੋਂ ਇੰਨੀ ਪ੍ਰਭਾਵਿਤ ਹੋਈ ਜਦੋਂ ਹਰੀ ਸਿੰਘ ਨਲੂਏ ਦੀ ਡੀਲ ਡਾਲ ਵੱਖੀ ਤਾਂ ਪਤਾ ਕੀ ਕਹਿੰਦੀ ਹੈ? ਕਹਿੰਦੀ ਮੈਂ ਪ੍ਰਣ ਕੀਤਾ ਸੀ ਕਿ ਮੈਂ ਕਿਸੇ ਬਹਾਦਰ ਦੇ ਨਾਲ ਨਿਕਾਹ ਕਰਨਾ ਹੈ, ਕਿਸੇ ਬਹਾਦਰ ਦੇ ਨਾਲ ਵਿਆਹ ਕਰਨਾ ਹੈ। ਉਹ ਸਿੱਖਾਂ ਦੇ ਜਰਨੈਲਾਂ, ਮੈਂ ਚਾਹੁੰਦੀ ਹਾਂ ਮੇਰੀ ਕੁੱਖ ਦੇ ਵਿੱਚੋਂ ਤੇਰੇ ਵਰਗਾ ਪੁੱਤਰ ਜਨਮ ਦੇਵੇ। ਹਰੀ ਸਿੰਘ ਨਲੂਏ ਨੇ ਜਵਾਬ ਦਿੱਤਾ, ਬੇਟਾ ਪੁੱਤਰ ਚਾਹੇ ਕਿਹੋ ਜਿਹਾ ਵੀ ਹੋਵੇ, ਆਪਣੇ ਖੁਦਾਬੰਦ ਕਰੀਮ ਦੇ ਅੱਗੇ ਦੁਆ ਕਰਿਆ ਕਰਕੇ ਪੁੱਤਰ ਚੰਗੇ ਅਸੂਲਾਂ ਦਾ ਮਾਲਕ ਹੋਵੇ। ਸ਼ਕਲ ਦੀ ਕੋਈ ਅਹਿਮੀਅਤ ਨਹੀਂ ਹੁੰਦੀ, ਅਸੂਲਾਂ ਦੀ ਅਹਿਮੀਅਤ ਹੁੰਦੀ ਹੈ। ਕਹਿੰਦੀ ਨਹੀਂ, ਸਿੱਖਾਂ ਦੇ ਜਰਨੈਲਾ ਤੂੰ ਸਮਝਿਆ ਨਹੀਂ, ਮੈਂ ਚਾਹੁੰਦੀ ਹਾਂ ਤੂੰ ਮੇਰੇ ਨਾਲ ਨਿਕਾਹ ਕਰ ਲਵੇਂ ਅਤੇ ਮੇਰੀ ਕੁੱਖ ਦੇ ਵਿੱਚੋਂ ਤੇਰਾ ਪੁੱਤਰ ਜਨਮ ਲਵੇ। ਉਦੋਂ ਤੱਕ ਸਰਦਾਰ ਹਰੀ ਸਿੰਘ ਨਲੂਏ ਦਾ ਵਿਆਹ ਵੀ ਹੋ ਚੁੱਕਾ ਸੀ, ਦੋ ਪੁੱਤਰ ਵੀ ਸਨ, ਸਰਦਾਰ ਅਰਜਨ ਸਿੰਘ, ਸਰਦਾਰ ਜਵਾਹਰ ਸਿੰਘ, ਇੱਕ ਬੇਟੀ ਵੀ ਸੀ ਨੰਦ ਕੌਰ, ਬਹੁਤ ਛੋਟੀ ਉਮਰ ਦੀ। ਹਰੀ ਸਿੰਘ ਨਲੂਏ ਨੇ ਕਿਹਾ ਕਿ ਮੈਂ ਵਿਆਹਿਆ ਹੋਇਆ ਹਾਂ ਅਤੇ ਮੇਰੇ ਗੁਰੂ ਦਾ ਹੁਕਮ ਹੈ ਕਿ ਪਰਤਰੀਆ ਰੂਪ ਨਾ ਪੇਖੇ ਨੇਤਰ। ਮੈਂ ਤਾਂ ਇੰਝ ਸੋਚ ਵੀ ਨਹੀਂ ਸਕਦਾ ਤੂੰ ਇਹ ਕੀ ਸੋਚ ਕੇ ਮੇਰੇ ਸ਼ਮਿਆਨੇ ਦੇ ਵਿੱਚ ਆ ਗਈ ਹੈ। ਕਹਿੰਦੀ ਸਿੱਖਾਂ ਦੇ ਜਰਨੈਲਾ ਇਹ ਗੱਲ ਨਹੀਂ, ਚਾਹੇ ਤੇਰਾ ਪਹਿਲਾਂ ਵਿਆਹ ਹੋਇਆ ਵੀ ਹੈ, ਪਰ ਮੈਂ ਚਾਹੁੰਦੀ ਹਾਂ ਕਿ ਤੂੰ ਮੇਰੇ ਨਾਲ ਨਿਕਾਹ ਕਰ ਲੈ, ਮੇਰੀ ਕੁੱਖ 'ਚੋਂ ਤੇਰਾ ਪੁੱਤਰ ਜਨਮ ਲਵੇ। ਹਰੀ ਸਿੰਘ ਨਲੂਆ ਜੋਸ਼ ਦੇ ਵਿੱਚ ਆਇਆ, ਨੇੜੇ ਪਈ ਸ਼ਮਸ਼ੀਰ 'ਤੇ ਹੱਥ ਚਲਾ ਗਿਆ ਅਤੇ ਗੁੱਸੇ ਦੇ ਵਿੱਚ ਕਹਿੰਦੇ ਨੇ, ਪਠਾਣ ਦੀ ਇਹ ਬੱਚੀ ਹੈ, ਮੇਰੇ ਸ਼ਮਿਆਨੇ 'ਚੋਂ ਬਾਹਰ ਚਲੀ ਜਾ, ਤੂੰ ਇੱਕ ਸਿੱਖ ਦੇ ਇਖਲਾਕ ਨੂੰ ਪਰਖਣ ਵਾਸਤੇ ਆਈ ਹੈ। ਵਾਪਸ ਜਾਂਦੀ ਹੋਈ ਉਹ ਬੱਚੀ ਅੱਖਾਂ ਦੇ ਵਿੱਚ ਹੰਝੂ ਨੇ ਸ਼ਮਿਆਨੇ ਦੇ ਦਰਵਾਜ਼ੇ 'ਤੇ ਰੁਕੀ ਅਤੇ ਝੋਲੀ ਅੱਡ ਕੇ ਕਹਿੰਦੀ, ਉਹ ਸਿੱਖਾਂ ਦੇ ਜਰਨੈਲਾ ਮੈਂ ਤਾਂ ਸੁਣਿਆ ਸੀ ਕਿ ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਨਹੀਂ ਗਿਆ, ਅਤੇ ਅੱਜ ਇੱਕ ਪਠਾਣਾ ਦੀ ਬੱਚੀ ਗੁਰੂ ਨਾਨਕ ਦੇ ਜਰਨੈਲ ਦੇ ਦਰ ਤੋਂ ਖਾਲੀ ਜਾ ਰਹੀ ਹੈ। ਹਰੀ ਸਿੰਘ ਨਲੂਆ ਕਹਿੰਦਾ ਰੁਕ ਜਾ। ਰੁਕ ਗਈ। ਕਹਿੰਦਾ ਤੇਰਾ ਨਾਮ ਕੀ ਹੈ? ਕਹਿੰਦੀ ਬਾਨੋ। ਆਪਣੇ ਕੋਲ ਪਈ ਇੱਕ ਚਾਦਰ ਨੂੰ ਉਹਦੇ ਸਿਰ ਦੇ ਉੱਪਰ ਰੱਖ ਕੇ ਹੱਥ ਜੋੜ ਕੇ ਸਾਹਮਣੇ ਖੜਾ ਹੋ ਗਿਆ। ਕਹਿੰਦਾ ਬਾਨੋ, ਤੂੰ ਚਾਹੁੰਦੀ ਸੀ ਨਾ ਤੇਰੇ ਘਰ ਦੇ ਵਿੱਚ ਹਰੀ ਸਿੰਘ ਨਲੂਏ ਵਰਗਾ ਪੁੱਤਰ ਜਨਮ ਲਵੇ, ਅੱਜ ਤੋਂ ਤੂੰ ਮੇਰੀ ਧਰਮ ਦੀ ਮਾਤਾ ਅਤੇ ਹਰੀ ਸਿੰਘ ਨਲੂਆ ਹੀ ਤੇਰਾ ਪੁੱਤਰ ਹੈ। ਇਹ ਇਸ ਕੌਮ ਦਾ ਜਰਨੈਲ ਸੀ, ਇਹ ਉਸ ਕੌਮ ਦੇ ਜਰਨੈਲ ਦਾ ਇਖਲਾਕ ਸੀ।
ਉਸ ਸਮੇਂ ਹਰੀ ਸਿੰਘ ਨਲੂਏ ਦੀ ਉਮਰ 42 ਸਾਲ ਤੋਂ ਉੱਪਰ ਸੀ ਅਤੇ ਜਿਸ ਨੂੰ ਮਾਤਾ ਕਹਿ ਕੇ ਸੰਬੋਧਨ ਕਰ ਰਿਹਾ 19-20 ਸਾਲ ਦੀ ਲੜਕੀ ਸੀ। ਇਹ ਉਸ ਕੌਮ ਦਾ ਜਿਹੜਾ ਜਰਨੈਲ ਸੀ ਸਾਡਾ, ਇਹ ਉਹਦਾ ਇਖਲਾਕ ਸੀ, ਇਹ ਉਹਦਾ ਕਰੈਕਟਰ ਸੀ। ਖੈਰ, ਹਰੀ ਸਿੰਘ ਨਲੂਆ ਉਸ ਇਲਾਕੇ ਨੂੰ ਕਿਲ੍ਹਾ ਬਣਾਉਣ ਤੋਂ ਬਾਅਦ ਉੱਥੇ ਸਰਦਾਰ ਮਾਹ ਸਿੰਘ ਨੂੰ ਤੈਨਾਤ ਕੀਤਾ। ਸਰਦਾਰ ਮਾਹ ਸਿੰਘ ਨੂੰ 800 ਪੈਦਲ, 200 ਘੋੜਸਵਾਰ, 10 ਵੱਡੀਆਂ ਤੋਪਾਂ, 12 ਛੋਟੀਆਂ ਤੋਪਾਂ ਔਰ 80 ਤੋਪਚੀ ਦੇ ਕੇ ਹਰੀ ਸਿੰਘ ਨਲੂਆ ਵਾਪਸ ਪਿਸ਼ਾਵਰ ਕਿਲ੍ਹੇ ਦੇ ਵਿੱਚ ਆ ਗਿਆ। ਪਿਸ਼ਾਵਰ ਕਿਲ੍ਹੇ ਦੇ ਵਿੱਚ ਉਦੋਂ ਉਹ ਸਮਾਂ ਆ ਗਿਆ ਜਦੋਂ ਕੰਵਰ ਨੌਂ ਨਿਹਾਲ ਸਿੰਘ ਦਾ ਵਿਆਹ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕੰਵਰ ਨੌਂ ਨਿਹਾਲ ਸਿੰਘ ਦਾ ਵਿਆਹ ਸ਼ਾਮ ਸਿੰਘ ਅਟਾਰੀ ਦੀ ਬੇਟੀ ਬੀਬੀ ਨਾਨਕੀ ਦੇ ਨਾਲ ਕਰਨਾ ਸੀ ਅਤੇ ਬੜੀ ਧੂਮਧਾਮ ਦੇ ਨਾਲ ਕਰਨਾ ਸੀ। ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਜਿੱਥੇ ਜਿੱਥੇ ਵੀ ਕਿਲ੍ਹਿਆਂ ਦੇ ਵਿੱਚ ਸਿੱਖ ਫੌਜ ਬੈਠੀ ਸੀ ਸਾਰੀ ਨੂੰ ਇਹ ਸੱਦੇ ਭੇਜ ਦਿੱਤੇ ਕਿ ਸਾਰੀ ਸਿੱਖ ਫੌਜ, ਤਕਰੀਬਨ 75% ਫੌਜ ਜਿਹੜੀ ਹੈ, 25% ਫੌਜ ਜਿਹੜੀ ਉਹ ਰੱਖਿਆ ਵਾਸਤੇ ਕਿਲ੍ਹਿਆਂ ਦੇ ਵਿੱਚ ਰਹਿ ਜਾਵੇ ਅਤੇ ਬਾਕੀ ਸਾਰੀ ਫੌਜ ਲਾਹੌਰ ਆ ਜਾਵੇ। ਸਾਰੀ ਫੌਜ ਲਾਹੌਰ ਆ ਗਈ ਅਤੇ ਉਸ ਪਿਸ਼ਾਵਰ ਦੇ ਕਿਲ੍ਹੇ ਦੇ ਵਿੱਚ 25,000 ਫੌਜ ਸੀ, ਜਿਹਦੇ ਵਿੱਚੋਂ 15,000 ਫੌਜ ਲੈ ਕੇ ਹਰੀ ਸਿੰਘ ਨਲੂਏ ਦਾ ਪੁੱਤਰ ਜਵਾਹਰ ਸਿੰਘ ਵੀ ਲਾਹੌਰ ਵਿਆਹ ਦੇ ਵਿੱਚ ਆ ਗਏ। ਸਾਰੀ ਫੌਜ ਇੱਥੇ ਇਕੱਠੀ ਹੋ ਗਈ, ਸਾਰੇ ਸਰਦਾਰ ਇੱਥੇ ਨੇ ਅਤੇ ਉਸ ਸਮੇਂ ਇੱਕ ਅੰਗਰੇਜ਼ ਸੂਈਏ ਨੇ ਜਾ ਕੇ ਦੋਸਤ ਮੁਹੰਮਦ ਖਾਨ ਨੂੰ ਦੱਸਿਆ ਕਿ ਦੋਸਤ ਮੁਹੰਮਦ ਖਾਨ, ਜਿਸ ਹਰੀ ਸਿੰਘ ਨਲੂਏ ਨੇ ਅਟਕ ਨੂੰ ਫਤਿਹ ਕੀਤਾ ਸੀ, ਜਿਸ ਹਰੀ ਸਿੰਘ ਨਲੂਏ ਨੇ ਪਿਸ਼ਾਵਰ ਨੂੰ ਫਤਿਹ ਕੀਤਾ ਸੀ, ਜਿਸ ਨੇ ਫਰੰਟੀਅਰ ਅਤੇ ਹਜ਼ਰੋਂ ਦਾ ਇਲਾਕਾ ਫਤਿਹ ਕੀਤਾ ਸੀ, ਜਿਹਨੇ ਸਾਡੇ ਕੋਲ ਜਬਰੌਦ ਲੈ ਲਿਆ, ਜਿਹਦੀ ਹੁਣ ਅੱਖ ਜਲਾਲਾਬਾਦ ਦੇ ਉੱਪਰ ਹੈ, ਅੱਜ ਉਹ ਹਰੀ ਸਿੰਘ ਨਲੂਆ ਅਤੇ ਉਹਦੇ ਸਿੱਖ ਬੜੀਆਂ ਥੋੜ੍ਹੀਆਂ ਫੌਜਾਂ ਦੇ ਨਾਲ ਜਮਰਾਤ ਦੇ ਕਿਲ੍ਹੇ ਦੇ ਵਿੱਚ ਨੇ। ਜੇਕਰ ਹੋਰ ਹਮਲਾ ਕੀਤਾ ਜਾਵੇ ਤਾਂ ਜਮਰੌਤ ਦੇ ਕਿਲ੍ਹੇ ਨੂੰ ਵਾਪਸ ਲਿਆ ਜਾ ਸਕਦਾ ਹੈ, ਕਿਉਂਕਿ ਸਾਰੀ ਸਿੱਖ ਫੌਜ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਲਾਹੌਰ ਗਈ ਹੋਈ ਹੈ। ਉਸੇ ਵੇਲੇ ਦੋਸਤ ਮੁਹੰਮਦ ਖਾਨ ਨੇ ਆਪਣੇ 5 ਪੁੱਤਰ ਅਜ਼ਮਲ ਖਾਨ, ਅਕਬਰ ਖਾਨ, ਅਫਜ਼ਲ ਖਾਨ, ਆਜ਼ਮ ਖਾਨ ਅਤੇ ਗੁਲਾਮ ਹੈਦਰ ਖਾਨ, ਇਹਨਾਂ ਆਪਣੇ 5 ਪੁੱਤਰਾਂ ਨੂੰ ਆਪਣੇ ਸਾਹਮਣੇ ਖੜ੍ਹਾ ਕੀਤਾ ਅਤੇ ਉਸੇ ਸਮੇਂ ਸ਼ਾਹੀ ਕਾਜ਼ੀ ਨੇ ਜਿਹਾਦ ਦਾ ਫਤਵਾ ਜਾਰੀ ਕਰ ਦਿੱਤਾ ਕਿ ਅਸੀਂ ਹੁਣ ਜਿਹੜਾ ਇਲਾਕਾ ਸਿੱਖਾਂ ਨੇ ਜਿੱਤਿਆ ਸੀ ਉਸ ਨੂੰ ਜਿੱਤਣ ਦੇ ਵਾਸਤੇ ਅਸੀਂ ਜਮਰੌਤ ਦੇ ਉੱਪਰ ਹਮਲਾ ਕਰਨਾ ਹੈ। ਤਕਰੀਬਨ 50,000 ਜਵਾਨ ਇਕੱਠਾ ਹੋ ਗਿਆ। ਉਹਦੇ ਤੋਂ ਇਲਾਵਾ ਸ਼ਮਸ਼ੂਦੀਨ ਅਤੇ ਸ਼ਮੀ ਖਾਨ, ਇਹ ਉਸ ਵੇਲੇ ਦੇ ਮੰਨੇ ਹੋਏ ਪਠਾਨ ਸੀ, ਇਹ ਵੀ ਆਪਣੀ ਫੌਜ ਦੇ ਨਾਲ ਸ਼ਾਮਲ ਹੋ ਗਏ ਅਤੇ ਇਹਨਾਂ ਨੇ 15 ਅਪ੍ਰੈਲ 1837 ਨੂੰ ਕਾਬਲ ਦੇ ਕੋਲੋਂ ਜਲਾਲਾਬਾਦ ਨੂੰ ਚਲਾਣਾ ਕੀਤਾ ਅਤੇ 28 ਅਪ੍ਰੈਲ 1837 ਨੂੰ ਆ ਕੇ ਇਹਨਾਂ ਇਸ ਕਿਲ੍ਹੇ ਨੂੰ ਘੇਰਾ ਪਾ ਲਿਆ ਕਿਲ੍ਹੇ ਦੇ ਵਿੱਚ ਸਰਦਾਰ ਮਾਹ ਸਿੰਘ ਦੇ ਕੋਲ 8,000 ਪੈਦਲ ਅਤੇ 2,000 ਘੋੜਸਵਾਰ, ਇਹਨਾਂ ਸਾਰੀਆਂ ਉੱਚੀਆਂ ਪਹਾੜੀਆਂ ਦੇ ਉੱਪਰ ਤੋਪਾਂ ਬੀੜ ਕੇ ਕਿਲ੍ਹੇ ਦੇ ਉੱਪਰ ਗੋਲੇ ਭਰਾਉਣੇ ਸ਼ੁਰੂ ਕਰ ਦਿੱਤੇ। ਉੱਧਰੋਂ ਸਰਦਾਰ ਮਾਹ ਸਿੰਘ ਆਪਣੇ ਜਰਨੈਲਾਂ ਨੂੰ ਲੈ ਕੇ ਬਾਹਰ ਨਿਕਲਿਆ। ਸ਼ਮੀ ਖਾਨ ਦੇ ਨਾਲ ਸਾਰੀ 28 ਤਰੀਕ ਨੂੰ ਲੜਾਈ ਹੁੰਦੀ ਰਹੀ। ਉਸ ਲੜਾਈ ਦੇ ਦੌਰਾਨ ਬਹੁਤ ਸਾਰੀਆਂ ਤੋਪਾਂ ਦੇ ਗੋਲੇ ਵੱਜਣ ਦੇ ਨਾਲ ਜਮਰੌਦ ਦੇ ਕਿਲ੍ਹੇ ਦੀ ਕੰਧ ਦੇ ਵਿੱਚ ਪਾੜ ਪੈ ਗਿਆ ਅਤੇ ਦੋਸਤ ਮੁਹੰਮਦ ਖਾਨ ਦਾ ਬੇਟਾ ਸ਼ਮੀ ਖਾਨ ਨੂੰ ਕਹਿੰਦਾ ਹੈ, ਅਕਬਰ ਖਾਨ ਕਹਿੰਦਾ ਹੈ ਕਿ ਮੈਂ ਕਿਲ੍ਹੇ ਦੇ ਪਾੜ ਦੇ ਵਿੱਚੋਂ ਅੰਦਰ ਜਾਵਾਂ। ਸ਼ਮੀ ਖਾਨ ਦੋਸਤ ਮੁਹੰਮਦ ਖਾਨ ਦੇ ਨਾਲ 3 ਵਾਰੀ ਸਿੱਖਾਂ ਦੇ ਹੱਥ ਵੇਖ ਚੁੱਕਿਆ ਸੀ, ਉਹਨੇ ਜਿਹੜੇ ਸ਼ਬਦ ਕਹੇ ਨੇ ਬੜੇ ਅਹਿਮ ਨੇ। ਕਹਿੰਦਾ ਅਕਬਰ ਖਾਨ, ਕਹਿੰਦਾ ਸ਼ੇਰ ਦੀ ਗੁਫਾ ਦੇ ਵਿੱਚ ਜਾਣ ਦਾ ਹੌਸਲਾ ਨਹੀਂ ਕਰੀਦਾ, ਬੇਸ਼ੱਕ ਕਿਲ੍ਹੇ 'ਚ ਪਾੜ ਪੈ ਗਿਆ ਨਾ ਅਤੇ ਅੰਦਰ ਮਾਹ ਸਿੰਘ ਵਰਗਾ ਸ਼ੇਰ ਬੈਠਾ। ਕਹਿੰਦਾ ਸਿੱਖ ਨੂੰ ਅਤੇ ਮਰੇ ਨੂੰ 7 ਦਿਨ ਹੋ ਗਏ ਹੋਣ ਨਾ ਅਤੇ ਇਹਦੇ ਸਿਰਹਾਣੇ ਖਲੋ ਕੇ ਕੋਈ ਵੰਗਾਰੇ ਅਤੇ ਇਹ ਮਰਿਆ ਹੋਇਆ ਵੀ ਉੱਠ ਪੈਂਦਾ, ਤੂੰ ਜਿਉਂਦੇ ਮਾਹ ਸਿੰਘ ਦੇ ਵੱਲ ਜਾਣਾ ਚਾਹੁੰਦਾ? ਕਹਿੰਦਾ ਇਹ ਹਿੰਮਤ ਨਾ ਕਰ, ਕਿਲ੍ਹੇ ਨੂੰ ਘੇਰਾ ਪਾ ਲਾ ਅਤੇ ਅਸੀਂ ਉੱਥੇ ਰਾਸ਼ਨ ਪਾਣੀ ਜਾਣਾ ਬੰਦ ਕਰ ਦੇਵਾਂਗੇ, ਆਪੇ 3 ਦਿਨਾਂ ਬਾਅਦ ਭੁੱਖੇ ਭਾਣੇ ਜਿਹੜੇ ਸਿੱਖ ਹੈ ਮੈਦਾਨੇ ਜੰਗ 'ਚ ਆ ਕੇ ਲੜਨਗੇ ਅਤੇ ਅਸੀਂ ਇਹਨਾਂ ਨੂੰ ਕਤਲ ਕਰਕੇ ਕਿਲ੍ਹੇ ਨੂੰ ਫਤਿਹ ਕਰ ਲਵਾਂਗੇ।
ਉਹ 29 ਅਪ੍ਰੈਲ ਦੀ ਰਾਤ ਸ਼ੁਰੂ ਹੋ ਗਈ। 29 ਅਪ੍ਰੈਲ ਨੂੰ ਸਰਦਾਰ ਮਾਨ ਸਿੰਘ ਨੇ ਜਿੰਨੇ 300 ਤੋਂ ਵੱਧ ਸਿੱਖ ਸ਼ਹੀਦ ਹੋ ਚੁੱਕੇ ਸੀ, ਜਿਹੜੇ 700 ਰਹਿ ਗਏ ਸੀ, ਉਹਨਾਂ ਨੂੰ ਇਕੱਠੇ ਕੀਤਾ। ਉਹਨਾਂ ਨੂੰ ਇਕੱਠੇ ਕਰਕੇ ਕਹਿੰਦਾ ਕਿ ਇਹ ਕਿਲ੍ਹਾ ਜਿਹੜਾ ਇਹ ਪੰਜਾਬ ਦਾ ਦਰਵਾਜ਼ਾ ਸੀ ਜਿਸ ਨੂੰ ਅਸੀਂ ਬੰਦ ਕੀਤਾ। ਇਸ ਇਲਾਕੇ ਦੇ ਉੱਪਰ ਹਰੀ ਸਿੰਘ ਨਲੂਏ ਦੇ ਨਾਲ ਦੇ ਜਰਨੈਲਾਂ ਨੇ ਆਪਣਾ ਖੂਨ ਡੋਲਿਆ। ਜੇਕਰ ਇਹ ਕਿਲ੍ਹਾ ਸਾਡੇ ਹੱਥੋਂ ਜਾਂਦਾ ਰਿਹਾ ਤਾਂ ਮਾਫ਼ ਕਰਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਹੱਦਾਂ ਜਿਹੜੀਆਂ ਨੇ ਉਹ ਫਿਰ ਸੁਕੜ ਕੇ ਰਹਿ ਜਾਣਗੀਆਂ। ਅੱਜ ਤੁਹਾਨੂੰ ਉਹ ਦਿਹਾੜਾ ਯਾਦ ਕਰਨ ਦੀ ਲੋੜ ਹੈ ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 40 ਦੇ ਨਾਲ 10 ਲੱਖ ਦਾ ਮੁਕਾਬਲਾ ਕੀਤਾ ਸੀ। ਅੱਜ ਸਾਡੀ ਗਿਣਤੀ 700 ਰਹਿ ਗਈ ਹੈ, ਸਾਡੇ ਸਾਹਮਣੇ 50,000 ਤੋਂ ਵੱਧ ਮੁਲਖਈਆ ਹੈ, ਅਸੀਂ ਉਹਨਾਂ ਦਾ ਮੁਕਾਬਲਾ ਕਰਨਾ ਹੈ। ਪਰ ਇਸ ਮੌਕੇ ਜੇਕਰ ਹਰੀ ਸਿੰਘ ਨਲੂਏ ਨੂੰ ਖਬਰ ਦਿੱਤੀ ਜਾਵੇ ਅਤੇ ਜੇ ਕਿਤੇ ਉਹ ਆਪਣੀਆਂ ਫੌਜਾਂ ਲੈ ਕੇ ਪਹੁੰਚ ਜਾਵੇ ਤਾਂ ਅਸੀਂ ਇਸ ਇਲਾਕੇ ਨੂੰ ਫਤਿਹ ਕਰਨ ਤੋਂ ਬਚਾ ਸਕਦੇ ਹਾਂ। ਹੁਣ ਹਰੀ ਸਿੰਘ ਨਲੂਏ ਤੱਕ ਜਾਵੇ ਕਿਹੜਾ? ਅਨੇਕਾਂ ਸਿੱਖਾਂ ਨੇ ਪੇਸ਼ਕਸ਼ ਕੀਤੀ, ਅਖੀਰ ਉਹੀ ਬੀਬੀ ਹਰਸ਼ਰਨ ਕੌਰ ਜਿਹੜੀ ਕਿਲ੍ਹੇ ਦੇ ਵਿੱਚ ਸੀ, ਉਸਨੇ ਕਿਹਾ ਕਿ ਹਰੀ ਸਿੰਘ ਨਲੂਏ ਤੱਕ ਸੁਨੇਹਾ ਲੈ ਕੇ ਮੈਂ ਜਾਊਂਗੀ। ਸਰਦਾਰ ਮਾਨ ਸਿੰਘ ਨੇ 15-17 ਦੀ ਬੜੀ ਪਿਆਰੀ ਚਿੱਠੀ ਲਿਖੀ। ਉਸਨੇ ਉਸ ਚਿੱਠੀ ਦੇ ਵਿੱਚ ਲਿਖਿਆ, ਜਰਨੈਲ ਹਰੀ ਸਿੰਘ ਜੀ, ਅਸੀਂ ਜਿੰਨਾ ਚਿਰ ਤੱਕ ਸਾਡੀ ਜਾਨ ਹੈ ਇਸ ਕਿਲ੍ਹੇ ਦੀ ਹਿਫਾਜ਼ਤ ਕਰਾਂਗੇ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਅਸੂਲ ਅਤੇ ਦ੍ਰਿੜਤਾ ਬਖਸ਼ਿਸ਼ ਕੀਤੀ ਸੀ, ਉਹਦੇ ਮੁਤਾਬਕ ਜਿੰਨਾ ਚਿਰ ਇੱਕ ਵੀ ਸਿੱਖ ਦੇ ਸਰੀਰ ਦੇ ਵਿੱਚ ਪ੍ਰਾਣ ਨੇ, ਉਹ ਇਸ ਕਿਲ੍ਹੇ ਦੇ ਵਿੱਚ ਦੁਸ਼ਮਣ ਨੂੰ ਪੈਰ ਨਹੀਂ ਧਰਨ ਦੇਵੇਗਾ। ਪਰ ਸਾਡੀ ਮੌਤ ਤੋਂ ਬਾਅਦ ਜੇਕਰ ਦੁਸ਼ਮਣ ਕਿਲ੍ਹੇ ਦੇ ਵਿੱਚ ਸ਼ਾਮਲ ਹੁੰਦਾ ਹੈ, ਦਾਖਲ ਹੁੰਦਾ ਹੈ, ਤਾਂ ਉਸ ਨੂੰ ਸਾਡੀ ਕਾਇਰਤਾ ਨਾਲ ਸਮਝਿਆ ਜਾਵੇ। ਜਿੰਨਾ ਚਿਰ ਜਿਉਂਦੇ ਹਾਂ ਉਹਨਾਂ ਚਿਰ ਪੈਰ ਨਹੀਂ ਪਾਉਣ ਦੇਵਾਂਗੇ, ਪਰ ਸਾਨੂੰ ਪਤਾ ਕਿ ਤੁਸੀਂ ਬਿਮਾਰ ਹੋ। ਜੇ ਤੁਸੀਂ ਆ ਸਕਦੇ ਹੋ ਤਾਂ ਇਸ ਕਿਲ੍ਹੇ ਦੀ ਅਜ਼ਮਤ, ਇਸ ਦੀ ਸ਼ਾਨ ਨੂੰ ਦੁਬਾਰਾ ਖਾਲਸਾ ਹੀ ਸ਼ਾਨ ਦਾ ਪ੍ਰਤੀਕ ਸਮਝ ਕੇ ਬਚਾਇਆ ਜਾ ਸਕਦਾ ਹੈ। ਇਹ ਚਿੱਠੀ ਬੀਬੀ ਹਰਸ਼ਰਨ ਕੌਰ ਨੂੰ ਦਿੱਤੀ ਗਈ। ਬੀਬੀ ਹਰਸ਼ਰਨ ਕੌਰ ਜਦੋਂ ਕਿਲ੍ਹੇ 'ਚੋਂ ਨਿਕਲ ਲੱਗੀ, ਜੇ ਅਸੀਂ ਕਰੋ ਫਲਾਈ ਵੇਖੀਏ, ਜੇ ਸਿੱਧੇ ਤੌਰ 'ਤੇ ਵੇਖਿਆ ਜਾਵੇ ਤਾਂ ਜਮਰੌਦ ਦੇ ਕਿਲ੍ਹੇ ਤੋਂ 9.5 ਮੀਲ ਹੈ ਪਿਸ਼ਾਵਰ ਦਾ ਕਿਲ੍ਹਾ ਜਿੱਥੇ ਹਰੀ ਸਿੰਘ ਨਲੂਆ ਸੀ। ਹੁਣ ਬੀਬੀ ਸਹੀ ਸਲਾਮਤ ਪਹੁੰਚ ਗਈ ਹੈ ਜਾਂ ਚਿੱਠੀ ਹਰੀ ਸਿੰਘ ਨਲੂਏ ਨੂੰ ਪਹੁੰਚ ਗਈ ਹੈ, ਇਹਦੇ ਵਾਸਤੇ ਵੀ ਇੱਕ ਤਰੀਕਾ ਮੁਕਰਰ ਕੀਤਾ ਗਿਆ। ਇਹ ਬੀਬੀ ਰਾਤ ਨੂੰ ਨਿਕਲੀ ਔਰ ਉਸਨੇ ਕਿਹਾ ਕਿ ਜੇਕਰ ਇਹ ਚਿੱਠੀ ਹਰੀ ਸਿੰਘ ਨਲੂਏ ਤੱਕ ਪਹੁੰਚ ਗਈ, ਜਦੋਂ ਵੀ ਮੈਂ ਹਰੀ ਸਿੰਘ ਨਲੂਏ ਦੀ ਕੋਲ ਪਹੁੰਚੂੰਗੀ ਉਦੋਂ ਵੱਡੀ ਤੋਪ ਦਾ ਫਾਇਰ ਕੀਤਾ ਜਾਵੇਗਾ, ਉਸ ਤੋਪ ਦੀ ਆਵਾਜ਼ ਤੁਹਾਨੂੰ ਆਵੇਗੀ, ਇਹਦਾ ਮਤਲਬ ਹੋਵੇਗਾ ਕਿ ਚਿੱਠੀ ਹਰੀ ਸਿੰਘ ਨਲੂਏ ਤੱਕ ਪਹੁੰਚ ਗਈ ਹੈ। ਪਰ ਜੇ ਉਸ ਤੋਪ ਦਾ ਫਾਇਰ ਨਾ ਹੋਇਆ, ਫਿਰ ਤੁਸੀਂ ਸਮਝ ਲਿਓ ਕਿ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਅਤੇ ਮੈਂ ਰਸਤੇ ਦੇ ਵਿੱਚ ਮੁਕਾਬਲਾ ਕਰਦੀ ਸ਼ਹੀਦ ਹੋ ਗਈ ਹਾਂ। ਪਰ ਜੇ ਚਿੱਠੀ ਪਹੁੰਚ ਜਾਵੇਗੀ, ਫਿਰ ਮੈਂ ਪਿਸ਼ਾਵਰ ਪਹੁੰਚ ਕੇ ਪਿਸ਼ਾਵਰ ਦੇ ਕਿਲ੍ਹੇ ਤੋਂ ਤੋਪ ਦਾ ਫਾਇਰ ਕਰਵਾ ਦੇਵਾਂਗੀ। ਦਿਨ ਚੜ੍ਹਦੇ ਅੰਮ੍ਰਿਤ ਵੇਲੇ ਤੱਕ ਬੀਬੀ ਉੱਥੋਂ ਨਿਕਲੀ, ਕਿਲ੍ਹੇ ਦੇ ਵਿੱਚੋਂ ਬਚਦੀ ਬਚਾਉਂਦੀ ਭੇਸ ਬਦਲ ਕੇ ਨਿਕਲੀ, ਅਖੀਰ ਹਰੀ ਸਿੰਘ ਨਲੂਏ ਤੱਕ ਪਹੁੰਚੀ। ਜਾ ਕੇ ਪਿਸ਼ਾਵਰ ਦੀ ਤੋਪ ਦਾ ਫਾਇਰ ਕੀਤਾ ਗਿਆ। ਅੰਦਰਲੇ ਸਿੰਘਾਂ ਨੂੰ ਪਤਾ ਲੱਗ ਗਿਆ ਕਿ ਹਰੀ ਸਿੰਘ ਨਲੂਏ ਤੱਕ ਖਬਰ ਪਹੁੰਚ ਚੁੱਕੀ ਹੈ। ਹਰੀ ਸਿੰਘ ਨਲੂਏ ਦੇ ਕੋਲ ਉਸ ਵੇਲੇ 25 ਤੋਪਾਂ, ਜਿਨ੍ਹਾਂ 'ਚੋਂ 15 ਵੱਡੀਆਂ ਅਤੇ 10 ਛੋਟੀਆਂ ਤੋਪਾਂ, ਉਹਦੇ ਤੋਂ ਇਲਾਵਾ 3,000 ਘੋੜਸਵਾਰ ਅਤੇ 7,000 ਪੈਦਲ ਫੌਜ ਸੀ। ਹਰੀ ਸਿੰਘ ਨਲੂਏ ਨੇ ਉਸੇ ਵੇਲੇ ਉਸ ਫੌਜ ਨੂੰ ਲਿਆ ਅਤੇ 29 ਦੀ ਰਾਤ ਨੂੰ ਹੀ ਉੱਥੋਂ ਕੂਚ ਕਰ ਦਿੱਤਾ। ਰਸਤੇ ਦੇ ਵਿੱਚ ਵਿਸ਼ਰਾਮ ਕਰਕੇ ਸਵੇਰੇ ਦਿਨ ਚੜ੍ਹਦੇ ਨੂੰ 30 ਅਪ੍ਰੈਲ ਨੂੰ ਹਰੀ ਸਿੰਘ ਨਲੂਆ ਜਿਹੜਾ ਸੀ ਉਹ ਦਰਾਏ ਖੈਬਰ ਦੇ ਜਮਰੌਦ ਦੇ ਕਿਲ੍ਹੇ ਦੇ ਸਾਹਮਣੇ ਮੈਦਾਨ ਦੇ ਵਿੱਚ ਆ ਗਿਆ। ਉਸ ਮੈਦਾਨੇ ਜੰਗ ਦੇ ਵਿੱਚ ਲੜਾਈ ਹੋਈ। ਸ਼ਮੀ ਖਾਨ, ਅਕਬਰ ਖਾਨ, ਅਜ਼ਮਲ ਖਾਨ, ਆਜ਼ਮ ਖਾਨ, ਇਹ ਜਿੰਨੇ ਵੀ ਬੜੇ ਵੱਡੇ ਵੱਡੇ ਜਰਨੈਲ ਸੀ, ਇਹਨਾਂ ਸਾਰਿਆਂ ਨੇ ਕਿਲ੍ਹੇ ਨੂੰ ਇੱਕ ਪਾਸੇ ਤੋਂ ਘੇਰਿਆ ਹੋਇਆ ਸੀ। ਹਰੀ ਸਿੰਘ ਨਲੂਏ ਦੀ ਫੌਜ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਹਰੀ ਸਿੰਘ ਨਲੂਆ, ਸਰਦਾਰ ਅਜੈਬ ਸਿੰਘ ਰੰਧਾਵਾ, ਸਰਦਾਰ ਨਿਧਾਨ ਸਿੰਘ ਪੰਜ ਹੱਥਾ, ਸਰਦਾਰ ਅਮਰ ਸਿੰਘ ਮਜੀਠੀਆ, ਇਹ ਇੰਨੀ ਬਹਾਦਰੀ ਦੇ ਨਾਲ ਲੜੇ ਕਿ ਇਹਨਾਂ ਨੇ ਉਸ ਯੂਸਫ ਡਈ ਪਠਾਣਾ ਦਾ ਘੇਰਾ ਤੋੜ ਦਿੱਤਾ। ਅਖੀਰ ਲੜਦਿਆਂ ਲੜਦਿਆਂ ਸ਼ਮੀ ਖਾਨ, ਜਿਹੜਾ ਉਹਨਾਂ ਦਾ ਜਰਨੈਲ ਸੀ, ਹਰੀ ਸਿੰਘ ਨਲੂਏ ਦੇ ਸਾਹਮਣੇ ਆ ਗਿਆ। ਜਦੋਂ ਸਰਦਾਰ ਹਰੀ ਸਿੰਘ ਨਲੂਏ ਦੇ ਸਾਹਮਣੇ ਆਇਆ
ਅਤੇ ਉਸ ਵੇਲੇ ਸਰਦਾਰ ਹਰੀ ਸਿੰਘ ਨਲੂਏ ਨੇ ਮੰਗਾਰਿਆ, ਸ਼ਮੀ ਖਾਨ ਤੂੰ ਇਸ ਇਲਾਕੇ ਨੂੰ ਫਤਿਹ ਕਰਨਾ ਚਾਹੁੰਦਾ ਸੀ ਨਾ, ਅੱਜ ਕੌਮ ਦਾ ਜਰਨੈਲ ਹਰੀ ਸਿੰਘ ਨਲੂਆ ਤੇਰੇ ਸਾਹਮਣੇ ਆ, ਅਤੇ ਜਿੰਨੇ ਤੂੰ ਆਪਣੇ ਚਾਲ ਲਾਉਣੇ ਚਾਹੁੰਦਾ ਹੈ ਨਾ ਕਿ ਹਰੀ ਸਿੰਘ ਨਲੂਏ ਨੂੰ ਮੈਦਾਨੇ ਜੰਗ ਦੇ ਵਿੱਚ ਕਤਲ ਕਰਕੇ ਸੁੱਟਣਾ, ਤੂੰ ਆਪਣੀ ਤਲਵਾਰਬਾਜ਼ੀ ਕਰ ਸਕਦਾ। ਸ਼ਮੀ ਖਾਨ ਨੇ ਹਰੀ ਸਿੰਘ ਨਲੂਏ ਦੇ ਉੱਪਰ ਹਮਲੇ ਕੀਤੇ, ਤਲਵਾਰ ਦੇ ਕਈ ਵਾਰ ਕੀਤੇ। ਹਰੀ ਸਿੰਘ ਨਲੂਏ ਨੇ ਉਹਨਾਂ ਤਾਰਾਂ ਵਾਰਾਂ ਦਾ ਬਚਾਅ ਕੀਤਾ, ਅਖੀਰ ਇੱਕ ਐਸਾ ਵਾਰ ਕੀਤਾ ਕਿ ਸ਼ਮੀ ਖਾਨ ਦੀ ਸੰਜੋਅ ਨੂੰ ਪਾੜਦਾ ਹੋਇਆ ਉਹਦੀ ਛਾਤੀ 'ਚ ਲੱਗਾ। ਸ਼ਮੀ ਖਾਨ ਜ਼ਮੀਨ 'ਤੇ ਡਿੱਗ ਪਿਆ। ਜਦੋਂ ਜ਼ਮੀਨ 'ਤੇ ਡਿੱਗ ਪਿਆ ਤਾਂ ਦੋਵੇਂ ਹੱਥ ਜੋੜ ਦਿੱਤੇ ਅਤੇ ਹਰੀ ਸਿੰਘ ਨਲੂਏ ਨੇ ਤਲਵਾਰ ਚੁੱਕ ਲਈ। ਇਹ ਸਿੱਖ ਦੇ ਅਸੂਲ ਵੇਖ ਲਓ ਉਸ ਜਰਨੈਲ ਦੇ, ਕਿ ਸਭ ਤੋਂ ਵੱਡਾ ਦੁਸ਼ਮਣ ਜਿਹੜਾ ਜਹਾਦ ਦੇ ਵਿੱਚ ਇਹ ਗੱਲ ਕਹਿ ਕੇ ਆਇਆ ਸੀ ਕਿ ਮੈਂ ਹਰੀ ਸਿੰਘ ਨਲੂਏ ਦਾ ਸਿਰ ਵੱਢ ਕੇ ਲੈ ਕੇ ਆਊਂਗਾ, ਅੱਜ ਉਹ ਹਰੀ ਸਿੰਘ ਨਲੂਏ ਦੇ ਥੱਲੇ ਡਿੱਗਾ ਪਿਆ, ਦੋਵੇਂ ਹੱਥ ਜੋੜੇ ਨੇ ਅਤੇ ਹਰੀ ਸਿੰਘ ਨਲੂਏ ਨੇ ਉਸ 'ਤੇ ਵਾਰ ਨਹੀਂ ਕੀਤਾ, ਉਸ ਦੇ ਅੰਗ ਰੱਖਿਆ ਨੂੰ ਸੱਦ ਕੇ ਕਹਿੰਦਾ ਆਪਣੇ ਜਰਨੈਲ ਨੂੰ ਚੁੱਕ ਕੇ ਲੈ ਜਾਓ, ਹਰੀ ਸਿੰਘ ਨਲੂਆ ਥੱਲੇ ਡਿੱਗੇ ਦੇ ਉੱਪਰ ਵਾਰ ਨਹੀਂ ਕਰਦਾ। ਉਸ ਨੂੰ ਜ਼ਖਮੀ ਹੋਏ ਨੂੰ ਵਾਪਸ ਭੇਜ ਦਿੱਤਾ, ਜਾ ਕੇ ਉਹ ਕੰਧਰ ਦੇ ਵਿੱਚ ਲੁੱਕ ਗਿਆ। ਹਰੀ ਸਿੰਘ ਨਲੂਏ ਨੇ ਸ਼ਾਮ ਤੱਕ ਉਸ ਮੈਦਾਨੇ ਜੰਗ ਨੂੰ ਫਤਿਹ ਕਰ ਦਿੱਤਾ। ਜਿਹੜੇ ਉੱਥੋਂ ਦੇ ਕਾਬਲ ਅਤੇ ਜਲਾਲਾਬਾਦ ਦੇ ਪਠਾਨ ਸੀ, ਜਿਹੜੇ ਦੋਸਤ ਮੁਹੰਮਦ ਖਾਨ ਦੇ ਪੰਜ ਪੁੱਤਰਾਂ ਦੀ ਅਗਵਾਈ ਦੇ ਵਿੱਚ ਆਏ ਸੀ, ਉਹ ਸਾਰੇ ਪਿੱਛੇ ਨੂੰ ਭੱਜ ਗਏ ਅਤੇ ਉੱਥੇ ਸਰਦਾਰ ਨਿਧਾਨ ਸਿੰਘ ਅਤੇ ਸਰਦਾਰ ਅਮਰ ਸਿੰਘ ਹੁਣਾਂ ਨੇ ਇਤਿਹਾਸ 'ਚ ਕਹਿ ਲਈਏ ਅਤੇ ਗਲਤੀ ਹੈ, ਅੱਜ ਦੇ ਸਮੇਂ ਦੇ ਵਿੱਚ ਕੀ ਮਜਬੂਰੀ ਹੋਵੇਗੀ ਕਿਉਂਕਿ ਅਸੀਂ ਉਹਨਾਂ ਹਾਲਾਤਾਂ ਨੂੰ ਨਹੀਂ ਵੇਖਿਆ ਕੀ ਹੈ। ਉਹਨਾਂ ਨੇ ਪਿੱਛੇ ਜਾਂਦੇ ਪਠਾਣਾਂ ਦਾ ਪਿੱਛਾ ਕੀਤਾ, ਪਠਾਣਾ ਨੇ ਮੁੜ ਕੇ ਫਿਰ ਹਮਲਾ ਕਰ ਦਿੱਤਾ। ਜਦੋਂ ਹਰੀ ਸਿੰਘ ਨਲੂਏ ਨੂੰ ਪਤਾ ਲੱਗਾ ਕਿ ਦੁਬਾਰਾ ਪਠਾਣਾ ਨੇ ਇੱਕ ਕੰਧਰ ਦੇ ਵਿੱਚ ਹਮਲਾ ਕੀਤਾ ਅਤੇ ਸਰਦਾਰ ਹਰੀ ਸਿੰਘ ਨਲੂਆ ਉਹਨਾਂ ਦੀ ਮਦਦ ਦੇ ਵਾਸਤੇ ਗਿਆ, ਅਤੇ ਜਦੋਂ ਉਹਨਾਂ ਦੀ ਮਦਦ ਦੇ ਵਿੱਚ ਜਾ ਰਿਹਾ ਸੀ, ਰਸਤੇ ਦੇ ਵਿੱਚ ਹਰੀ ਸਿੰਘ ਨਲੂਏ ਨੂੰ ਗੋਲੀਆਂ ਲੱਗੀਆਂ। ਕਿਤਾਬ ਬਾਹਰ ਇੱਕ ਪਈ ਹੈ, ਉਸ ਕਿਤਾਬ ਦੇ ਬਾਹਰ ਜਦੋਂ ਤੁਸੀਂ ਪੜ੍ਹੋਗੇ ਹਰੀ ਸਿੰਘ ਨਲੂਏ ਦੇ ਜੀਵਨ ਦੇ ਬਾਰੇ, ਤਾਂ ਉਹਦੇ 'ਚ ਲਿਖਿਆ ਕਿ ਹਰੀ ਸਿੰਘ ਨਲੂਏ ਦੀ ਛਾਤੀ 'ਚ ਗੋਲੀਆਂ ਲੱਗੀਆਂ। ਤੁਸੀਂ ਸਾਰੇ ਬਜ਼ੁਰਗ ਬੈਠੇ ਹੋ, ਘੋੜਸਵਾਰ ਬੰਦੇ ਦੀ ਛਾਤੀ 'ਚ ਗੋਲੀ ਲੱਗੇ ਅਤੇ ਉਹ ਪਿੱਛੇ ਨੂੰ ਡਿੱਗਦਾ ਹੈ, ਪਰ ਹਰੀ ਸਿੰਘ ਨਲੂਆ ਪਿੱਛੇ ਨੂੰ ਨਹੀਂ ਡਿੱਗਾ। ਗਿਆਨੀ ਗਿਆਨ ਸਿੰਘ ਦੀ ਤਵਾਰੀ ਗੁਰੂ ਖਾਲਸਾ ਪੜ੍ਹ ਕੇ ਵੇਖਿਓ, ਹਰੀ ਸਿੰਘ ਨਲੂਆ ਘੋੜੇ ਦੀ ਧੌਣ ਦੇ ਉੱਪਰ ਡਿੱਗਾ, ਇਹਦਾ ਮਤਲਬ ਗੋਲੀ ਪਿੱਛੋਂ ਲੱਗੀ। ਔਰ ਇਹ ਗੱਲ ਖੁੱਲ੍ਹੀ ਉਦੋਂ ਜਦੋਂ ਹਰੀ ਸਿੰਘ ਨਲੂਆ ਪਿਸ਼ਾਵਰ ਤੋਂ ਤੁਰਨ ਲੱਗਾ ਹੈ ਨਾ, ਉਹਨੇ ਰਣਜੀਤ ਸਿੰਘ ਨੂੰ ਇੱਕ ਚਿੱਠੀ ਭੇਜੀ ਸੀ ਕਿ ਰਣਜੀਤ ਸਿੰਘ ਜੀ, ਜੇ ਵਿਆਹ ਦੀਆਂ ਰਸਮਾਂ ਸੰਪੂਰਨ ਹੋ ਗਈਆਂ ਅਤੇ ਜਮਰੌਦ ਦਾ ਕਿਲ੍ਹਾ ਹੱਥੋਂ ਜਾ ਰਿਹਾ, ਆਪਣੀ ਫੌਜ ਨੂੰ ਤੁਸੀਂ ਜਮਰੌਦ ਵੱਲ ਭੇਜ ਦਿਓ। ਉਹ ਚਿੱਠੀ ਧਿਆਨ ਸਿੰਘ ਡੋਗਰੇ ਦੇ ਹੱਥ ਲੱਗੀ ਅਤੇ ਧਿਆਨ ਸਿੰਘ ਡੋਗਰੇ ਨੇ ਉਹ ਚਿੱਠੀ ਰਣਜੀਤ ਸਿੰਘ ਨੂੰ ਦਿੱਤੀ ਹੀ ਨਹੀਂ। ਇਸ ਕਰਕੇ ਲਾਹੌਰ ਦੀ ਫੌਜ ਉਹਨੋਂ ਰਹਿ ਗਈ ਅਤੇ ਜਿਹੜੀਆਂ ਹਰੀ ਸਿੰਘ ਨਲੂਏ ਦੇ ਗੋਲੀਆਂ ਵੱਜੀਆਂ ਉਹ ਪਿੱਠ ਦੇ ਵਿੱਚ ਮਰਾਰੀਆਂ ਗਈਆਂ। ਸਰਦਾਰ ਵਿਜੇ ਸਿੰਘ ਇਹ ਡੋਗਰਾ ਸੀ, ਇਹ ਉਹ ਡੋਗਰਾ ਸੀ ਜਿਸਨੇ ਕੰਵਰ ਨੌ ਨਿਹਾਲ ਸਿੰਘ ਦੇ ਉੱਪਰ ਕਿਲ੍ਹੇ ਦਾ ਛੱਜਾ ਸੁੱਟਿਆ ਸੀ। ਉਹਨੇ ਬਾਅਦ ਦੇ ਵਿੱਚ ਮੰਨਿਆ ਵੀ ਕਿ ਹਰੀ ਸਿੰਘ ਨਲੂਏ ਨੂੰ ਅਸੀਂ ਫੌਜ ਦੇ ਵਿੱਚੋਂ ਹੀ ਪੈਸੇ ਦੇ ਕੇ ਮਰਵਾਇਆ ਹੈ। ਸੋ ਕੌਮ ਦੇ ਇਸ ਜਰਨੈਲ ਦੇ ਨਾਲ ਇਹ ਧੋਖਾ ਹੋਇਆ ਕਿ ਜਦੋਂ ਪਿੱਛੇ ਭੱਜ ਰਿਹਾ ਸੀ ਉਹਦੇ ਗੋਲੀਆਂ ਲੱਗੀਆਂ, ਦੋ ਛਾਤੀ ਦੇ ਵਿੱਚ ਨਹੀਂ ਲੱਗੀਆਂ, ਪਿੱਠ ਦੇ ਵਿੱਚ ਲੱਗੀਆਂ, ਉਹ ਘੋੜੇ ਦੀ ਧੌਣ ਦੇ ਉੱਪਰ ਡਿੱਗ ਪਿਆ ਅਤੇ ਉਸ ਵੇਲੇ ਉਹ ਜ਼ਖਮੀ ਹੋਇਆ ਜਿਹੜਾ ਜਰਨੈਲ ਸੀ। ਜੇਕਰ ਤੁਸੀਂ ਕਾਦਰ ਯਾਰ ਨੂੰ ਪੜ੍ਹੋ ਤਾਂ ਉੱਥੋਂ ਬੜਾ ਕਲੀਅਰ ਹੋ ਜਾਂਦਾ ਹੈ, ਕਹਿੰਦਾ ਨੂਨ ਨਿਕਲ ਚੱਲ ਹਵਾ 'ਚੋਂ ਘੋੜਿਆ ਹੋਏ, ਅੱਜ ਜ਼ਖਮੀ ਹੈ ਅਸਵਾਰ ਤੇਰਾ। ਇਹਦਾ ਮਤਲਬ ਕਿ ਹਰੀ ਸਿੰਘ ਨਲੂਆ ਘੋੜੇ ਤੋਂ ਨਹੀਂ ਡਿੱਗਾ ਬਲਕਿ ਜ਼ਖਮੀ ਹੋ ਕੇ ਘੋੜੇ ਦੇ ਉੱਪਰ ਹੀ ਮੁੱਧਾ ਹੋ ਗਿਆ। ਕਿਲ੍ਹੇ ਦੇ ਵਿੱਚ ਲਿਆਂਦਾ ਗਿਆ ਹਰੀ ਸਿੰਘ ਨਲੂਏ ਨੂੰ, ਬਹੁਤ ਜ਼ਿਆਦਾ ਖੂਨ ਵਗ ਚੁੱਕਾ ਸੀ। ਸਰਦਾਰ ਮਹਾਂ ਸਿੰਘ, ਬੀਬੀ ਹਰਸ਼ਰਨ ਕੌਰ, ਸਰਦਾਰ ਅਮਰ ਸਿੰਘ ਹੁਣੀ, ਅਜੈਬ ਸਿੰਘ ਰੰਧਾਵਾ ਸ਼ਹਾਦਤ ਪ੍ਰਾਪਤ ਕਰ ਚੁੱਕਾ ਸੀ, ਇਹ ਸਾਰੇ ਜਰਨੈਲ ਉਸਦੇ ਕੋਲ ਨੇ। ਆਖਰੀ ਸਮੇਂ ਦੇ ਵਿੱਚ ਹਰੀ ਸਿੰਘ ਨਲੂਏ ਨੇ ਸਾਰੇ ਜਰਨੈਲਾਂ ਨੂੰ ਇਕੱਠੇ ਕਰਕੇ ਇੱਕ ਛੋਟੀ ਜਿਹੀ ਤਕਰੀਰ ਕੀਤੀ ਹੈ, ਕਹਿੰਦਾ ਬੇਸ਼ੱਕ ਅਸੀਂ ਅੱਜ ਦੀ ਜੰਗ ਜਿੱਤ ਗਏ ਹਾਂ, ਬੇਸ਼ੱਕ ਅਸੀਂ ਅੱਜ ਮੈਦਾਨੇ ਜੰਗ ਦੇ ਵਿੱਚ ਫਤਿਹਯਾਬ ਹੋਏ ਹਾਂ, ਪਰ
ਜਿੰਨੇ ਪਠਾਨ ਇਕੱਠੇ ਹੋਏ ਨੇ ਸਾਡੀ ਗਿਣਤੀ ਕੇਵਲ ਅਤੇ ਕੇਵਲ 6,000 ਰਹਿ ਗਈ ਹੈ, ਪਠਾਣਾਂ ਦੀ ਗਿਣਤੀ 40,000 ਤੋਂ ਉੱਪਰ ਹੈ। ਜੇਕਰ ਪਠਾਣਾਂ ਤੱਕ ਇਹ ਗੱਲ ਪਹੁੰਚ ਗਈ ਨਾ ਕਿ ਹਰੀ ਸਿੰਘ ਨਲੂਆ ਮਾਰਿਆ ਗਿਆ, ਹਰੀ ਸਿੰਘ ਨਲੂਆ ਸ਼ਹੀਦ ਹੋਇਆ, ਉਹ ਦੁਬਾਰਾ ਹਮਲਾ ਕਰਨਗੇ ਅਤੇ ਲਾਹੌਰ ਤੋਂ ਫੌਜ ਅਜੇ ਪਹੁੰਚੀ ਨਹੀਂ ਹੈ। ਜਿੰਨਾ ਚਿਰ ਤੱਕ ਲਾਹੌਰ ਤੋਂ ਫੌਜ ਨਹੀਂ ਆਉਂਦੀ, ਤੁਸੀਂ ਮੇਰੀ ਮੌਤ ਦੀ ਖਬਰ ਨੂੰ ਛਪਾਉਣਾ। ਮੈਂ ਤਾਂ ਹੈਰਾਨ ਹੋ ਜਾਂਦਾ, ਅੱਜ ਤਾਂ ਨਿੱਕੀ ਜਿਹੀ ਗੱਲ ਵੀ ਸਾਡੇ ਢਿੱਡ 'ਚ ਨਹੀਂ ਰਹੀ, ਛੋਟੀ ਜਿਹੀ ਗੱਲ। ਇਹ ਕਿੰਨੀ ਵੱਡੀ ਗੱਲ ਸੀ ਕਿ ਉਸੇ ਹੀ ਰਾਤ 30 ਅਪ੍ਰੈਲ ਦੀ ਰਾਤ ਨੂੰ ਹਰੀ ਸਿੰਘ ਨਲੂਆ ਸ਼ਹਾਦਤ ਪ੍ਰਾਪਤ ਕਰ ਜਾਂਦਾ। ਉਹਨਾਂ ਸਮਿਆਂ ਦੇ ਮੁਤਾਬਕ ਉਸਦਾ ਪੇਟ ਸਾਫ਼ ਕੀਤਾ ਜਾਂਦਾ। ਉਹਨਾਂ ਸਮਿਆਂ ਵਿੱਚ ਲਾਸ਼ ਨੂੰ ਗਰਮੀ ਦੇ ਵਿੱਚ ਖਰਾਬ ਹੋਣ ਤੋਂ ਬਚਾਉਣ ਦੇ ਵਾਸਤੇ ਇੱਕ ਖਾਸ ਤੇਲ ਅਤੇ ਜੜੀ ਬੂਟੀਆਂ ਉਹਦੇ ਪੇਟ ਦੇ ਵਿੱਚ ਰੱਖ ਕੇ ਦੁਬਾਰਾ ਲਾਸ਼ ਨੂੰ ਸੀਵ ਦਿੱਤਾ ਜਾਂਦਾ। ਅਤੇ 7 ਮਈ ਤੱਕ ਇਹ ਖਬਰ ਜਿਹੜੀ ਹੈ ਇਹ ਦੁਸ਼ਮਣ 'ਤੇ ਕੀ ਕਿਲ੍ਹੇ ਦੇ ਸਾਰੇ ਸਿੱਖਾਂ ਤੱਕ ਵੀ ਨਹੀਂ ਪਹੁੰਚਣ ਦਿੱਤੀ ਜਾਂਦੀ ਕਿ ਕੌਮ ਦਾ ਜਰਨੈਲ ਸ਼ਹੀਦ ਹੋ ਚੁੱਕਾ। ਇੱਥੋਂ ਤੱਕ ਕਿ ਗਿਆਨੀ ਗਿਆਨ ਸਿੰਘ ਲਿਖਦੇ ਨੇ, 2 ਵਾਰੀ ਉਸਦੀ ਲਾਸ਼ ਨੂੰ ਕਿਲ੍ਹੇ ਦੇ ਉੱਪਰ ਬਿਠਾ ਕੇ ਸਾਰੇ ਕਿਲ੍ਹੇ ਦੀ ਫਸੀਲ ਦਾ ਗੇੜਾ ਕਢਾਇਆ ਗਿਆ ਕਿ ਦੁਸ਼ਮਣ ਵੇਖ ਲਵੇ ਕਿ ਕੌਮ ਦਾ ਜਰਨੈਲ ਹਰੀ ਸਿੰਘ ਅਜੇ ਵੀ ਜਿਉਂਦਾ। ਜਦੋਂ 7 ਮਈ ਨੂੰ ਉੱਥੇ ਫੌਜ ਪਹੁੰਚੀ, ਉਦੋਂ ਸਾਰੀ ਫੌਜ ਨੂੰ ਦੱਸਿਆ ਗਿਆ ਕਿ ਹਰੀ ਸਿੰਘ ਨਲੂਏ ਨੂੰ ਸ਼ਹੀਦ ਹੋਏ ਨੂੰ ਅੱਜ 6ਵਾਂ ਦਿਨ ਹੋ ਗਿਆ। ਸੋ ਇਹ ਕੌਮ ਦਾ ਉਹ ਜਰਨੈਲ ਸੀ ਜਿਸ ਨੇ ਇੰਨਾ ਵੱਡਾ ਇਲਾਕਾ ਫਤਿਹ ਕੀਤਾ। ਅਤੇ ਮੈਂ ਸੋਚਦਾ ਕਿ ਸ਼ਰਧਾ ਦੇ ਨਾਲ ਸਿਰ ਝੁਕਦਾ, ਜਿਸ ਕੌਮ ਦਾ ਐਡਾ ਵੱਡਾ ਜਰਨੈਲ ਸੀ ਉਸ ਕੌਮ ਨੂੰ ਕੋਈ ਯਾਦ ਨਹੀਂ। ਅੱਜ ਇੱਕ ਤੁਹਾਡੇ ਪਿੰਡ ਦੇ ਵਿੱਚ, 1-2 ਹੋਰ ਥਾਵਾਂ 'ਤੇ ਮੈਂ ਵੇਖਿਆ ਕਿ ਉਹਦੇ ਸ਼ਹੀਦੀ ਦਿਹਾੜੇ ਨੂੰ ਮਨਾਇਆ ਜਾ ਰਿਹਾ ਸ਼ਰਧਾ ਦੇ ਨਾਲ, ਸਾਰੀ ਕੌਮ ਨੂੰ ਕੋਈ ਚੇਤਾ ਨਹੀਂ। ਔਰ ਖਾਸ ਕਰਕੇ ਇਹ ਹਿੰਦੁਸਤਾਨ ਦੇ ਲੋਕ ਜਿਨ੍ਹਾਂ ਨੂੰ ਤਾਂ ਅੱਜ ਸਾਰੇ ਹਿੰਦੁਸਤਾਨ ਦੇ 'ਚ ਛੁੱਟੀ ਕਰਨੀ ਚਾਹੀਦੀ ਸੀ ਕਿ ਜੇ ਕਿਤੇ ਦਰਾਏ ਖੈਬਰ ਦੇ ਉੱਪਰ ਹਰੀ ਸਿੰਘ ਨਲੂਏ ਵਰਗਾ ਜਰਨੈਲ ਖਾਲਸਾਈ ਨਿਸ਼ਾਨ ਸਾਹਿਬ ਨਾ ਲਹਿਰਾਉਂਦਾ ਤਾਂ ਕਦੀ ਵੀ ਇਹ ਇਲਾਕਾ ਪੰਜਾਬ ਦਾ ਹਿੱਸਾ ਨਾ ਬਣਦਾ। ਅੱਜ ਜੇ ਪੰਜਾਬ ਅਤੇ ਇੱਥੋਂ ਦਿੱਲੀ ਤੱਕ ਦਾ ਇਲਾਕਾ ਹਿੰਦੁਸਤਾਨ ਦਾ ਹਿੱਸਾ ਹੈ ਤਾਂ ਉਸ ਜਰਨੈਲ ਦੀ ਸ਼ਹਾਦਤ ਦੇ ਸਦਕਾ ਹੈ। ਸੋ ਵਕਤ ਥੋੜ੍ਹਾ ਜ਼ਿਆਦਾ ਲੈ ਗਿਆ, ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।